ਦੇਸ਼ ਦੁਨੀਆਂ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ, ਸੰਪਾਦਕ ਪੰਜਾਬ ਟੈਲੀਵਿਜ਼ਨ। ਮੈਂ ਜੀ ਆਇਆਂ। ਸ਼ੁਕਰੀਆ ਜੀ। ਹਮੀਰ ਸਿੰਘ ਜੀ, ਕਈ ਦ੍ਰਿਸ਼ ਤੁਹਾਨੂੰ ਖਿਲਾਰ ਲੈਂਦੇ ਆ। ਕੱਲ ਚਰਨਜੀਤ ਸਿੰਘ ਚੰਨੀ ਕੇਕ ਕੱਟ ਰਹੇ ਸੀ, ਔਰ ਕੇਕ ਜਲੰਧਰੀਏ ਲੈ ਕੇ ਗਏ ਸੀ। ਉਹਦੇ ਵਿੱਚ ਉਹਨਾਂ ਨੇ ਸਾਡਾ ਚੰਨੀ ਜਲੰਧਰ ਲਿਖਿਆ ਹੋਇਆ ਸੀ। ਹੁਣ ਚੰਨੀ ਸਾਹਿਬ ਜਲੰਧਰ ਦੇ ਵਿੱਚ ਲਗਭਗ ਫਾਈਨਲ ਕਰ ਲਏ ਗਏ ਨੇ। ਜੇ ਅਸੀਂ ਜਲੰਧਰ ਵਾਲੇ ਸਾਰੇ MLAs ਦਾ ਜ਼ਿਕਰ ਕਰੀਏ ਜਾਂ ਹਲਕਾ ਇੰਚਾਰਜਾਂ ਦਾ, ਤੇ ਰਾਣਾ ਗੁਰਜੀਤ ਦੀ ਅਗਵਾਈ 'ਚ ਪਿਛਲੀ ਵਾਰੀ ਵੀ ਉਹ ਚੋਣ ਇੰਚਾਰਜ ਸੀਗੇ। ਸੋ ਚੰਨੀ ਸਾਹਿਬ ਦੇ ਕੇਕ ਵਿੱਚੋਂ ਕਈ ਕੁਝ ਨਿਕਲ ਰਿਹਾ। ਹਲਕੀ ਜੀ ਗੱਲ ਤਾਂ ਇਹ ਵੀ ਆਈ, ਆਖੇ ਫਾਈਨਲ ਉਮੀਦਵਾਰ ਨੇ ਆਨੰਦਪੁਰ ਸਾਹਿਬ ਤੋਂ ਰਾਣਾ ਗੁਰਜੀਤ, ਚੰਨੀ ਸਾਹਿਬ ਕਹਿ ਰਹੇ ਸੀਗੇ। ਹੁਣ ਚੰਨੀ ਸਾਹਿਬ ਕਿੰਨੇ ਕੁ ਪਾਣੀ 'ਚ ਨੇ ਕਾਂਗਰਸ ਵਿੱਚ, ਕਿ ਉਹ ਇਹ ਗੱਲ ਕਹਿੰਦੇ ਨੇ ਤਾਂ ਇਹ ਗੱਲ ਸੱਚ ਹੈ, ਇਹਦੇ 'ਤੇ ਵੀ ਆਪਾਂ ਜਾਣਦੇ ਹਾਂ। ਵੈਸੇ ਚੌਧਰੀ ਪਰਿਵਾਰ ਜਲੰਧਰ ਦੇ ਵਿੱਚ ਉਦਾਸ ਜਿਹਾ ਫਿਰਦਾ ਹੈ। ਕਈ ਵਾਰੀ ਹੁੰਦਾ ਹੈ ਕਿ ਤੁਹਾਡੀ ਸਲਤਨਤ ਖੁਸਦੀ ਤੇ ਚੀਜ਼ਾਂ ਹੁੰਦੀਆਂ, ਪਰ ਇਹਦੇ ਨਾਲ ਨਾਲ ਕੁਛ ਚੀਜ਼ਾਂ ਹੋਰ ਜਿਨ੍ਹਾਂ ਦੇ ਉੱਤੇ ਨਜ਼ਰਸਾਨੀ ਕਰਨੀ ਬਣਦੀ ਆ, ਕਿ ਜਦੋਂ ਸੁਖਬੀਰ ਸਿੰਘ ਬਾਦਲ ਖਡੂਰ ਸਾਹਿਬ ਦੇ 9 ਹਲਕਿਆਂ ਦੇ ਇੰਚਾਰਜਾਂ ਨੂੰ ਮਿਲਦੇ ਨੇ, ਤਾਂ ਸਭ ਤੋਂ ਜ਼ਿਆਦਾ ਜ਼ੋਰ ਇਸ ਗੱਲ 'ਤੇ ਦਿੱਤਾ ਗਿਆ ਕਿ ਬਿਕਰਮ ਮਜੀਠੀਆ ਲਿਆਓ, ਫਿਰ ਗੱਲ ਬਣਦੀ ਹੈ। ਹੁਣ ਬਿਕਰਮ ਮਜੀਠੀਆ ਜਾਂ ਵਿਰਸਾ ਸਿੰਘ ਵਲਟੋਆ, ਵਿਰਸਾ ਸਿੰਘ ਵਲਟੋਆ ਕੋਲ ਵੀ ਖਡੂਰ ਸਾਹਿਬ ਹਲਕੇ ਵਰਗੀ ਦਿੱਖ ਆ। ਹੁਣ ਬਿਕਰਮ ਮਜੀਠੀਆ ਆਪ ਅੱਗੇ ਵਧਣਗੇ ਜਾਂ ਆਪਣੇ ਨਾਲ ਦੇ ਪੁਰਾਣੇ ਸਾਥੀ ਵਿਰਸਾ ਸਿੰਘ ਵਲਟੋਆ ਨੂੰ ਕਹਿਣਗੇ ਵੀ ਤੁਸੀਂ ਅੱਗੇ ਵਧੋ, ਲੜਾਈ ਮੈਂ ਲੜੂੰਗਾ? ਇਹ ਸਵਾਲ ਵੀ ਆਪਾਂ ਲੈਂਦੇ ਹਾਂ। ਜਦੋਂ ਪਟਿਆਲੇ ਦੇ ਵਿੱਚ ਆਪਾਂ ਜਾਂਦੇ ਹਾਂ ਤਾਂ ਰੱਖੜਾ ਸਾਹਿਬ ਕੱਲ ਨਾ ਕਰ ਗਏ ਸੀਗੇ, ਔਰ NK ਸ਼ਰਮਾ ਦਾ ਨਾਂ ਕਿਉਂ ਚੱਲਣਾ ਸ਼ੁਰੂ ਹੋਇਆ? ਕੀ ਪਟਿਆਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਅਕਾਲੀ ਦਲ ਦੀ ਲਿਹਾਜ਼ ਦਾ ਵੀ ਕੁਝ ਬਣੂਗਾ? ਕਈ ਵਾਰੀ ਗੇਮ ਖੇਡੀ ਜਾਂਦੀ ਹੈ ਤਾਂ ਕਈ ਵਾਰੀ ਇੱਕ ਦੂਜੇ ਨੂੰ ਫਾਇਦੇ ਵੀ ਪਹੁੰਚਾਏ ਜਾਂਦੇ। ਅਕਾਲੀ ਦਲ ਕੀ ਇਸ ਪੋਜੀਸ਼ਨ 'ਚ ਹੈ ਕਿ ਉਹ ਕਿਸੇ ਨੂੰ ਫਾਇਦਾ ਪਹੁੰਚਾਉਣ ਲਈ ਆਪਣਾ ਨੁਕਸਾਨ ਇਸ ਵੇਲੇ ਕਰਾ ਸਕੇ? ਸੁਖਬੀਰ ਸਿੰਘ ਬਾਦਲ ਦੀ ਇੱਕ ਲੰਬੀ ਚੌੜੀ ਇੰਟਰਵਿਊ ਇੱਕ ਅੰਗਰੇਜ਼ੀ ਦੀ ਅਖਬਾਰ ਦੇ ਵਿੱਚ ਛਪਦੀ ਹੈ, ਔਰ ਉਹਦੇ ਵਿੱਚ ਉਹ ਦਿਲ ਜਿੱਤਣ ਦੀ ਗੱਲ ਕਰਦੇ ਆ, ਸੀਟਾਂ ਤੇ ਫੋਕਸ ਨਹੀਂ ਕਰਦੇ। ਉਹ ਕਹਿੰਦੇ ਸੀਟਾਂ ਵੱਲ ਤਵੱਜੋ ਨਹੀਂ, ਦਿਲ ਜਿੱਤਣੇ ਆ। ਮਤਲਬ ਉਹਨਾਂ ਦਾ ਫੋਕਸ ਸਾਰੇ ਦਾ ਸਾਰਾ 2027 ਲਈ ਪਿੱਚ ਤਿਆਰ ਕਰਨਾ ਹੈ। ਇਹ ਮਾਮਲੇ ਲੈਂਦੇ ਆ। ਗੁਰਦਾਸਪੁਰ ਅਛੂਤਾ ਨਹੀਂ ਕਦੇ ਵੀ ਰਿਹਾ, ਗੁਰਦਾਸਪੁਰ ਤੇ ਦੋਸ਼ ਲੱਗਦੇ ਰਹੇ, ਹਮੇਸ਼ਾ ਬਾਹਰ ਦਾ ਉਮੀਦਵਾਰ ਜਿਤਾ ਦਿੰਦੇ ਨੇ ਗੁਰਦਾਸਪੁਰੀਏ। ਮਾਲਵਿੰਦਰ ਸਿੰਘ ਕੰਗ ਨੂੰ ਇੰਨੀ ਦੇਰੀ ਨਾਲ ਕਿਉਂ ਉਤਾਰਿਆ? ਸਿਆਸੀ ਸਭਾ 'ਚ ਗੱਲ ਚੱਲਦੀ ਹੈ ਕਿ ਤੁਸੀਂ 2 ਸਾਲ ਪਹਿਲਾਂ ਲਗਭਗ ਉਹਨਾਂ ਨੂੰ ਕਿਹਾ ਸੀ ਕਿ ਜਾ ਕੇ ਤਿਆਰੀ ਕਰੋ ਆਨੰਦਪੁਰ ਸਾਹਿਬ ਤੋਂ। ਮਾਲਵਿੰਦਰ ਕੰਗ ਮੁੱਖ ਬੁਲਾਰੇ ਇਹਨਾਂ ਦੇ, ਉਹਨਾਂ ਨੂੰ ਕੱਲ੍ਹ ਉਤਾਰਤਾ ਗਿਆ। ਉਧਾਰ ਦੇ ਕੈਂਡੀਡੇਟ ਚੱਬੇਵਾਲ ਵੀ ਉਤਾਰਤੇ ਗਏ ਨੇ। ਆਪਾਂ ਸਸੋਦੀਆ ਸਾਹਿਬ ਤੇ ਜਾਵਾਂਗੇ। ਕੱਲ੍ਹ ਜਦੋਂ ਸੰਜੇ ਸਿੰਘ ਨੂੰ ਜ਼ਮਾਨਤ ਮਿਲਦੀ ਆ, ਇੱਕ ਚੀਜ਼ ਨਾਲ ਕਹੀ ਜਾਂਦੀ ਆ ਅਦਾਲਤ ਵੱਲੋਂ ਕਿ ਇਹ ਆਧਾਰ ਨਹੀਂ ਬਣਨਗੇ ਕਿਸੇ ਹੋਰ ਨੂੰ ਜ਼ਮਾਨਤ ਦੇਣ ਦੇ। ਇਹ ਜ਼ਮਾਨਤ ਦਾ ਮਤਲਬ ਨਹੀਂ ਕਿ ਦੂਜੇ ਇਸੇ ਆਧਾਰ ਦੇ ਉੱਤੇ ਸਾਡੇ ਕੋਲ ਆ ਜਾਣ। ਸਵਾਲ ਕਾਫੀ ਅਹਿਮ ਆ। ਖੈਰ, ਆਪਾਂ ਇਹਨਾਂ ਸਾਰੀਆਂ ਚੀਜ਼ਾਂ ਤੇ ਜਾਵਾਂਗੇ। ਮੈਂ ਜਾਣਾ ਚਾਹੂੰਗਾ ਅਕਾਲੀ ਦਲ ਦੇ ਕੱਲ ਇਕਬਾਲ ਸਿੰਘ ਲਾਲਪੁਰਾ ਦੇ ਖਿਲਾਫ ਚੋਣ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਤੇ, ਉਹਦੇ ਤੇ ਵੀ ਜਾਂਦੇ ਆ। ਸਵਾਲ ਇਸ ਗੱਲ ਦਾ ਵੀ ਹੈ ਕਿ 2014 ਤੋਂ ਬਾਅਦ ਕਰਪਸ਼ਨ ਕੇਸਿਸ ਜਿਹੜੇ ਜਿੰਨੇ ਵੀ ਹੋਏ, ਔਰ ਖਾਸ ਤੌਰ ਤੇ ਵਿਰੋਧੀਆਂ ਤੇ ਹੋਏ, ਜਿਹੜੇ ਵਾਸ਼ਿੰਗ ਮਸ਼ੀਨ 'ਚ ਧੁਲ ਗਏ, ਕਿੱਦਾਂ ਦੁੱਧ ਧੋਤੇ ਹੋ ਗਏ, ਇਹ ਵੀ ਚੱਲਦੇ ਆ। ਇੱਕ ਸਾਬਕਾ ਚੋਣ ਕਮਿਸ਼ਨਰ ਜਦੋਂ ਇਹ ਕਹਿੰਦਾ ਕਿ ਅੰਪਾਇਰ ਦੀ ਭੂਮਿਕਾ ਕਿਹੋ ਜਿਹੀ ਹੋਣੀ ਚਾਹੀਦੀ ਆ, ਤੇ ਗੱਲ ਉੱਤੇ ਵੀ ਕਰਾਂਗੇ। ਸਭ ਤੋਂ ਪਹਿਲਾਂ ਸਰ ਹਮੀਰ ਸਿੰਘ ਜੀ, ਜੇ ਮੈਂ ਚੰਨੀ ਤੋਂ ਗੱਲ ਤੋਰਾਂ, ਜਲੰਧਰ ਤੋਂ ਗੱਲ ਤੋਰਾਂ, ਲਗਭਗ ਕਾਂਗਰਸ ਦੇ ਅਧਿਕਾਰਤ ਉਮੀਦਵਾਰ, ਉਹਨਾਂ ਨੇ ਸਰਗਰਮੀਆਂ ਵੀ ਵਧਾ ਦਿੱਤੀਆਂ। ਰਾਣਾ ਗੁਰਜੀਤ ਉਹਨਾਂ ਲਈ ਬੈਟਿੰਗ ਕਰਦੇ ਨਜ਼ਰ ਆ ਰਿਹਾ, ਰਾਣਾ ਗੁਰਜੀਤ ਲਈ ਚੰਨੀ ਬੈਟਿੰਗ ਕਰਦੇ ਨਜ਼ਰ ਆ ਰਿਹਾ। ਦਿਲਚਸਪ ਸਥਿਤੀਆਂ ਦੇ ਰੂਬਰੂ ਆ, ਅਸੀਂ ਕੀ ਕਹਿੰਦੇ ਹੋ?
ਹਾਂ ਬਿਲਕੁਲ, ਚੰਨੀ ਤਾਂ ਮੇਰਾ ਖਿਆਲ ਹੈ ਕੋਈ ਬੈਟਿੰਗ ਨਾ ਵੀ ਕਰੇ ਤਾਂ ਚੰਨੀ ਨੂੰ ਤਾਂ ਲੜਾਉਣਾ ਉਹ ਚਾਹੁੰਦੇ ਵੀ ਸੀ, ਤੇ ਚੰਨੀ ਲੜਨ ਲਈ ਤਿਆਰ ਹੋ ਗਏ ਤੇ ਦੇ ਦੇਣਗੇ, ਕਿਉਂਕਿ ਸਾਬਕਾ ਚੀਫ ਮਿਨਿਸਟਰ ਨੂੰ ਤਾਂ ਪਾਰਟੀਆਂ ਟਿਕਟ ਤਾਂ ਨਹੀਂ ਲਾਈ ਕਰਦੀਆਂ ਹੁੰਦੀਆਂ ਕਿਸੇ ਲੈਵਲ ਦੇ ਉੱਤੇ, ਬਲਕਿ ਉਹਦਾ ਲਾਹਾ ਜਿੰਨਾ ਕੁ ਲਿਆ ਜਾ ਸਕਦਾ। ਖਾਸ ਤੌਰ ਤੇ ਕਾਂਗਰਸ ਨੇ ਜੋ ਪਹਿਲਾਂ ਸੋਚਿਆ ਸੀਗਾ ਕਿ ਚੰਨੀ ਨੂੰ ਚੀਫ ਮਿਨਿਸਟਰ ਬਣਾਉਣ ਦਾ ਜੋ ਫਾਇਦਾ ਹੋਏਗਾ, ਉਹ ਅਸੈਂਬਲੀ 'ਚ ਤਾਂ ਕਿੰਨਾ ਕੁ ਮਿਲਿਆ ਕਿੰਨਾ ਕੁ ਨਹੀਂ, ਕਿਉਂਕਿ ਹੋਰ ਟਾਈਪ ਦੀ ਵੇਵ ਚੱਲ ਗਈ ਤੇ ਨਹੀਂ ਮਿਲਿਆ ਲੱਗਦਾ ਉਨਾ ਪ੍ਰੋਪਰ। ਔਰ ਜੇ ਹੁਣ ਉਹ ਕੁਛ ਲੱਭਦੇ ਹੋਣਗੇ ਉਹਦੇ 'ਚੋਂ, ਤਾਂ ਸ਼ਾਇਦ ਦੁਆਬੇ 'ਚ ਉਹਨਾਂ ਨੂੰ ਲੱਗਿਆ ਸੀ ਪਹਿਲਾਂ ਕਿ ਚੰਨੀ ਦੇ ਮਾਮਲੇ ਦਾ ਅਸਰ ਹੋਇਆ, ਮਾਲਵੇ 'ਚ ਤਾਂ ਨਹੀਂ ਹੋਇਆ ਪੂਰੀ ਤਰ੍ਹਾਂ ਕਿਉਂਕਿ ਸਾਰੀ ਸਵੀਪ ਹੋ ਗਿਆ ਟੋਟਲੀ, ਤੇ ਜੇ ਦੁਆਬੇ 'ਚ ਹੋਇਆ ਕੁਝ ਤਾਂ ਚੰਨੀ ਆਟੋਮੈਟਿਕਲੀ, ਪਹਿਲਾਂ ਵੀ ਮਤਲਬ ਜਦੋਂ 22 ਇਲੈਕਸ਼ਨ ਹੋਈ ਸੀ ਉਦੋਂ ਵੀ ਇੱਕ ਇਹ ਗੱਲ ਚੱਲੀ ਸੀ। ਹਾਂ ਚੰਨੀ ਨੇ ਕਾਫੀ ਸਮਾਂ ਬਾਹਰ ਗੁਜ਼ਾਰ ਕੇ, ਕਾਫੀ ਸਮਾਂ ਨਾ ਆ ਕੇ, ਇੱਕ ਲੈਵਲ ਦਾ ਥੋੜਾ ਗੈਪ ਜ਼ਿਆਦਾ ਪੈ ਗਿਆ ਸੀਗਾ, ਤੇ ਜਦੋਂ ਇਹ ਲੱਗਣ ਲੱਗ ਗਿਆ ਸੀ ਫਿਰ ਬਾਹਰ ਕਿਉਂ ਨੇ, ਹੁਣ ਪਾਰਟੀ ਨੂੰ ਲੋੜ ਹੈ ਤੇ ਇੱਥੇ ਖੜਨ ਦੀ ਲੋੜ ਸੀਗੀ, ਪਰ ਜਦੋਂ ਤੋਂ ਆ ਗਏ ਤੇ ਉਦੋਂ ਤੋਂ ਲੈ ਕੇ 22 ਇਲੈਕਸ਼ਨ ਦੇ ਵਿੱਚ ਵੀ ਜ਼ੋਰ ਲੱਗਿਆ ਸੀ ਇਹਨਾਂ ਨੂੰ ਦੇ ਦਿਓ, ਪਰ ਉਹ ਗੁਣਾ ਉੱਥੇ ਪੈ ਗਿਆ ਕਿਉਂਕਿ ਚੌਧਰੀ ਸੰਤੋਖ ਸਿੰਘ ਦੀ ਡੈਥ ਹੋਈ ਸੀ, ਉਹਨਾਂ ਨੂੰ ਸੀਗਾ ਕੋਈ ਹਮਦਰਦੀ ਵੀ ਹੋ ਸਕਦੀ ਹੈ, ਉਹਨਾਂ ਦੀ ਪਤਨੀ ਨੂੰ ਟਿਕਟ ਦੇ ਤੀ ਤੇ 22 ਇਲੈਕਸ਼ਨ ਉਸ ਤਰੀਕੇ ਨਾਲ ਚਲੀ ਗਈ। ਹੁਣ ਰਾਣਾ ਗੁਰਜੀਤ ਉਸ 22 ਇਲੈਕਸ਼ਨ ਦੇ ਇੰਚਾਰਜ ਸੀਗੇ, ਔਰ ਇਹ ਵੀ ਗੱਲ ਇੱਕ ਪ੍ਰਚਲਿਤ ਹੈ ਲਗਾਤਾਰ ਕਿ ਮਤਲਬ ਕਾਂਗਰਸ ਦੇ ਖੇਮਿਆਂ ਚੋਂ ਆ ਰਹੀ ਹੈ ਕਿ ਰਾਣਾ ਗੁਰਜੀਤ ਸੁਸ਼ੀਲ ਕੁਮਾਰ ਰਿੰਕੂ ਨੂੰ ਆਮ ਆਦਮੀ 'ਚ ਭੇਜਣ ਲਈ, ਔਰ ਹੁਣ ਆਮ ਆਦਮੀ 'ਚੋਂ ਕਾਂਗਰਸ 'ਚ ਦੁਬਾਰਾ ਲਿਆਉਣ ਦੇ ਲਈ ਵੀ ਕੁਝ ਕੋਸ਼ਿਸ਼ ਕਰਦੇ ਰਹੇ ਨੇ, ਜਿਹੜੇ ਨੋਰਮਲੀ ਜਿਹਨਾਂ ਨੇ ਮਤਲਬ ਕਾਂਗਰਸ ਦੇ ਅੰਦਰ ਇਹ ਸੀ ਵੀ ਉਹਨਾਂ ਨੂੰ ਦੇ ਦਿਓ, ਤੇ ਕਾਂਗਰਸੀ ਹਾਈਕਮਾਂਡ ਸ਼ਾਇਦ ਨਹੀਂ ਮੰਨੀ ਇਸ ਗੱਲ ਤੇ, ਜਾਂ ਲੋਕਲ ਵੀ ਸਹਿਮਤੀ ਨਹੀਂ ਹੋਈ ਵੀ ਨਹੀਂ ਇਹ ਤਾਂ ਗੱਲ ਹੀ ਫਿਰ ਹੋਰ ਹੋਜੂ, ਅੱਜ ਬੰਦਾ ਉੱਥੇ ਤੇ ਉਦੋਂ ਉੱਥੇ। ਤੇ ਇਹ ਪਤਾ ਨਹੀਂ ਕਿਉਂ ਲੋਕ ਇੰਨੇ ਯਕੀਨ ਨਾਲ ਕਹਿੰਦੇ ਨੇ ਕਿ ਸੁਸ਼ੀਲ ਕੁਮਾਰ ਰਿੰਕੂ ਜਿੱਥੇ ਵੀ ਗਿਆ ਰਾਣਾ ਗੁਰਜੀਤ ਉਹਦੇ ਮੇਨ ਮਤਲਬ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਆਈਕੋਨ ਨੇ, ਸਪੋਂਸਰ ਨੇ, ਬਾਕੀ ਚੀਜ਼ਾਂ ਨੇ, ਜੋ ਵੀ ਚੀਜ਼ਾਂ ਹੁੰਦੀਆਂ ਨੇ ਤੇ ਉਹ ਕੀ ਨੇ, ਕਿੰਨੀ ਸੱਚਾਈ ਹੈ ਇਹਦੇ 'ਚ ਅਲੱਗ ਗੱਲ ਹੈ, ਪਰ ਇਹ ਗੱਲਾਂ ਨੋਰਮਲ ਜਲੰਧਰ ਦੇ ਹਲਕਿਆਂ 'ਚ ਹੀ ਨਹੀਂ, ਇਕੱਲਾ ਸਟੇਟ ਲੈਵਲ ਦੇ ਹਲਕਿਆਂ ਦੇ ਵਿੱਚ ਵੀ ਤੁਰੀਆਂ ਪੈਂਦੀਆਂ ਨੇ। ਹੁਣ ਰਾਣਾ ਗੁਰਜੀਤ ਨੂੰ ਜੇ ਕਹਿ ਰਹੇ ਸੀ ਕਿ ਖਡੂਰ ਸਾਹਿਬ ਲੜ ਲਓ ਜਾਂ ਫਿਰੋਜ਼ਪੁਰ ਲੜ ਲਓ ਪਾਰਟੀ, ਪਰ ਉਹ ਅਨੰਦਪੁਰ ਸਾਹਿਬ ਲੜਨਾ ਚਾਹੁੰਦੇ ਨੇ ਕਿਹਾ ਜਾ ਰਿਹਾ, ਤੇ ਉਧਰੋਂ ਕਿਉਂ ਨਹੀਂ ਲੜਨਾ ਚਾਹੁੰਦੇ, ਉਹਨਾਂ ਦੇ ਕੋਈ ਬਿਜ਼ਨਸ ਇੰਟਰਸਟ ਨੇ ਜਾਂ ਕੋਈ ਹੋਰ ਨੇ, ਇਹ ਚੀਜ਼ਾਂ ਉਹਨਾਂ ਦੇ ਉਹਨਾਂ ਨੂੰ ਜ਼ਿਆਦਾ ਪਤਾ ਹੋਏਗਾ। ਪਿਛਲੇ ਦਿਨਾਂ ਸੁਖਪਾਲ ਖਹਿਰਾ ਨੇ ਤਾਂ ਇੱਕ ਚਿੱਠੀ ਵੀ ਲਿਖੀ ਜਿਹੜੀ ਖੜਗੇ ਸਾਹਿਬ ਨੂੰ ਲੀਕ ਵੀ ਹੋ ਗਈ ਸੀ, ਉਹ ਡਿਬੇਟ ਦਾ ਹਿੱਸਾ ਵੀ ਬਣ ਗਈ ਸੀ ਇੱਕ ਫੈਕਟਰੀ ਦਾ ਲਾਉਣ ਦਾ ਲਾਇਸੈਂਸ ਲੈਣ ਦੇ ਮਾਮਲੇ ਦੇ ਵਿੱਚ, ਪਰ ਆਹ ਦੋਨਾਂ ਦਾ ਇੰਟਰਸਟ ਮੈਚ ਕਰਦਾ ਨਜ਼ਰ ਆ ਰਿਹਾ। ਹੁਣ ਜੇ ਚੰਨੀ ਉਹਨਾਂ ਨੇ ਜਲੰਧਰ ਜਾਣਾ ਤਾਂ ਉਹਨਾਂ ਨੂੰ ਲੱਗਦਾ ਰਾਣਾ ਗੁਰਜੀਤ ਦੀ ਸਪੋਰਟ ਵੀ ਉੱਥੇ ਜ਼ਰੂਰੀ ਹੈ ਕੁਝ ਉਸ ਸੀਟ ਦੇ ਉੱਤੇ ਜਿੰਨਾ ਕੁ ਉਹਨਾਂ ਦਾ ਹੈ, ਔਰ ਦੂਜਾ ਸ਼ਾਇਦ ਉਹ ਇਕਨੋਮਿਕਲੀ ਵੀ ਸਾਊਂਡ ਨੇ, ਕੋਈ ਮਦਦ ਕਰ ਦੇਣ ਉਸ ਪੱਧਰ ਦੇ ਉੱਤੇ ਜਾ ਕੇ ਵੀ, ਉਹ ਵੀ ਇੱਕ ਗੱਲ ਹੈ। ਤੇ ਹੋ ਸਕਦਾ ਰਾਣਾ ਗੁਰਜੀਤ ਉਹਨਾਂ ਨੂੰ ਅਨੰਦਪੁਰ ਸਾਹਿਬ ਦੇ ਮਾਮਲੇ 'ਚ, ਚੰਨੀ ਉਹਨਾਂ ਦੇ ਜਿਹੜੇ ਹਾਈਕਮਾਂਡ ਨਾਲ ਸੰਬੰਧ ਨੇ ਉਹਨਾਂ ਦੀ ਵੀ ਲੋੜ ਪਵੇ, ਵੈਸੇ ਰਾਣਾ ਉਹਨੀ ਆਪ ਉਹਨਾਂ ਨੂੰ ਹੁੰਦਾ, ਉਹਨਾਂ ਨੂੰ ਕਿਸੇ ਦੀ ਲੋੜ ਨਹੀਂ ਹੈ, ਉਹ ਕਹਿੰਦੇ ਨੇ ਇੰਡੀਪੈਂਡੈਂਟਲੀ ਮੈਂ ਆਪਾਂ ਆਪਣਾ ਜੁਗਾੜ ਆਪਣਾ ਹੈ, ਜਿਹੜਾ ਵੀ ਹੈਗਾ ਲੋਡ ਘੱਟ ਹੈ, ਪਰ ਫਿਰ ਵੀ ਪੋਲਿਟਿਕਸ 'ਚ ਨਾ ਇਹ ਟੀਮ ਗੇਮ ਹੁੰਦੀ ਹੈ ਤੇ ਇਹਦੇ 'ਚ ਆਈਸੋਲੇਸ਼ਨ 'ਚ ਨਹੀਂ ਵਿਚਰਿਆ ਜਾ ਸਕਦਾ। ਔਰ ਮੈਨੂੰ ਲੱਗਦਾ ਕਿ ਦੋ ਹਿੱਤਾਂ ਦਾ ਸੁਮੇਲ ਲੱਗ ਰਿਹਾ ਸੀ ਚੰਨੀ ਸਾਹਿਬ ਦਾ ਜਿਹੜਾ ਜਨਮ ਦਿਨ ਦਾ ਕੇਕ, ਵੀ ਆਓ ਜਲੰਧਰ ਤੁਹਾਨੂੰ ਅਸੀਂ ਲੈ ਕੇ ਚੱਲੇ ਹਾਂ, ਸਾਡਾ ਚੰਨੀ ਦਾ ਮਾਮਲਾ ਤਾਂ ਹੈਗਾ ਹੀ ਹੈ, ਉੱਥੇ ਆ ਜਾਓ, ਤੇ ਫਿਰ ਮੋੜਵੇਂ ਰੂਪ ਦੇ ਵਿੱਚ ਤੁਸੀਂ ਕਹਿ ਛੱਡਣਾ ਕਿ ਅਨੰਦਪੁਰ ਸਾਹਿਬ ਦਾ ਵਿੱਚ ਵੀ ਕੋਈ ਡੱਕਾ ਜੇ ਛੱਟਿਆ ਜਾਂਦਾ ਤਾਂ ਉੱਧਰ ਛੱਟਿਆ ਜਾਏਗਾ। ਔਰ ਜੇਕਰ ਇਹ ਕਾਂਗਰਸ ਹਾਈਕਮਾਂਡ ਫੈਸਲਾ ਕਰ ਲੈਂਦੀ ਹੈ ਕਿ ਠੀਕ ਹੈ ਉਹਨਾਂ ਨੂੰ ਇੱਥੇ ਲੜਾਉਣਾ, ਉਹਨਾਂ ਨੂੰ ਉੱਥੇ ਲੜਾਉਣਾ, ਤਾਂ ਦੋਨਾਂ ਦੇ ਵਿੱਚ ਇੱਕ ਲੈਵਲ ਦਾ ਇੰਟਰਸਟ ਉਸ ਲੈਵਲ ਦੇ ਹੋ ਜਾਏਗਾ, ਕਿਉਂਕਿ ਅਨੰਦਪੁਰ ਸਾਹਿਬ ਸੀਟ ਦੇ ਮਾਮਲੇ ਦੇ ਵਿੱਚ ਵੀ ਇੱਧਰਲਾ ਅਸਰ ਵੀ ਰਾਣਾ ਗੁਰਜੀਤ ਨੂੰ ਚਾਹੀਦਾ ਹੋਊਗਾ ਚੰਨੀ ਨੂੰ,
ਜੇਕਰ ਅਨੰਦਪੁਰ ਸਾਹਿਬ ਮਿਲ ਜਾਂਦੀ ਹੈ ਵੋਟਾਂ ਦੇ ਮਾਮਲੇ 'ਚ ਵੀ, ਬਾਕੀ ਦਾ ਦੂਰ ਦੀ ਹੋਰ ਗੱਲ ਹੈ, ਤੇ ਉਧਰ ਵੀ ਚਾਹੀਦਾ ਹੋਏਗਾ। ਇਸ ਲਈ ਪੋਲਿਟਿਕਸ ਇਸੇ ਢੰਗ ਨਾਲ ਚੱਲਦੀ ਹੈ। ਪਾਰਟੀ ਇੱਕ ਹੋਣ ਦੇ ਬਾਵਜੂਦ ਅੰਦਰੂਨੀ ਖੇਮੇ ਵੀ ਹੁੰਦੇ ਨੇ, ਅੰਦਰੂਨੀ ਖੇਮਿਆਂ ਦੇ ਵਿੱਚ ਫਿਰ ਤੁਸੀਂ ਪੋਲੀਟੀਸ਼ੀਅਨ ਬਹੁਤ ਸ਼ਾਰਪ ਹੈ ਕਿ ਕਿਹਦੇ ਕੋਲ ਜਾਣਾ ਚਾਹੀਦਾ ਇਸ ਸਮੇਂ, ਕਿਹਦੇ ਕੋਲ ਨਹੀਂ ਜਾਣਾ ਚਾਹੀਦਾ, ਇਹ ਪਲਾਨ ਕਰਕੇ ਜਾਂਦਾ। ਕਹਿਣ ਨੂੰ ਚਾਹੇ ਹੁੰਦਾ ਵੀ ਇੱਥੋਂ ਦੇ ਲੰਘੇ ਜਾ ਰਹੇ ਸੀ, ਜਾਂਦੇ ਜਾਂਦੇ ਮੁੜ ਗਏ ਤੇ ਇੱਧਰ ਆ ਗਏ, ਉਹ ਕਹਿਣ ਦੀਆਂ ਗੱਲਾਂ ਅਲੱਗ ਨੇ, ਪਰ ਪਰਦੇ ਪਿੱਛੇ ਇਹ ਜ਼ਰੂਰ ਬੁਣਿਆ ਜਾ ਰਿਹਾ। ਇਹ ਇੰਟਰਸਟਿੰਗ ਘਟਨਾ ਕਾਂਗਰਸ ਦੇ ਕੈਂਡੀਡੇਚਰ ਨੂੰ ਲੈ ਕੇ ਜ਼ਰੂਰ ਫਿਊਚਰ ਦੇ ਵਿੱਚ ਇਹ ਸ਼ਾਇਦ ਅਮਲ 'ਚ ਆਉਂਦੀ ਵੀ ਦਿਖੇਗੀ ਲੋਕਾਂ ਨੂੰ। ਰਾਣਾ ਗੁਰਜੀਤ ਬਾਰੇ ਕਿਹਾ ਜਾਂਦਾ ਕਿ ਉਹ ਯਾਰਾਂ ਦੇ ਯਾਰ ਨੇ, ਚੰਨੀ ਨੂੰ ਵੀ ਪਤਾ ਹੈ, ਔਰ ਉਹ ਕਹਿੰਦੇ ਵੀ ਹੈ। ਰਾਣਾ ਗੁਰਜੀਤ ਨਾਲ ਜਦੋਂ ਕਦੇ ਗੱਲ ਹੁੰਦੀ ਹੈ ਤੇ ਉਹਨਾਂ ਦਾ ਜਿਹੜਾ ਲਹਿਜਾ ਹੁੰਦਾ ਹੈ ਉਹ ਬੜਾ ਪੁਖਤਾ ਹੁੰਦਾ ਗੱਲ ਕਰਨ ਦੇ ਵਿੱਚ। ਹੁਣ ਸਵਾਲ ਇਸ ਗੱਲ ਤੇ ਹੈ ਕਿ ਪਿਛਲੀ ਵਾਰੀ ਉਹ ਜਲੰਧਰ ਦੇ ਵਿੱਚ ਚੋਣ ਇੰਚਾਰਜ ਸੀਗੇ ਜਦੋਂ ਰਿੰਕੂ ਜਿੱਤ ਗਏ ਆਮ ਆਦਮੀ ਪਾਰਟੀ ਵੱਲੋਂ, ਜੇ ਰਿੰਕੂ ਵੀ ਉਹਨਾਂ ਦੇ ਪੁਰਾਣੇ ਚੇਲੇ ਨੇ, ਚੇਲੇ ਸ਼ਬਦ ਆਮ ਵਰਤਿਆ ਜਾਂਦਾ ਜੀ ਇਹਨੂੰ ਕੋਈ ਬੁਰਾ ਨਾ ਮੰਨੇ, ਤਾਂ ਫਿਰ ਰਾਣਾ ਗੁਰਜੀਤ ਨਾਲ ਚੰਨੀ ਨੂੰ ਬਣਾ ਕੇ ਰੱਖਣੀ ਜਲੰਧਰ ਦੇ ਵਿੱਚ ਅਣਸਰ ਦੀ ਲੋੜ ਆ। ਸੋ ਮੈਨੂੰ ਲੱਗਦਾ ਕਿ ਸਥਿਤੀਆਂ ਜਿਹੜੀਆਂ ਠੀਕ ਦਿਸ਼ਾ ਵੱਲ ਹੀ ਜਾ ਰਹੀਆਂ ਨੇ। ਵੈਸੇ ਉਹਨਾਂ ਨੇ ਪਿਛਲੀ ਵਾਰੀ ਪੱਟ ਤੇ ਥਾਪੀ ਮਾਰ ਕੇ ਮੁੰਡਾ ਜਿਤਾ ਲਿਆ ਸੀ, ਇਹਦਾ ਮਤਲਬ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਕਿਹੜੀ ਕਿੱਥੇ ਕੁ ਜੇ ਨਬਜ਼ ਤੇ ਕਿੱਥੇ ਕੁ ਜੇ ਹੱਥ ਰੱਖਣਾ, ਉਂਗਲ ਰੱਖਣੀ ਹੈ, ਤੇ ਚੰਨੀ ਨੂੰ ਵਾਹਵਾ ਲਾਭ ਹੋ ਸਕਦਾ। ਕਿਉਂਕਿ ਜੇਕਰ ਰਾਣਾ ਗੁਰਜੀਤ ਬਾਰੇ ਇਹ ਮੰਨਿਆ ਜਾਂਦਾ ਕਿ 100% ਮਨ ਬਣਾ ਲੈਣ ਤਾਂ ਉਹ ਕੰਪੇਨ ਚਲਾਉਣ ਦੇ ਮਾਹਿਰ ਤਾਂ ਹੈਗੇ ਹੀ ਆ, ਤੇ ਅਨੰਦਪੁਰ ਸਾਹਿਬ ਦੇ ਵਿੱਚ ਮੁਕਾਬਲਾ ਬੜਾ ਹੀ ਦਿਲਚਸਪ ਹੋ ਜਾਊਗਾ ਜੇ ਮਨੀਸ਼ ਤਿਵਾੜੀ ਜਿਹੜੇ ਕਾਂਗਰਸ ਦੇ ਵਿੱਚ ਪ੍ਰਭਾਵੀ ਨੇ ਔਰ ਉਹਨਾਂ ਨੂੰ ਨੈਸ਼ਨਲ ਪੱਧਰ ਤੇ ਜਦੋਂ ਕੋਈ ਅਹਿਮ ਪ੍ਰੈਸ ਕਾਨਫਰੰਸ ਜਾਂ ਕੋਈ ਬਿਆਨ ਦੇਣ ਲਈ ਉਹ ਉਹਨਾਂ ਨੂੰ ਅੱਗੇ ਲਾਇਆ ਜਾਂਦਾ, ਇਹਦਾ ਮਤਲਬ ਏਡੀ ਛੇਤੀ ਉਹ ਏਡੀ ਵੱਡੀ ਭੂਮਿਕਾ ਛੱਡ ਕੇ ਆਉਣਗੇ ਨਹੀਂ। ਜਿਵੇਂ ਮੰਨਿਆ ਜਾਂਦਾ ਸੀ ਕਿ ਉਹ ਬੀਜੇਪੀ ਜੇ ਆਫਰ ਕਰੇ ਚੰਡੀਗੜ੍ਹ ਜਾਂ ਕੁਝ ਹੋਰ ਤਾਂ ਉਹ ਜਾ ਸਕਦੇ ਆ, ਪਰ ਹੁਣ ਮਨੀਸ਼ ਤਿਵਾੜੀ ਕਾਂਗਰਸ ਦੇ ਵਿੱਚ ਰਹਿ ਕੇ ਮੈਨੂੰ ਲੱਗਦਾ ਲੁਧਿਆਣਾ ਜਾਂ ਚੰਡੀਗੜ੍ਹ ਨੂੰ ਜ਼ਿਆਦਾ ਤਰਜੀਹ ਦੇਣਗੇ ਅਨੰਦਪੁਰ ਸਾਹਿਬ ਨਾਲੋਂ। ਸੋ ਰਾਣਾ ਗੁਰਜੀਤ ਵਾਲੀ ਗੱਲ ਦੇ ਵਿੱਚ ਕੁਝ ਦਮ ਤਾਂ ਲੱਗਦਾ ਹੈ ਜੇ ਰਾਣਾ ਗੁਰਜੀਤ ਲੋਬਿੰਗ ਕਰ ਰਹੇ ਨੇ ਤਾਂ। ਸੋ ਮੈਂ ਸਰਦਾਰ ਹਮੀਰ ਸਿੰਘ ਜੀ, ਕਿਉਂਕਿ ਵੱਡੇ ਬੰਦਿਆਂ ਦੀ ਗੱਲ ਹੋ ਰਹੀ ਆ, ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਰਾਣਾ ਗੁਰਜੀਤ ਔਰ ਬਿਕਰਮ ਮਜੀਠੀਆ ਆਹਮਣੇ ਸਾਹਮਣੇ ਹੋ ਸਕਦੇ ਖਡੂਰ ਸਾਹਿਬ ਦੇ ਵਿੱਚ। ਰਾਣਾ ਗੁਰਜੀਤ ਤਾਂ ਖਡੂਰ ਸਾਹਿਬ ਵੱਲ ਨਜ਼ਰ ਨਹੀਂ ਟਿਕਾ ਕੇ ਬੈਠੇ, ਸ਼ਾਇਦ ਉਹਨਾਂ ਦੇ ਕੋਈ ਇੱਥੇ ਹਿੱਤ ਜਾਂ ਬਾਕੀ ਚੀਜ਼ਾਂ ਦੀ ਗੱਲ ਵੀ ਹੁੰਦੀ ਰਹੀ ਹੈ ਕਿ ਉਹਨਾਂ ਦੀ ਕੋਈ ਫੈਕਟਰੀ ਇਸ ਕੰਸਟੀਟੂਐਂਸੀ ਦੇ ਵਿੱਚ ਹੈਗੀ ਆ, ਤੇ ਉਹ ਫਿਰ ਇਸ ਗੱਲੋਂ ਵੀ ਆਪਣੀ ਹਾਈਕਮਾਂਡ ਨਾਲ। ਲੇਕਿਨ ਜੇ ਬਿਕਰਮ ਮਜੀਠੀਆ ਨੂੰ ਉੱਥੋਂ ਦੇ ਹਲਕਾ ਇੰਚਾਰਜ ਅਕਾਲੀ ਦਲ ਦੇ ਚਾਹੁੰਦੇ ਨੇ ਤਾਂ ਕੀ ਸਥਿਤੀ ਬਣੀ ਹੈ? ਮੈਂ ਇਹ ਕਿਉਂਕਿ ਸੁਖਬੀਰ ਸਿੰਘ ਮੰਥਨ ਚ ਲੱਗੇ ਹੋਏ ਆ, ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਪਾਰਟੀ 13 ਕੈਂਡੀਡੇਟਸ ਤੈਅ ਕਰਨ ਲਈ ਜ਼ੋਰਦਾਰ ਤਰੀਕੇ ਨਾਲ ਲੱਗੀ ਹੋਈ ਹੈ। ਮੰਨਿਆ ਜਾ ਰਿਹਾ ਕਿ ਹਰਸਿਮਰਤ ਕੌਰ ਬਾਦਲ ਦੀ ਟਿਕਟ ਤਾਂ ਫਾਈਨਲ ਹੀ ਹੈ, ਕੁਝ ਹੋਰ ਟਿਕਟਾਂ ਬਾਰੇ ਵੀ ਜਿਵੇਂ ਅਨਿਲ ਜੋਸ਼ੀ ਕਈ ਚਿਰ ਤੋਂ ਅੰਮ੍ਰਿਤਸਰ ਦੇ ਵਿੱਚ ਲੱਗੇ ਹੋਏ ਆ। ਸੋ ਬਿਕਰਮ ਮਜੀਠੀਆ ਦਾ ਆਪਣਾ ਹਲਕਾ ਅੰਮ੍ਰਿਤਸਰ 'ਚ ਪੈਂਦਾ, ਅੰਮ੍ਰਿਤਸਰ ਲਗਭਗ ਹੁਣ ਬੁੱਕ ਹੋ ਚੁੱਕਿਆ, ਖਡੂਰ ਸਾਹਿਬ ਪੰਥਕ ਹਲਕਾ ਹੈ। ਸੋ ਖਡੂਰ ਸਾਹਿਬ ਦੇ ਵਿੱਚ ਬਿਕਰਮ ਦੀ ਸੰਭਾਵਨਾ ਹੋ ਸਕਦੀ ਹੈ ਕਿ ਨਹੀਂ? ਕਿਉਂਕਿ ਇਹ ਵੀ ਕਿਹਾ ਗਿਆ ਕਿ ਇੱਕ ਪਰਿਵਾਰ 'ਚੋਂ ਇੱਕ ਟਿਕਟ, ਫਿਰ ਹਰਸਿਮਰਤ ਕੌਰ ਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ ਬਿਕਰਮ ਕਿ ਮੈਨੂੰ ਨਾ ਲੜਾਓ, ਉਹ ਸਟੇਟ ਪੋਲਿਟਿਕਸ ਵਿੱਚ ਰਹਿਣਾ ਚਾਹੁੰਗੇ। ਔਰ ਜੇ ਹਲਕਾ ਇੰਚਾਰਜ ਕਹਿ ਰਹੇ ਨੇ ਤਾਂ ਕੀ ਇਹ ਨਿਯਮ ਤੋੜੇ ਜਾ ਸਕਦੇ? ਨਿਯਮ ਲਾਗੂ ਵੀ ਹੁੰਦੇ ਆ ਕਿ ਨਹੀਂ ਸਾਰੇ ਸਵਾਲ? ਵੈਸੇ ਤਾਂ ਇਹ ਹੈ ਕਿ ਕਰੂਸ਼ਲ ਇਲੈਕਸ਼ਨ ਹੈ ਅਕਾਲੀ ਦਲ ਲਈ ਵੀ, ਖਾਸ ਤੌਰ ਤੇ ਪੰਜਾਬ ਲਈ ਤੇ ਦੇਸ਼ ਲਈ ਉਹ ਕਰੂਸ਼ਲ, ਦੇਸ਼ ਲਈ ਅਲੱਗ ਐਂਗਲ ਤੋਂ ਕਰੂਸ਼ਲ ਹੈ। ਜਿਹੜਾ ਕਿਹਾ ਜਾ ਰਿਹਾ ਕਿ 24 ਦੀ ਇਲੈਕਸ਼ਨ ਨਾਲ ਦੇਸ਼ ਦਾ ਡੈਮੋਕ੍ਰੇਸੀ ਦਾ ਸੰਵਿਧਾਨ ਦਾ ਬੜਾ ਕੁਝ ਜੁੜਿਆ ਹੋਇਆ, ਪਰ ਪੰਜਾਬ ਲਈ ਸਪੈਸ਼ਲ ਇਸ ਲਈ ਹੈ ਕਿਉਂਕਿ ਪਹਿਲੀ ਵਾਰ ਲੋਕ ਸਭਾ ਦੀ ਚੋਣ ਜਿਹੜੀ ਹੈ ਅਕਾਲੀ ਬੀਜੇਪੀ ਦਾ ਅਲਾਇੰਸ ਨਹੀਂ ਹੋਇਆ, ਇੰਡੀਆ ਅਲਾਇੰਸ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਕਾਂਗਰਸ ਦਾ ਵੀ ਅਲਾਇੰਸ ਨਹੀਂ ਹੋਇਆ, ਔਰ ਅਕਾਲੀ ਦਲ ਵੀ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਤੇ ਬੀਜੇਪੀ ਇਹ ਐਕਸਪੈਂਡ ਕਰਨ ਦੀ ਆਪਣੀ ਲੜਾਈ ਲੜ ਰਹੀ ਹੈ ਵੀ ਦੂਜੇ ਇਧਰ ਉਧਰੋਂ ਬੁਲਾ ਕੇ ਜਿੰਨਾ ਵੀ ਐਕਸਪੈਂਸ਼ਨ ਕੀਤੀ ਜਾ ਸਕੇ। ਅਕਾਲੀ ਦਲ ਨੇ ਇਸ ਸਮੇਂ ਬਿਲਕੁਲ ਹੀ
ਆਪਣੇ ਬੈਸਟ ਕੈਂਡੀਡੇਟ ਇਸ ਲਈ ਉਤਾਰਨ ਦਾ ਮੇਰਾ ਖਿਆਲ ਹੈ ਫੈਸਲਾ ਕਰੂਗਾ, ਕਿਉਂਕਿ ਕਿਤਾ ਵੋਟ ਸ਼ੇਅਰ ਨੀਚੇ ਨਹੀਂ ਜਾਣਾ ਚਾਹੀਦਾ, ਦੂਜਾ ਕੁਝ ਸੀਟਾਂ ਜੋ ਆਪਣੇ ਦਮ ਤੇ ਕੱਢ ਦਿੰਦਾ ਜਿਹੜੀਆਂ ਜਿਹੜਾ ਸਭ ਤੋਂ ਬੈਸਟ ਲੜ ਕੇ, ਤਾਂ ਅਕਾਲੀ ਦਲ ਦਾ ਸਰਵਾਈਵਲ ਉਹ ਇਹ ਦਿਖਾਏਗਾ ਵੀ ਨਹੀਂ ਅਕਾਲੀ ਦਲ ਅਜੇ ਇਹ ਨਹੀਂ ਹੈ ਕਿ ਮਤਲਬ ਹੁਣ ਕੰਪੀਟੀਸ਼ਨ ਤੋਂ ਬਾਹਰ ਆ ਜਾਂ ਗਿਆ ਹੋਇਆ ਪਾਰਟੀ ਆ ਜਾਂ ਦੂਜੀਆਂ ਦੋ ਪਾਰਟੀਆਂ ਵੱਡੀਆਂ ਹੋ ਗਈਆਂ ਅਕਾਲੀ ਦਲ ਨਾਲੋਂ, ਇਹ ਉਹਨਾਂ ਨੂੰ ਇੱਕ ਮਾਹੌਲ ਸਿਰਜਣਾ ਪਏਗਾ। ਇਸੇ ਕਰਕੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਇੱਕ ਲੈਵਲ ਦਾ ਉਧਰ ਮੋੜਾ ਕੱਟਿਆ ਸੀ ਪਹਿਲਾਂ, ਚਾਹੇ ਅਕਾਲ ਤਖ਼ਤ ਦਾ ਵਿਧੀਵਤ ਰੂਪ ਚ ਨਹੀਂ ਪਰ ਇੱਕ ਮਾਫ਼ੀ ਦਾ ਇੱਕ ਸੰਕੇਤ ਦਿੱਤਾ ਸੀ ਔਰ ਉਸ ਲੈਵਲ ਤੇ ਵੀ ਚੱਲਣ ਦੀ ਕੋਸ਼ਿਸ਼ ਕੀਤੀ। ਹੁਣ ਜਿਹੜੇ ਮਤੇ ਪਾਏ ਨੇ ਉਹ ਮਤਿਆਂ ਤੇ ਵੀ ਜਿਹੜੇ ਚੱਲਦੇ ਨੇ, ਉਧਰ ਨੂੰ ਥੋੜਾ ਜਿਹਾ ਟਰਾਈ ਹੈ ਕਿ ਪੰਥ ਔਰ ਕਿਸਾਨੀ ਖਾਸ ਤੌਰ ਦੇ ਉੱਤੇ ਇਹ ਇੱਧਰ ਇਹਨਾਂ ਨੂੰ ਨਾਲ ਦੁਬਾਰਾ ਰਿਵਾਈਵ ਕਰਾਇਆ ਜਾਏ। ਜਿਹੜੀ ਖਡੂਰ ਸਾਹਿਬ ਸੀਟ ਹੈ ਉਹ ਨੋਰਮਲੀ ਪੰਥਕ ਸੀਟ ਹੀ ਮੰਨੀ ਜਾਂਦੀ ਹੈ ਬੜੇ ਲੰਮੇ ਸਮੇਂ ਤੋਂ, ਰਾਣਾ ਗੁਰਜੀਤ ਨੇ ਪਹਿਲਾਂ ਵੀ ਲੜੀ ਸੀ ਖਡੂਰ ਸਾਹਿਬ ਸੀਟ, ਔਰ ਉਦੋਂ ਰਤਨ ਸਿੰਘ ਡਾਕਟਰ ਰਤਨ ਸਿੰਘ ਜਨਾਣਾ ਅਕਾਲੀ ਦਲ ਦੇ ਕੈਂਡੀਡੇਟ ਸੀਗੇ ਤੇ ਕਾਫੀ ਜ਼ਿਆਦਾ ਟਫ ਕੰਪੀਟੀਸ਼ਨ ਸੀ, ਪਰ ਉੱਥੇ ਇੱਕ ਬੇਬ ਲਾਸਟ ਦੇ ਵਿੱਚ ਚੱਲ ਗਈ ਸੀ ਜਿਹੜੀ ਕਿ ਪੰਥ ਪੈਸੇ ਨਾਲ ਨਹੀਂ ਵਿਕਣਾ ਚਾਹੀਦਾ, ਪੰਥ ਇਸ ਤਰ੍ਹਾਂ ਨਹੀਂ ਕਰਨਾ। ਰਾਣਾ ਰਤਨ ਸਿੰਘ ਜਨਾਣਾ ਨੇ ਇਹ ਗੱਲ ਪੂਰੀ ਘੁਮਾਈ ਸੀ ਕਿ ਰਾਣਾ ਗੁਰਜੀਤ ਨੇ ਤਾਂ ਜੀ ਪੈਸਿਆਂ ਨਾਲ ਦੇਖੋ ਖਰੀਦਣਾ, ਇਹ ਤਾਂ ਖਰੀਦਣਗੇ ਆਪਣੇ ਕੋਲ ਓਨੇ ਪੈਸੇ ਨਹੀਂ ਹੈ, ਬਾਕੀ ਪੰਥ ਨੇ ਸੋਚਣਾ ਕੀ ਕਰਨਾ, ਤੇ ਉਹ ਚੱਲ ਗਈ ਸੀ ਗੱਲ। ਕਈ ਵਾਰ ਉਹ ਰਾਇ ਚੱਲ ਜਾਂਦੀ ਹੈ ਜਿਹੜੀ ਉਸ ਪੱਧਰ ਦੇ ਉੱਤੇ ਗਈ। ਤੇ ਹੁਣ ਮਾਝੇ ਦੇ ਵਿੱਚ ਇਸ ਪੂਰੀ ਖਡੂਰ ਸਾਹਿਬ ਸੀਟ ਦੇ ਉੱਤੇ, ਕਿਉਂਕਿ ਇੱਧਰ ਜਾਂਦੀ ਹੈ ਜੀਰਾ ਵੀ ਇਹਦੇ ਵਿੱਚ ਆ ਜਾਂਦਾ, ਉਧਰੋਂ ਇੱਧਰੋਂ ਦੁਆਬੇ ਦਾ ਵੀ ਹਲਕਾ ਜਿਹੜਾ ਇਹਦੇ 'ਚ ਆ ਜਾਂਦਾ, ਤੇ ਇਕੱਲਾ ਮਾਝੇ ਦੇ ਵੀ ਕੁਝ ਹਿੱਸੇ ਹੈਗੇ ਨੇ। ਹੁਣ ਇਹਨਾਂ ਤੇ ਵੀ ਕੌਣ ਕਿੱਥੇ ਤੱਕ ਰੀਚ ਕਰ ਸਕਦਾ, ਕਿਹਨੂੰ ਆਇਡੈਂਟੀਫਿਕੇਸ਼ਨ ਦਾ ਸਵਾਲ ਹੈ। ਨੋਰਮਲੀ ਮਾਝੇ ਦੇ ਵਿੱਚ, ਮਾਝੇ 'ਚ ਜਰਨੈਲ ਕਲਚਰ ਇੱਕ ਬੜਾ, ਕਦੇ ਬ੍ਰਹਮਪੁਰਾ ਸਾਹਿਬ ਮਾਝੇ ਦੇ ਜਰਨੈਲ ਮੰਨੇ ਜਾਂਦੇ ਰਹੇ ਵੀ, ਤੇ ਫਿਰ ਬਿਕਰਮ ਮਜੀਠੀਆ ਨੂੰ ਉਹਨੇ ਰਿਪਲੇਸ ਕਰਤਾ, ਆ ਕੇ ਕਹਿਣ ਲੱਗ ਗਏ ਬਿਕਰਮ ਮਜੀਠੀਆ ਜਰਨੈਲ ਹੈ, ਤਾਂ ਫਿਰ ਹੁਣ ਲੜਾਈ ਤਾਂ ਜਰਨੈਲਾਂ ਦੀ ਉਹ ਹੋ ਗਈ। ਜਰਨੈਲ ਜਦੋਂ ਲਾਸਟ ਬੈਟਲ ਦੀ ਗੱਲ ਕਰਦੇ ਹੋ ਤੁਸੀਂ, ਤੇ ਉਦੋਂ ਤਾਂ ਜਰਨੈਲ ਨੂੰ ਹੀ ਮੇਨ ਗੱਲ ਬਣਦੀ ਹੈ। ਔਰ ਇੱਕ ਗੱਲ ਇਹ ਵੀ ਹੋਈ, ਜੇ ਬਿਕਰਮ ਮਜੀਠੀਆ ਲੜਦੇ ਨੇ ਤੇ ਮੇਰੇ ਖਿਆਲ ਜਿਹੜੇ ਛੋਟੇ ਵਰਕਰਾਂ ਦਾ ਆਪਸੀ ਕਲੈਸ਼ ਹੁੰਦਾ ਉਹ ਨਹੀਂ ਹੁੰਦਾ ਮੇਨ ਲੀਡਰ ਦੇ ਖਿਲਾਫ, ਉਹ ਠੀਕ ਤਰੀਕੇ ਨਾਲ ਕੰਪੇਨ ਕੰਪੂਨ ਕਰ ਲੈਂਦੇ ਨੇ। ਔਰ ਜਿਹੜੀ ਗੱਲ ਹੈਗੀ ਹੈ ਕਿ ਦਿੱਲੀ 'ਚ ਜਾਣਾ ਜਾਂ ਇੱਥੇ ਜਾਣਾ, ਇਹ ਕੋਈ ਮਾਹਨੇ ਨਹੀਂ ਅੱਜ ਕੱਲ੍ਹ ਰੱਖਦਾ ਕਿ ਕੋਰਟ ਪੋਲੀਟਿਕਸ ਚਲਾ ਗਿਆ ਕਿ ਜਦ ਮਰਜ਼ੀ ਮੁੜਿਆ ਉਹ ਤੁਸੀਂ ਕੌਣ ਰੋਕਦਾ ਮੁੜਨ ਨੂੰ ਵੀ ਜੇ ਤੁਸੀਂ ਆ ਕੇ ਅਸੈਂਬਲੀ ਵੀ ਲੜ ਲੈਂਦੇ ਹੋ ਫਿਰ ਪਾਰਲੀਮੈਂਟ ਛੱਡ ਦਿੰਦੇ ਹੋ, ਘਰ ਦਾ ਕੰਮ ਹੈ, ਕੋਈ ਐਡੀ ਗੱਲ ਨਹੀਂ ਹੈ। ਸਾਰੀ ਪਾਰਟੀ ਤੇ ਮਤਲਬ ਤੁਹਾਡਾ ਕੰਟਰੋਲ ਹੈ, ਸੁਖਬੀਰ ਸਿੰਘ ਬਾਦਲ ਦਾ ਹੈ, ਹਰਸਿਮਰਤ ਕੌਰ ਬਾਦਲ ਹੈ, ਹਰਸਿਮਰਤ ਕੌਰ ਬਾਦਲ ਔਰ ਬਿਕਰਮ ਮਜੀਠੀਆ ਦੀ ਭੈਣ ਭਰਾ ਦੀ ਕਾਫੀ ਜ਼ਿਆਦਾ ਅੰਡਰਸਟੈਂਡਿੰਗ ਵੀ ਹੈ, ਕੋਈ ਇਹੋ ਜਿਹੀ ਗੱਲ ਵੀ ਨਹੀਂ ਹੈ ਕਿ ਨਹੀਂ ਹੈ, ਮੈਨੂੰ ਉਹ ਤਾਂ ਨਹੀਂ ਗੱਲ ਐਡੀ ਵੱਡੀ ਲੱਗਦੀ। ਇੱਕ ਨੂੰ ਹਾਂ ਇਹ ਆਪਸ 'ਚ ਐਡਜਸਟਮੈਂਟ ਕਰਕੇ ਕਰ ਲੈਣ ਵੀ ਇੱਕ ਉੱਥੇ ਚਲਾ ਜਾਏ ਇੱਕ ਇੱਥੇ ਚਲਾ ਜਾਏ, ਇੱਥੇ ਵਾਲਾ ਤਾਂ ਮਾਮਲਾ ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਬਾਦਲ 'ਚ ਨਹੀਂ ਚੱਲਿਆ ਸੀ। ਬਾਦਲ ਸਾਹਿਬ ਇਹ ਐਡਜਸਟ ਕਰਨਾ ਚਾਹੁੰਦੇ ਸੀ ਵੀ ਚਲੋ ਸੁਖਬੀਰ ਉੱਥੇ ਚਲਾ ਜਾਏ ਪਹਿਲਾਂ ਪਹਿਲਾਂ, ਮਨਪ੍ਰੀਤ ਇੱਥੇ ਰਹਿ ਗਏ, ਉਹ ਰੌਲਾ ਪੈ ਗਿਆ ਉਲਟਾ, ਤੇ ਮਨਪ੍ਰੀਤ ਨੂੰ ਫਿਰ ਕਹਿਣ ਲੱਗ ਹੋ ਗਿਆ ਵੀ ਸ਼ਾਇਦ ਮਨਪ੍ਰੀਤ ਨੂੰ ਭੇਜ ਦੇਣਗੇ ਉੱਥੇ, ਤਾਂ ਮਨਪ੍ਰੀਤ ਨੇ ਆਪਣੀ ਅੱਡ ਪਾਰਟੀ ਬਣਾ ਲਈ ਸੀ ਵੀ ਮੈਨੂੰ ਇੱਥੋਂ ਕੱਢਣ ਦੀ ਸ਼ਾਇਦ ਸਾਜ਼ਿਸ਼ ਹੈ ਜਾਂ ਜੋ ਮਰਜ਼ੀ ਹੈ। ਇੱਥੇ ਪਤਾ ਨੀ ਕੀ ਇਹੋ ਜਿਹਾ ਰੱਖਿਆ, ਬਹੁਤ ਲੋਕ ਉਧਰ ਦੀ ਹੋ ਕੇ ਵੀ ਆ ਜਾਂਦੇ ਨੇ, ਜੇ ਇੰਨੀ ਕੁ ਮੰਨ ਕੇ ਸ਼ਾਇਦ ਦੁਬਾਰਾ ਆਇਆ ਜਾਏ ਤਾਂ ਕੋਈ ਬੜੀ ਗੱਲ ਨਹੀਂ ਹੈ। ਜਿਹੜਾ ਇੱਕ ਟਿਕਟ ਇੱਕ ਪਰਿਵਾਰ ਦਾ ਸਵਾਲ ਹੈ, ਪਰਿਵਾਰ ਦਾ ਮਤਲਬ ਮੇਰੇ ਖਿਆਲ ਹੈ ਇੱਕ ਉਹ ਜਿਹੜਾ ਇੱਕ ਡੈਫੀਨੇਸ਼ਨ ਹੈ, ਡੈਫੀਨੇਸ਼ਨ ਐਕਸਟੈਂਡਡ ਫੈਮਿਲੀ ਤੱਕ ਨਹੀਂ ਹੈ ਜਾਏਗੀ, ਡੈਫੀਨੇਸ਼ਨ ਤਾਂ ਜਿਹੜੀ ਇੱਕ ਮਿਨੀਮਮ ਪਰਿਵਾਰ ਹੁੰਦਾ ਕਿ ਮਾਤਾ ਪਿਤਾ ਉਹਨਾਂ ਦੇ ਬੱਚੇ ਉੱਥੇ ਤੱਕ ਹੀ ਇੱਕ ਮੇਨ ਪਰਿਵਾਰ ਮੰਨਿਆ ਜਾਊਗਾ ਜਦੋਂ ਪਾਲਿਟਿਕਸ 'ਚ ਐਕਸਟੈਂਡਡ, ਤਾਂ ਫਿਰ ਬਹੁਤ ਦੂਰ ਤੱਕ ਫੈਲ ਜੂਗੀ ਗੱਲ, ਤੇ ਉਹ ਤਾਂ ਬੜਿਆਂ ਦੀ ਟਿਕਟ ਕੱਟ ਦੂਗੀ, ਕੱਟੀ ਜਾਊਗੀ ਜਿਹੜੇ ਵੱਖ ਵੱਖ ਮਾਮਲਿਆਂ ਦੇ ਵਿੱਚ ਆਉਣਗੇ ਅੱਗੇ।
ਔਰ ਸ਼ਾਇਦ ਉਹ ਗੱਲ ਤਾਂ ਨਾ ਹੋਵੇ ਜੇ ਬਿਕਰਮ ਉਹਨਾਂ ਦਾ ਮਨ ਨਾ ਬਣਿਆ ਤਾਂ ਬਿਰਸਾ ਸਿੰਘ ਬਲਟੋਆ ਉਹਨਾਂ ਦੇ ਕੈਂਡੀਡੇਟ ਹੈ ਨੇ ਤੇ ਉਹਨਾਂ ਦੀ ਵੀ ਹੈ ਤੇ ਪਛਾਣ ਤਾਂ ਹੈਗੀ ਉਹ ਹੈ ਜਿਸ ਢੰਗ ਨਾਲ ਉਸ ਲੈਵਲ ਤੇ ਕਰਦੇ ਸੀ। ਪਰ ਕੱਦਾਵਰ ਸਭ ਤੋਂ ਟੌਪ ਆਦਮੀ ਬਿਕਰਮ ਮਜੀਠੀਆ ਖਡੂਰ ਸਾਹਿਬ ਅਕਾਲੀ ਦਲ ਲਈ ਮੰਨਿਆ ਜਾ ਰਿਹਾ ਕਿ ਫਿੱਟ ਹੋ ਸਕਦਾ ਜੇਕਰ ਉਹਨਾਂ ਨੂੰ ਲੜਾਇਆ ਜਾਂਦਾ। ਹੁਣ ਉਹ MLA ਵੀ ਨਹੀਂ ਬਣਨੇ 27 ਤੱਕ ਉਹਨਾਂ ਦੀ ਵਾਈਫ ਹੈਗੀ ਹੈ, 27 ਤੋਂ ਪਹਿਲਾਂ ਤਾਂ ਕੋਈ ਚੋਣ ਵੀ ਨਹੀਂ ਆਉਣੀ ਉਸ ਪੱਧਰ ਦੇ, ਇਹਨੂੰ ਦੇਖੋ ਕੀ ਬਣਦਾ ਆਉਣ ਵਾਲੇ ਦਿਨਾਂ ਚ। ਵੈਸੇ ਤਾਂ ਉੱਥੇ ਇਹਨਾਂ ਦੇ ਕਰੀਬੀ ਰਿਸ਼ਤੇਦਾਰ ਆਦੇਸ਼ ਪ੍ਰਤਾਪ ਸਿੰਘ ਕਹਿਰੋਂ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਜੀਜਾ, ਉਹ ਵੀ ਹੈਗੇ ਨੇ। ਜੇਕਰ ਆਦੇਸ਼ ਪ੍ਰਤਾਪ ਸਿੰਘ ਕਹਿਰੋਂ ਨੂੰ ਵੀ ਲੜਾਇਆ ਜਾਂਦਾ ਹੈ, ਪਰ ਇਹ ਬਿਕਰਮ ਸਿੰਘ ਮਜੀਠੀਆ ਦੇ ਲੜਨ ਨਾਲ ਪੂਰੇ ਹਲਕੇ ਦੀ ਜਿਹੜੀ ਆਪਸੀ ਕੋਈ ਦੁਬਧਾ ਵੀ ਹੋਵੇ, ਕਿਸੇ ਦੇ ਵਿੱਚ ਵਖਰੇਵੇਂ ਵੀ ਹੋਣ, ਉਹ ਖਤਮ ਹੋ ਜਾਣਗੇ। ਤੇ ਫਿਰ ਨਾਲੇ ਪੂਰੇ ਮਾਝੇ ਦੀ ਜਿਹੜੀ ਲੀਡਰਸ਼ਿਪ ਆ ਉਹ ਫਰੀ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਮਿਲ ਜਾਣੀ। ਖਡੂਰ ਸਾਹਿਬ ਇੱਕ ਹੌਟ ਸੀਟ ਬਣ ਜੂਗੀ, ਹਰ ਪਿੰਡ 'ਚ ਵੱਡੇ ਵੱਡੇ ਅਕਾਲੀ ਆਗੂ ਤੁਹਾਨੂੰ ਮਿਲ ਜਾਣਗੇ, ਔਰ ਇਹ ਦੂਜੀਆਂ ਪਾਰਟੀਆਂ ਲਈ ਇੱਕ ਸਿਰਦਰਦ ਬਣ ਸਕਦੀ ਹੈ ਸੀਟ। ਵੈਸੇ ਬਾਦਲ ਸਾਹਿਬ ਵੀ ਤਾਂ ਉਧਰੋਂ ਦਿੱਲੀ ਵੱਲੋਂ ਹੋ ਕੇ ਆਏ ਜਦੋਂ ਉਹਨਾਂ ਨੂੰ ਮਿਨਿਸਟਰ ਬਣਾ ਦਿੱਤਾ ਗਿਆ ਸੀ, ਪਰ ਉਹਨਾਂ ਦਾ ਬਹੁਤਾ ਦਿਲ ਉੱਥੇ ਲੱਗਿਆ ਨਹੀਂ ਸੀ। ਸੋ ਦਿੱਲੀ ਜਾਣਾ ਤੁਹਾਡੀ ਵੀ ਗੱਲ ਠੀਕ ਹੈ ਕਿ ਕਈ ਵੀ ਬੰਦੇ ਨੂੰ ਵੱਡਾ ਵੀ ਕਰਦੀ। ਕੈਪਟਨ ਅਮਰਿੰਦਰ ਸਿੰਘ ਜਦੋਂ ਗਏ ਸਿਆਸਤ ਦੇ ਵਿੱਚੋਂ ਹਾਸ਼ੀਏ ਤੇ ਸੀਗੇ, ਦਿੱਲੀ ਗਏ ਜੇਟਲੀ ਨੂੰ ਹਰਾ ਕੇ, ਮੁੜੇ ਜਦੋਂ ਉੱਥੇ ਮੁੱਖ ਮੰਤਰੀ ਬਣ ਗਏ। ਸੋ ਇਹ ਵੀ ਚੰਨੀ ਸਾਹਿਬ ਵੀ ਸ਼ਾਇਦ ਇਹੋ ਜਿਹੀਆਂ ਚੀਜ਼ਾਂ ਸੋਚਦੇ ਹੋਣ ਕਿ ਮੁੜ ਕੇ ਜੇ ਦੁਬਾਰਾ ਸਥਾਪਿਤ ਹੋਣਾ ਹੈ ਮੁੱਖ ਮੰਤਰੀ ਦੇ ਰੂਪ 'ਚ ਤੇ ਉੱਤੋਂ ਹੋ ਕੇ ਆਈਏ। ਖੈਰ ਮੈਂ ਜਿਹੜੀ ਆਪਾਂ ਪਟਿਆਲੇ ਵਾਲੀ ਗੱਲ ਕਰ ਲਈਏ, ਫਿਰ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਇੰਟਰਵਿਊ ਦਿੱਤੀ ਆ, ਅਹਿਮ ਆ ਉਹਦੇ ਵਿੱਚ ਉਹਨਾਂ ਨੇ ਸੀਟਾਂ ਤੇ ਤਵੱਜੋ ਨਹੀਂ ਦੇਣ ਦੀ ਗੱਲ ਕਹੀ, ਦਿਲਾਂ ਤੇ ਦੇਣ ਦੀ ਗੱਲ ਕਹੀ ਆ। ਸੋ ਮਾਮਲਾ ਵੀ ਸਾਰਾ ਦਿਲ ਦਾ ਹੀ ਹੈ ਕਿ ਲੋਕ ਕਿੱਦਾਂ ਨਾਲ ਵਾਪਸ ਜੁੜਨ। ਪਰ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਤਾਂ ਐਲਾਨੇ ਜਾ ਚੁੱਕੇ ਆ। ਕੈਪਟਨ ਅਮਰਿੰਦਰ ਸਿੰਘ ਨਾਲ ਬਾਦਲ ਪਰਿਵਾਰ ਦੇ ਰਿਸ਼ਤੇ ਬੜੇ ਸੁਖਾਵੇਂ ਰਹੇ ਆ। ਉਹਨਾਂ ਨੇ ਪੂਰਾ ਜ਼ੋਰ ਵੀ ਲਾਇਆ ਕਿ ਅਕਾਲੀ ਭਾਜਪਾ ਗੱਠਜੋੜ ਮੁੜ ਕੇ ਹੋ ਜੇ। ਕੈਪਟਨ ਅਮਰਿੰਦਰ ਸਿੰਘ 2 ਵਾਰੀ ਪ੍ਰਧਾਨ ਮੰਤਰੀ ਅਮਿਤ ਸ਼ਾਹ ਸਾਰਿਆਂ ਨੂੰ ਮਿਲੇ, ਲੇਕਿਨ ਗੱਲ ਸਿਰੇ ਨਹੀਂ ਚੜੀ, ਜਾਖੜ ਵੀ ਕਰ ਰਹੇ ਸੀਗੇ। ਹੁਣ ਜਦੋਂ ਉਹ ਪਟਿਆਲੇ ਦੇ ਵਿੱਚ ਪਰਿਵਾਰਕ ਸੀਟ ਤੇ ਲੜ ਰਹੇ ਹੋਣਗੇ ਤਾਂ ਅਕਾਲੀ ਦਲ ਥੋੜਾ ਨਰਮ ਗੋਸ਼ਾ ਰੱਖੂਗਾ ਕਿ ਰੱਖੜੇ ਤੇ ਨਾ ਕਰਨ ਤੋਂ ਬਾਅਦ ਇਹਨਾਂ ਕੇ ਸ਼ਰਮਾ ਦਾ ਨਾਂ ਚੱਲ ਰਿਹਾ, ਵਿੱਚ ਵਿੱਚ ਚੰਦੂ ਮਾਜਰਾ ਸਾਹਿਬ ਦਾ ਵੀ ਨਾਂ ਚੱਲਦਾ ਸੀ ਕਿ ਚੀਮਾ ਸਾਹਿਬ ਨੂੰ ਆਨੰਦਪੁਰ ਲੜਾ ਲਓ। ਪਰ ਮੈਨੂੰ ਲੱਗਦਾ ਕਿ ਚੰਦੂ ਮਾਜਰਾ ਸਾਹਿਬ ਆਪਣੀ ਸਾਰੀ ਦੀ ਸਾਰੀ ਤਾਕਤ ਆਨੰਦਪੁਰ ਸਾਹਿਬ 'ਚ ਝੋਕ ਰਹੇ ਆ। ਕੀ ਅਕਾਲੀ ਦਲ ਥੋੜਾ ਜਿਹਾ ਫ੍ਰੀ ਹੈਂਡ ਜਾਂ ਥੋੜਾ ਜਿਹਾ ਸਾਥ ਦੇਣਾ ਚਾਹੂਗਾ ਕੈਪਟਨ ਅਮਰਿੰਦਰ ਸਿੰਘ ਨੂੰ, ਜਾਂ ਹੋਣ ਦੀ ਲੜਾਈ ਵਿੱਚ ਉਹ ਆਪਣੀ ਪ੍ਰਤੀਸ਼ਤਤਾ ਨਹੀਂ ਗਵਾਉਣਾ ਚਾਹੁੰਗੇ ਔਰ ਉਹ ਲੜਨਾ ਚਾਹੁੰਗੇ ਹੁਭ ਕੇ? ਔਰ ਪਟਿਆਲੇ ਦੀ ਜਿਹੜੀ ਸੀਟ ਹੈ, ਮੈਨੂੰ ਲੱਗਦਾ ਕਿ ਇਹ ਬੇਸਿਕਲੀ ਜ਼ਿਆਦਾਤਰ ਕਾਂਗਰਸ ਨੇ ਜਿੱਤੀ ਹੈ। ਮਤਲਬ ਪਟਿਆਲਾ ਸੀਟ ਬਹੁਤੀ ਵਾਰੀ ਕਾਂਗਰਸ ਜਿੱਤਦੀ ਰਹੀ ਹੈ, ਕਿਉਂਕਿ ਉਹਦੇ 'ਚ ਮਤਲਬ ਅਮਰਿੰਦਰ ਸਿੰਘ ਉਹਨਾਂ ਦੇ ਪਰਿਵਾਰ ਦਾ ਵੀ ਆਪਣਾ ਰੋਲ ਹੈਗਾ ਹੀ ਹੈ। ਲਗਾਤਾਰ 3-4 ਵਾਰ ਤਾਂ ਕੈਪਟਨ ਪਰਨੀਤ ਕੌਰ ਦੇ ਹਿੱਸੇ ਆਈ ਹੈ ਉਹ ਸੀਟ। ਔਰ ਦੂਸਰਾ ਕਾਂਗਰਸ ਪਾਰਟੀ ਦਾ ਵੀ ਜੇ ਨੇਚਰ ਲਾਓ, ਜਿਹੜੇ ਹਲਕੇ ਨੇ ਉਹਦੇ ਵਿੱਚ ਆਉਂਦੇ ਨੇ। ਨਾਭਾ ਸੀਟ ਹੈ, ਨਾਭਾ ਵੀ ਬਹੁਤ ਵਾਰ ਕਾਂਗਰਸ ਦੇ ਪੱਲੇ ਪੈਂਦੀ ਰਹੀ ਹੈ ਤੇ ਇੱਧਰ ਦੀਆਂ ਜਿੰਨੀਆਂ ਸੀਟਾਂ ਆਉਂਦੀਆਂ ਰਹੀਆਂ ਉਸ ਪੱਧਰ ਦੀ। ਹੁਣ ਰੱਖੜਾ ਸਾਹਿਬ ਨੇ ਕਹਿਤਾ ਕਿ ਨਹੀਂ ਲੜਨਾ ਜੀ। ਰੱਖੜਾ ਸਾਹਿਬ ਤਾਂ ਪਹਿਲਾਂ ਤੋਂ ਹੀ ਇਹ ਲੱਗ ਰਿਹਾ ਸੀ ਕਿ ਸ਼ਾਇਦ ਉਹ ਨਹੀਂ ਲੜਨਗੇ, ਉਹ ਖੜੇ ਵੀ ਹੋਏ ਔਰ ਨਹੀਂ ਜਿੱਤੇ ਇਸ ਸੀਟ ਤੋਂ। ਔਰ ਉਸ ਤੋਂ ਬਾਅਦ ਜੇ ਰੱਖੜਾ ਨਹੀਂ ਲੜਦੇ ਤਾਂ ਚੰਦੂ ਮਾਜਰਾ ਉਹਨਾਂ ਤੇ ਦਾ ਇੱਕ ਹੁੰਦਾ ਕਿ ਚੰਦੂ ਮਾਜਰਾ ਉਹਨੇ ਇੱਥੋਂ ਰਹਿ ਵੀ ਚੁੱਕੇ ਨੇ ਇੱਕ ਵਾਰ ਤੇ ਹਾਰ ਵੀ ਚੁੱਕੇ ਨੇ ਇਸ ਸੀਟ ਨੂੰ। ਬਾਕੀ ਇਸੇ ਹਲਕੇ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਵੀ ਮਤਲਬ ਜਦੋਂ ਜਿੱਤ ਗਏ ਸੀਗੇ ਉਹ MLA ਬਣੇ ਸੀ ਸਟਾਰਟਿੰਗ 'ਚ 85 ਦੇ ਵਿੱਚ ਡਕਾਲਾ ਹਲਕੇ ਤੋਂ, ਔਰ ਉਦੋਂ ਬਾਅਦ ਵੀ ਉਹਨਾਂ ਦਾ ਬੇਟਾ ਵੀ ਹੁਣ ਸਨੌਰ ਤੋਂ ਤੇ ਇਹ ਘਰੌਰ ਤੋਂ ਲੜ ਚੁੱਕੇ ਨੇ ਪਿਛਲੀ 22 ਦੀ ਇਲੈਕਸ਼ਨ। ਉਹ ਆਪ ਦੀ ਬੇਬ ਦੇ ਚੱਕਰ 'ਚ ਹਾਰ ਗਏ ਸੀ ਦੋਨੋਂ। ਜੇਕਰ ਇਹ ਦੇਖਿਆ ਜਾਏ ਤਾਂ ਚੰਦੂ ਬਾਜਰਾ ਉਹਨੀ ਬੈਸਟ ਹੋ, ਹਾਲਾਂਕਿ ਕੈਪਟਨ ਕਮਲਜੀਤ ਨੂੰ ਵੀ ਇੱਥੋਂ, ਅਕਾਲੀ ਦਲ ਨੇ ਦੀਪਿੰਦਰ ਢਿੱਲੋਂ ਨੂੰ ਵੀ ਇੱਥੋਂ ਕੈਂਡੀਡੇਟ ਬਣਾਇਆ ਇੱਕ ਵਾਰ ਪਾਰਲੀਮੈਂਟ ਦਾ, ਜਿਹੜਾ ਨੂੰ ਲਿਆਂਦਾ ਸੀ ਕਾਂਗਰਸ 'ਚੋਂ, ਕਾਂਗਰਸ 'ਚੋਂ ਲਿਆ ਕੇ
ਬਣਾਤਾ ਸੀ, ਜਿਹੜੇ ਪ੍ਰਨੀਤ ਕੌਰ ਦੇ ਬਹੁਤ ਨੇੜੇ ਮੰਨੇ ਜਾਂਦੇ ਸੀ ਕਦੇ, ਤੇ ਉਹ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਬਣਾ ਕੇ ਤੇ ਉਸ ਤੋਂ ਬਾਅਦ ਲੜਾਇਆ ਸੀਗਾ। ਉਦੋਂ ਵੀ ਮਤਲਬ ਇਹ ਨਹੀਂ ਸੀ ਕਿ ਕਿਸੇ ਦੇ ਨਾਲ, ਉਦੋਂ ਕੋਈ ਅਮਰਿੰਦਰ ਸਿੰਘ ਨਾਲ ਕੋਈ ਜਾਂ ਕਿਸੇ ਨਾਲ ਪੈਚ ਅਪ ਸੀਗਾ, ਪਰ ਉਹਨਾਂ ਨੂੰ ਉਦੋਂ ਸ਼ਾਇਦ ਲੱਗਿਆ ਦੀਪਿੰਦਰ ਢਿੱਲੋਂ ਬੇਸਿਕ ਹੋ ਸਕਣਗੇ। ਹੁਣ ਜੇ ਇਹ ਗੱਲ ਚੱਲਦੀ ਹੈ ਜਿਹੜੀ ਸ਼ਰਮਾ ਦੀ, ਐਨ ਕੇ ਸ਼ਰਮਾ ਦੀ, ਮੈਨੂੰ ਨਹੀਂ ਇਹ ਲੱਗਦਾ ਅਖਬਾਰਾਂ ਨੇ ਲਿਖਿਆ ਖੈਰ ਕੋਈ ਵੀਕ ਕੈਂਡੀਡੇਟ ਦਿੱਤਾ ਜਾਊਗਾ ਜਾਂ ਫਲਾਨਾ। ਹੋਰ ਅਕਾਲੀ ਦਲ ਕੋਲ ਜੇ ਚੰਦੂ ਮਾਜਰਾ ਉੱਥੋਂ ਨਹੀਂ ਲੜਨਾ ਚਾਹੁੰਦੇ, ਉਹ ਅਨੰਦਪੁਰ ਸਾਹਿਬ ਲੜਨਾ ਚਾਹੁੰਦੇ ਨੇ ਤੇ ਨੱਖੜਾ ਲੜਨਾ ਨਹੀਂ ਚਾਹੁੰਦੇ, ਇਸ ਸੀਟ ਤੇ ਕਿਹੜਾ ਹੋਰ ਇਦੋਂ ਬੈਟਰ ਕੈਂਡੀਡੇਟ ਹੈ? ਮਤਲਬ ਜਦ ਤੱਕ ਤੁਹਾਡੇ ਕੋਲ ਹੋਵੇ ਨਾ ਕਿ ਆਹ ਬੈਠਾ ਬੰਦਾ ਇਹਨੂੰ ਕਿਉਂ ਨਹੀਂ ਲੜਾਉਂਦੇ ਤੇ ਇਹਨੂੰ ਤੁਸੀਂ ਕਿਉਂ ਲਾਉਣਾ। ਦੂਸਰੀ ਗੱਲ, ਦੂਸਰੀ ਗੱਲ ਇਹ ਹੈ ਕਿ ਐਨ ਕੇ ਸ਼ਰਮਾ ਰੀਅਲ ਸਟੇਟ ਦੇ ਦਾਇਰੇ ਦਾ ਆਦਮੀ ਹੈ, ਪੈਸੇ ਪੂਸੇ ਚੰਗੇ ਨੇ, ਪਾਰਟੀ ਦਾ ਖਜ਼ਾਨਚੀ ਹੈ ਲੰਮੇ ਸਮੇਂ ਤੋਂ, ਲਗਾਤਾਰ ਸੁਖਬੀਰ ਸਿੰਘ ਬਾਦਲ ਦੇ ਸਭ ਤੋਂ ਕਰੀਬੀ ਹੈ ਤੇ ਹਰ ਸਮੇਂ ਨਾਲ ਰਹਿਣ ਵਾਲਾ ਉਸ ਪਦ ਉਹਦੇ ਨਾਲ ਜੁੜ ਕੇ, ਔਰ ਕੈਪਟਨ ਕਮਲਜੀਤ ਨੇ ਉਹਨੂੰ ਖੜਾ ਕੀਤਾ ਸੀ ਕਦੇ, ਫਿਰ ਕੈਪਟਨ ਕਮਲਜੀਤ ਨੂੰ ਨਾਲ ਹੀ ਲੜਾਈ ਵੀ ਲੜੀ ਉਹਨੇ ਅਸੈਂਬਲੀ ਚ ਇੱਥੇ ਖੜਾ ਕਰਕੇ। ਉਦੋਂ ਤੋਂ ਜਦੋਂ ਤੋਂ ਕੈਪਟਨ ਕਮਲਜੀਤ ਦਾ ਵਿਰੋਧੀ ਉਹ ਹੋਇਆ, ਉਦੋਂ ਤੋਂ ਸੁਖਬੀਰ ਸਿੰਘ ਬਾਦਲ ਉਹਨਾਂ ਨਾਲ ਡਾਇਰੈਕਟ ਟਾਈ ਉਹਦੀ ਅੰਡਰਸਟੈਂਡਿੰਗ ਹੈ। ਔਰ ਇੱਕੇ ਸੀਟ ਇਹ ਹੈ ਜਦੋਂ ਤੋਂ ਸ਼ਰਮਾ ਲੜ ਰਹੇ ਆ ਜੀਰਕਪੁਰ, ਇੱਥੇ ਤਾਂ ਉਹਦਾ ਦਬਦਬਾ ਹੈਗਾ ਹੀ ਹੈ ਇਸ ਸੀਟ ਤੇ, ਡੇਰਾਬੱਸੀ ਸੀਟ ਦੇ ਉੱਤੇ, ਕਿਉਂਕਿ ਜਦੋਂ ਪਿੱਛੇ ਸੀ ਪਿਛਲੀ ਇਲੈਕਸ਼ਨ ਦੀ ਅਸੀਂ ਗੱਲ ਕਰੀਏ, ਰੱਖੜਾ ਲਗਭਗ ਉੱਥੋਂ ਸਾਰਿਆਂ ਤੋਂ ਹਾਰ ਦਿਆ, 27,000 ਵੋਟਾਂ ਤੇ ਡੇਰਾਬੱਸੀ ਤੋਂ ਵੀ ਉਦੋਂ ਜਿੱਤੇ ਸੀ ਰੱਖੜਾ, ਮਤਲਬ ਲੀਡ ਲਈ ਸੀ ਪ੍ਰਨੀਤ ਕੌਰ ਨਾਲੋਂ ਉਸ ਸਮੇਂ ਵੀ। ਔਰ ਹੁਣ ਜੇ ਇਹ ਪੈਸਾ ਵੀ ਖਰਚ ਹੋਊਗਾ ਇਸ ਇਲੈਕਸ਼ਨ ਤੇ, ਦੂਜਾ ਸ਼ਾਇਦ ਇੱਕ ਵਾਰੀ ਹੋਰ ਵੀ ਗੱਲ ਅਕਾਲੀ ਦਲ ਨੇ ਸੋਚੀ ਹੋਵੇ, ਕੁਝ ਹਿੰਦੂ ਇੱਕਾ ਦੋਕਾ ਸੀਟਾਂ ਅਕਾਲੀ ਦਲ ਜ਼ਰੂਰ ਦਿੰਦਾ ਰਿਹਾ, ਬਿਲਕੁਲ ਹੀ ਟੋਟਲੀ ਸਿੱਖ ਸੀਟਾਂ ਨਹੀਂ ਦਿੰਦਾ ਰਿਹਾ, ਤੇ ਉਹਦੇ 'ਚ ਇੱਕ ਵਾਰ ਤਾਂ ਬਹੁਤ ਅਸੈਂਬਲੀ 'ਚ ਦਿੱਤੀਆਂ ਸੀ 13-14, ਪਰ ਫਿਰ ਹੌਲੀ ਹੌਲੀ ਉਹਨਾਂ ਨੇ ਉਹ ਕੀਤਾ। ਤੇ ਜੇ ਪਟਿਆਲਾ ਸੀਟ ਤੇ ਦਿੰਦਾ, ਉਹਨਾਂ ਨੂੰ ਲੱਗਦਾ ਕਿ ਇੱਕ ਲੈਵਲ ਦੀ ਹਿੰਦੂ ਵੋਟ ਜਿਹੜੀ ਉਸ ਪੱਧਰ ਤੇ ਪੈਣ ਦੀ ਗੱਲ ਹੁੰਦੀ ਹੈ ਤੇ ਇਹਨਾਂ ਨੂੰ ਪੈ ਜਾਂਦੀ ਹੈ, ਤੇ ਅਕਾਲੀ ਦਲ ਦੀ ਰੂਰਲ ਵੋਟ ਵੱਲ ਅਸੀਂ ਲੈ ਜਾਂਦੇ ਹਾਂ। ਇਹ ਸਟ੍ਰੈਟਜੀ ਦਾ ਹਿੱਸਾ ਵੀ ਹੋ ਸਕਦਾ ਕਿ ਕਿੰਨਾ ਕੁ ਹਿੰਮਤ ਐਨ ਕੇ ਸ਼ਰਮਾ ਆਪਣੇ ਢੰਗ ਨਾਲ ਮਾਰਦੇ ਨੇ ਤੇ ਕਿੰਨੀ ਕੁ ਫਿਰ ਪਾਰਟੀ ਉਹਨਾਂ ਨੂੰ ਸਪੋਰਟ ਕਰਦੀ ਹੈ, ਮਤਲਬ ਇਹਦੇ ਮਾਮਲੇ। ਔਰ ਇੱਕ ਇਹ ਵੀ ਸ਼ਾਇਦ ਗੱਲ ਹੁੰਦੀ ਹੈ ਕਿ ਕੀ ਸ਼ਰਮਾ ਦਾ ਵਿਰੋਧ, ਕਿਹੜੇ ਲੀਡਰ ਦਾ ਵਿਰੋਧ ਘੱਟ ਹੋਏਗਾ ਦੂਜੇ ਦੇ ਮੁਕਾਬਲੇ, ਫਿਰ ਜੇਕਰ ਖੜਾ ਵੀ ਕਰ ਦਿੱਤਾ ਜਾਏ, ਤੇ ਕੁਝ ਹੋਰ ਪਾਕਟਾਂ ਦੇ ਲੀਡਰ ਨੇ ਜਿਨ੍ਹਾਂ ਨੂੰ ਖੜਾ ਕਰ ਦਿੱਤਾ ਜਾਏਗਾ ਤਾਂ ਇੱਕ ਦੂਜੇ ਦੀ ਵੀ ਕੰਟਰਾਡਿਕਸ਼ਨ ਲਗਾਤਾਰ ਚੱਲੂਗੀ ਇਸ ਸਾਰੇ ਸੈਗਮੈਂਟ ਦੇ ਵਿੱਚ। ਇਸ ਲਈ ਅਜੇ ਫਾਈਨਲ ਤਾਂ ਹੋਣਾ, ਪਤਾ ਨਹੀਂ ਕੀ ਹੈ, ਪਰ ਇੱਕ ਇੰਟਰਸਟਿੰਗ ਗੱਲ ਹੋ ਜਾਏਗੀ ਪਟਿਆਲੇ ਦੇ ਵਿੱਚ। ਪਟਿਆਲੇ 'ਚ ਇੰਟਰਸਟਿੰਗ ਗੱਲ ਇਹ ਹੋ ਜਾਏਗੀ ਕਿ ਪਹਿਲੀ ਵਾਰ ਦੋ ਮੇਜਰ ਪਾਰਟੀਆਂ ਜਿਹੜੀਆਂ ਉਹ ਹਿੰਦੂ ਕੈਂਡੀਡੇਟ ਦੇਣਗੀਆਂ, ਡਾਕਟਰ ਧਰਮਵੀਰ ਗਾਂਧੀ ਜੇਕਰ ਉਧਰੋਂ ਕਾਂਗਰਸ ਤੋਂ ਆ ਜਾਂਦੇ ਨੇ, ਜੇ ਅਕਾਲੀ ਦਲ ਤੋਂ ਐਨ ਕੇ ਸ਼ਰਮਾ ਆ ਜਾਂਦੇ ਨੇ, ਤੇ ਉਹ ਕੈਂਡੀਡੇਟ ਦੋਨਾਂ ਦਾ ਮਤਲਬ ਸਾਡੇ ਸਾਹਮਣੇ ਦਿਖਾਈ ਦਿੰਦਾ। ਬੀਜੇਪੀ ਦੇ ਪ੍ਰਨੀਤ ਕੌਰ ਹੈ, ਚਾਹੇ ਉਹ ਪਹਿਲਾਂ ਕਾਂਗਰਸ ਤੋਂ ਸੀ, ਉਹ ਇੱਕ ਅਲੱਗ ਗੱਲ ਹੈ, ਤੇ ਬਾਕੀ ਫਿਰ ਆਮ ਆਦਮੀ ਪਾਰਟੀ ਹੈ। ਆਮ ਆਦਮੀ ਪਾਰਟੀ ਨੇ ਡਾਕਟਰ ਬਲਬੀਰ ਸਿੰਘ ਨੂੰ ਦੇ ਦਿੱਤੀ ਹੈ, ਉਹ ਸਾਡੇ ਸਾਹਮਣੇ ਉਹ ਕੰਪਲੇਨ ਕਰ ਰਹੇ ਨੇ, ਉਹਨਾਂ ਦਾ ਕਿੰਨਾ ਕੁ ਰਹਿੰਦਾ ਉਹ ਅਲੱਗ ਹੈ। ਪਰ ਪਟਿਆਲਾ ਵੀ ਇੰਟਰਸਟਿੰਗ ਹੋ ਜਾਏਗਾ ਮੁਕਾਬਲਾ, ਮੈਨੂੰ ਲੱਗਦਾ ਇੰਨਾ ਸੌਖਾ ਨਹੀਂ ਹੈ ਖੇਡ ਨਾ ਪ੍ਰਨੀਤ ਕੌਰ ਦੇ ਮਾਮਲੇ ਦੇ ਵਿੱਚ, ਕਿ ਪ੍ਰਨੀਤ ਕੌਰ ਕਿਤੇ ਉਹਨਾਂ ਨੂੰ ਲੈ ਜਾਣਗੇ, ਮੁਕਾਬਲਾ ਕਾਫੀ ਸਖਤ ਹੋਏਗਾ। ਵੈਸੇ ਅੰਮ੍ਰਿਤਸਰ ਵਾਂਗ ਜਿੱਦਾਂ ਅੰਮ੍ਰਿਤਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਟੇਕ ਤਾਂ ਹਿੰਦੂ ਵੋਟ ਤੇ ਰਹਿੰਦੀ ਰਹਿੰਦੀ ਹੈ, ਨੋ ਡਾਊਟ ਕਿ ਉਹ ਉਸ ਸੈਗਮੈਂਟ ਨੂੰ ਜ਼ਿਆਦਾ ਨੁਮਾਇੰਦਾ ਪਾਰਟੀ ਆ ਜਾਂ ਉਹਨੂੰ ਰਿਪ੍ਰਜੈਂਟ ਕਰਦੇ ਆ। ਉਹਨਾਂ ਨੇ ਇੱਥੋਂ ਸਿੱਖ ਉਮੀਦਵਾਰ ਉਤਾਰਿਆ, ਜਿਵੇਂ ਟ੍ਰੈਡੀਸ਼ਨ ਹੁੰਦੀ ਸੀ ਕਿ ਸਿੱਖ ਡੀਸੀ ਹੋਣਾ ਚਾਹੀਦਾ ਅੰਮ੍ਰਿਤਸਰ 'ਚ। ਔਰ ਇਸੇ ਤਰ੍ਹਾਂ ਪਟਿਆਲੇ ਦੇ ਵਿੱਚ ਉਹਨਾਂ ਨੇ ਆਪਣਾ ਉਮੀਦਵਾਰ ਪ੍ਰਨੀਤ ਕੌਰ ਨੂੰ ਬਣਾਇਆ, ਤੇ ਦੂਜੇ ਜਿਹੜੇ ਆ ਉਹ
ਜਿਹੜੀ ਉਹਨਾਂ ਦੀ ਕੋਰ ਰਿਪੋਰਟ ਆ ਉਹਦੇ ਤੇ ਆਪਣੇ ਉਮੀਦਵਾਰ ਇਸ ਤਰ੍ਹਾਂ ਦੇ ਕੇ ਨਜ਼ਰ ਰੱਖਣਗੇ, ਇਹ ਵੀ ਰੌਚਕਤਾ ਬਣੂਗੀ। ਕੱਲ ਮਾਲਵਿੰਦਰ ਕੰਗ ਨੂੰ ਬੜੇ ਦੇਰ ਬਾਅਦ ਉਤਾਰਿਆ, ਮੈਨੂੰ ਲੱਗਦਾ ਪਹਿਲੀ ਲਿਸਟ ਵਿੱਚ ਦੇ ਦਿੰਦੇ ਹਰਜ ਕੀ ਸੀ, ਔਰ 9 ਸੀਟਾਂ ਹੋ ਜਾਂਦੀਆਂ ਮਗਰ 8 ਰਹਿ ਜਾਣੀਆਂ ਇਹ ਰਿੰਕੂ ਚਲੇ ਗਏ ਤੇ ਚੱਬੇਵਾਲ ਨੂੰ ਵੀ ਕੱਲ ਉਹਨਾਂ ਉਤਾਰ ਦਿੱਤਾ ਹੈ। ਵੈਸੇ ਹੁਸ਼ਿਆਰਪੁਰ ਬਹੁਤ ਨਾਜ਼ੁਕ ਸੀਟ ਬਣੀ ਹੋਈ ਹੈ, ਉਮੀਦਵਾਰ ਲੱਭ ਨਹੀਂ ਰਹੇ ਤੇ ਸੋਹਣ ਸਿੰਘ ਠੰਡੜ ਦਾ ਨਾਂ ਅਕਾਲੀ ਦਲ ਵੱਲੋਂ ਚੱਲੀ ਜਾਂਦਾ, ਇੱਕ ਨਾਂ ਹੋਰ ਵੀ ਚੱਲੀ ਜਾਂਦਾ ਹੈ। ਇਸੇ ਤਰ੍ਹਾਂ ਅਜੇ ਮੁਸ਼ਕਲ ਆ ਰਹੀ ਹੈ ਬੀਜੇਪੀ ਨੂੰ ਕਿ ਉਹ ਇਹ ਸੀਟ ਨੂੰ ਜੇਤੂ ਸੀਟ ਮੰਨਦੇ ਰਹੇ ਸਦਾ, ਕਿ ਇੱਥੇ ਉਹ ਕੈਂਡੀਡੇਟ ਦਿੱਤਾ ਜਾਵੇ ਜਿਹੜਾ ਆਪਣੀ ਹੋਮ ਟਰਫ ਨੂੰ ਬਚਾ ਸਕੇ ਜਾਂ ਮੈਕਸੀਮਮ ਜਿਹੜਾ ਉਹ ਨੰਬਰ ਤੇ ਰਵੇ। ਇਹ ਇੱਕ ਵਾਰੀ ਐਡਰੈਸ ਵੀ ਕਰ ਦਿਓ ਤੇ ਨਾਲ ਹੀ ਸੁਖਬੀਰ ਸਿੰਘ ਬਾਦਲ ਦਿਲ ਜਿੱਤ ਪਾਉਣਗੇ ਕਿ ਲੋਕਾਂ ਦੇ, ਜਿਵੇਂ ਉਹਨਾਂ ਦਾ ਇਸ ਵੇਲੇ ਨਜ਼ਰੀਆ ਜਾਂ ਏਜੰਡਾ ਹੈ। ਹੁਸ਼ਿਆਰਪੁਰ ਸੀਟ ਕਾਫੀ, ਇੱਕ ਤਾਂ ਹੁਸ਼ਿਆਰਪੁਰ ਇਸ ਲਈ ਇੰਪੋਰਟੈਂਟ ਹੈ ਕਿਉਂਕਿ ਬੜੇ ਲੰਮੇ ਸਮੇਂ ਤੱਕ ਹੁਸ਼ਿਆਰਪੁਰ ਐਜੂਕੇਸ਼ਨ ਦੇ ਲਿਟਰੇਸੀ ਦੇ ਮਾਮਲੇ 'ਚ ਟੌਪ ਰਿਹਾ ਪੰਜਾਬ ਦੇ ਵਿੱਚ, ਕਿ ਮਤਲਬ ਪੜ੍ਹੇ ਲਿਖੇ ਬੰਦਿਆਂ ਦੇ ਮਾਮਲੇ 'ਚ ਉੱਥੋਂ ਹੀ ਬਹੁਤ ਸਾਰੇ, ਖਾਸ ਤੌਰ 'ਤੇ ਕਿਉਂਕਿ ਉਹ ਰਿਜ਼ਰਵ ਸੀਟ ਵੀ ਹੈ, ਉੱਥੋਂ ਹੀ ਬਹੁਤ ਸਾਰੇ ਇਸ ਜ਼ਿਲ੍ਹੇ ਦੇ ਵਿੱਚੋਂ ਹੀ IAS ਅਫਸਰ, IAS PCS ਔਰ IPS ਵੀ ਹੁੰਦੇ ਰਹੇ ਨੇ, ਔਰ ਉਸ ਕੈਟਾਗਰੀ 'ਚੋਂ ਰਿਜ਼ਰਵ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ। ਔਰ ਇਸੇ ਕਰਕੇ ਨੋਰਮਲੀ ਇਹ ਵੀ ਹੋ ਜਾਂਦਾ ਰਿਹਾ ਕਈ ਵਾਰ ਕਿ ਅਫਸਰ ਨੂੰ ਕਿਸੇ ਨੂੰ ਮਤਲਬ ਰਿਜਾਇਨ ਕਰਾਓ ਜਾਂ ਆਪ ਰਿਟਾਇਰ ਹੋ ਗਿਆ ਤੇ ਦੇ ਦਿਓ ਸੀਟ, ਤੇ ਸੋਮ ਪ੍ਰਕਾਸ਼ ਜੀ ਉੱਥੋਂ ਰਹੇ ਨੇ ਤੇ ਉਹ ਸਾਡੇ ਸਾਹਮਣੇ ਜਿੱਤ ਕੇ ਵੀ ਆਏ ਦੇਖੇ ਤੇ ਮੰਤਰੀ ਵੀ ਬਣ ਗਏ, ਪਰ ਹੁਣ ਸ਼ਾਇਦ ਨਹੀਂ, ਇਸ ਵਾਰ ਵਿਚਾਰੇ ਨਹੀਂ ਜਾ ਰਹੇ, ਉਹਨਾਂ ਦਾ ਨਾਮ ਬਹੁਤਾ ਪਾਪੂਲਰ ਨਹੀਂ ਹੋ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹੋ ਸਕਦਾ ਉਹਨਾਂ ਦੀ ਏਜ ਦੀ ਕੋਈ ਗੱਲ ਹੋਵੇ ਜਾਂ ਪਾਰਟੀ ਵੀ ਉਸ ਢੰਗ ਨਾਲ ਅੱਗੇ ਨਹੀਂ ਚਰਚਾ 'ਚ ਵਧਾ ਰਹੀ। ਸਾਂਪਲਾ ਹੋਣੀ ਵੀ ਜਿੱਤੇ ਸੀ, ਮੰਤਰੀ ਰਹੇ ਔਰ ਅਨੁਸੂਚਿਤ ਜਾਤੀ ਜਿਹੜਾ ਨੈਸ਼ਨਲ ਕਮਿਸ਼ਨ ਹੈ ਉਹਦੇ ਚੇਅਰਮੈਨ ਰਹੇ, ਔਰ ਬੜੀਆਂ ਉਹਨਾਂ ਨੇ ਉਹ ਦੇਖੀਆਂ ਨੇ ਸਾਰੀਆਂ। ਹੁਣ ਉਹਨਾਂ ਦਾ ਵੀ ਨਾਂ ਉਸ ਰੂਪ 'ਚ ਚਰਚਾ 'ਚ ਨਹੀਂ ਆ ਰਿਹਾ ਬੀਜੇਪੀ ਦੇ ਜਿਹੜੇ ਸਾਰੇ, ਉਹਦੇ ਤਾਂ ਮਤਲਬ ਬੀਜੇਪੀ ਕਿਤੇ ਹੋਰ ਨਜ਼ਰ 'ਚ ਹੈ ਇਸ ਹੁਸ਼ਿਆਰਪੁਰ ਦੇ ਮਾਮਲੇ ਦੇ ਵਿੱਚ। ਔਰ ਆਮ ਆਦਮੀ ਪਾਰਟੀ ਨੇ ਤਾਂ ਕੈਂਡੀਡੇਟ ਲੈ ਹੀ ਲਿਆ, ਜੇ ਨਹੀਂ ਸੀਗਾ ਤਾਂ ਕਿਤਨੋਂ ਕਿਤ ਹੁੰਦਾ ਹੀ ਆ ਵੀ ਚਲੋ ਆਪਾਂ ਦੇਖੀਏ, ਸਰਚ ਕੀਤਾ ਤੇ ਚੱਬੇਵਾਲ ਹੋਣੀ ਪਹਿਲਾਂ ਸੰਗਲ ਕਿਤੇ ਹੋਰ ਲਈ ਫਿਰਦੇ ਸੀ ਤੇ ਹੁਣ ਕਿਤੇ ਹੋਰ ਚੱਲ ਗਏ ਨੇ, ਤੇ ਭਾਵੇਂ ਇਹ ਕਹਿ ਰਹੇ ਨੇ ਕਾਂਗਰਸੀ ਵੀ ਇਹ ਬਲੇਮ ਹੈ, ਉਹਨਾਂ ਤੇ ਆਹ ਪਰਚਾ ਸੀ ਜਾਂ ਆਹ ਉਹਨਾਂ ਤੇ ਦੋਸ਼ ਸੀਗਾ ਇਸ ਕਰਕੇ ਡਰਾ ਲੇ ਫਲਾਨਾ ਹੋ ਗਿਆ, ਇਹ ਤਾਂ ਪੋਲਿਟਿਕਸ 'ਚ ਚੱਲਦਾ ਤੇ ਹੁਣ ਉਹਨਾਂ ਨੇ ਕੈਂਡੀਡੇਟ ਅਨਾਊਂਸ ਕਰਤਾ ਸਾਰੇ ਗੱਲਾਂ ਦੇ ਬਾਵਜੂਦ ਉਸ ਸਾਰੇ ਮਾਮਲੇ ਦੇ। ਹਾਂ, ਅਕਾਲੀ ਦਲ ਦੇ ਵਿੱਚ ਜੇ ਇੱਕ ਪੁਰਾਣੇ ਲੀਡਰਾਂ 'ਚੋਂ ਠੰਡਲ ਪੁਰਾਣੇ ਲੀਡਰ ਨੇ ਔਰ ਲਗਾਤਾਰ MLA ਕਈ ਵਾਰ ਰਹੇ, ਚੀਫ ਪਾਰਲੀਮੈਂਟਰੀ ਸੈਕਟਰੀ ਵੀ ਰਹੇ, ਈਵਨ ਐਗਰੀਕਲਚਰ ਡਿਪਾਰਟਮੈਂਟ ਵੀ ਉਹਨਾਂ ਕੋਲ ਇੱਕ ਲੈਵਲ ਤੇ ਰਿਹਾ ਸੀਗਾ, ਇਹ ਸਾਰਾ ਕੁਝ ਰਿਹਾ। ਜੇ ਦੇਣਾ ਚਾਹੁਣ ਅਕਾਲੀ ਦਲ ਪੁਰਾਣੇ ਕਿਸੇ ਨੂੰ ਦੇਣਾ ਜਿਹੜੇ ਟ੍ਰੈਡੀਸ਼ਨਲ ਅਕਾਲੀ ਨੇ, ਉਹਨਾਂ 'ਚੋਂ ਠੰਡਲ ਦਾ ਨਾਂ ਹੋ ਸਕਦਾ, ਜਾਂ ਉਹਨਾਂ ਨੇ ਵੀ ਕੋਈ ਨਵੇਂ ਹੋਰ ਤਰਾਸਣੇ ਨੇ ਕਿਤੋਂ ਕਿਤੋਂ, ਕੋਈ ਹੋਰ ਬੰਦੇ ਕੋਈ ਰਿਟਾਇਰਡ ਅਫਸਰ ਲੱਭਣਗੇ ਜਾਂ ਕੋਈ ਹੋਰ ਲੱਭਣਗੇ, ਤਾਂ ਉਹ ਇੱਕ ਅਲੱਗ ਗੱਲ ਹੈ। ਜਿਹੜੇ ਪੋਲੀਟੀਕਲ ਕੇਡਰ ਹੈ ਉਹਦੇ 'ਚੋਂ ਮੇਰੇ ਖਿਆਲ ਹੈ ਠੰਡਲ ਦਾ ਨਾਂ ਕੋਈ ਐ ਨਹੀਂ ਲੱਗਦਾ ਕਿ ਅਸਧਾਰਨ ਗੱਲ ਹੋਵੇ, ਸਧਾਰਨ ਜੀ ਗੱਲ ਦਿਖਾਈ ਦੇ ਰਹੀ ਹੈ। ਔਰ ਇਸੇ ਸਾਰੇ ਮਾਮਲੇ ਦੇ ਵਿੱਚ ਇਹ ਹੈ ਹੁਣ ਕਾਂਗਰਸ ਦਾ, ਕਾਂਗਰਸ ਕਿਹਨੂੰ ਮਤਲਬ ਉੱਥੇ ਲਿਆਏਗੀ। ਕਾਂਗਰਸ ਦੇ ਵਿੱਚ ਸ਼ਾਇਦ ਇੱਕ ਗੱਲ ਤਾਂ ਚੱਬੇਵਾਲ ਦੀ ਉਹ ਚੱਲੀ ਸੀ, ਪਹਿਲਾਂ ਤਾਂ ਚੱਲਦੀ ਹੁੰਦੀ ਸ਼ਾਇਦ ਚੱਬੇਵਾਲ ਨੂੰ ਹੀ ਕਾਂਗਰਸ ਬਣਾਵੇ ਆਪਣਾ ਕੈਂਡੀਡੇਟ ਜੀ, ਤੇ ਹੋਰ ਕਿਹਨੂੰ ਬਣਾਏਗੀ ਕਾਂਗਰਸ। ਮੈਂ ਕਾਂਗਰਸ ਕੋਲ ਕਾਫੀ ਲੀਡਰ ਹੈਗੇ ਨੇ, ਐਸੀ ਗੱਲ ਨਹੀਂ ਹੈ ਕਿ ਨਹੀਂ ਹੈ, ਦਲਿਤ ਲੀਡਰ ਵੀ ਕਿ ਉਹਨਾਂ ਨੂੰ ਲਿਆ ਨਹੀਂ ਸਕਦੀ, ਮਾੜਾ ਮੋਟਾ ਜਲੰਧਰ 'ਚ ਕੋਈ ਨਾਰਾਜ਼ ਹੋਊ ਉਹਨੂੰ ਵੀ ਹੁਸ਼ਿਆਰਪੁਰ ਭੇਜ ਸਕਦੀ ਹੈ। ਕਈ ਵਾਰ ਵੱਡੀਆਂ ਫੈਮਿਲੀਆਂ ਹੁੰਦੀਆਂ ਨੇ, ਕਿਸੇ ਨੂੰ ਨਾਰਾਜ਼ ਉੱਦਾਂ ਨਹੀਂ ਕਰਦੀ। ਔਰ
ਹੋਰ ਵੀ ਇੱਕ ਦੋ ਲੀਡਰ ਜਿਹੜੇ ਕਾਂਗਰਸ ਦੇ ਸੀਗੇ ਜਿਹੜੇ ਕੁਝ ਰਿਟਾਇਰ ਨਾਰਾਜ਼ ਹੋ ਕੇ ਵੀ ਬੈਠੇ ਨੇ ਨਵਾਂਸ਼ਹਿਰ ਏਰੀਏ ਤੋਂ ਵੀ, ਔਰ ਪੁਰਾਣੇ ਇਤਿਹਾਸਕ ਪੁਰਾਣੇ ਬੰਦੇ ਨੇ ਉਹ ਵੀ, ਉਹੋ ਜਿਹਾ ਨੂੰ ਕਿਸੇ ਨੂੰ ਦੁਬਾਰਾ ਚੱਕ ਕੇ ਲਾਈਮਲਾਈਟ 'ਚ ਲਿਆਉਣਾ ਹੋਵੇ, ਪਤਾ ਨਹੀਂ ਹੁਣ ਅਜੇ ਕੋਈ ਬਹੁਤ ਪਰਮਾਨੈਂਟ ਚਰਚਾ 'ਚ ਨਾਮ ਅਜੇ ਹੁਸ਼ਿਆਰਪੁਰ ਲਈ ਨਹੀਂ ਹੈ ਕਾਂਗਰਸ ਦੇ ਕੋਲ। ਔਰ ਜਿਹੜਾ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਗੱਲ ਹੈ ਕਿ ਉਹ ਕਹਿੰਦੇ ਨੇ ਕਿ ਸੀਟ ਜਿੱਤਣਾ ਉਨਾ ਇੰਪੋਰਟੈਂਟ ਨਹੀਂ ਹੈ ਜਿੰਨਾ ਮਨ ਜਿੱਤਣਾ। ਬਿਲਕੁਲ ਇਹ ਗੱਲ ਤਾਂ ਜਨਰਲੀ ਠੀਕ ਹੈ ਜਿਹੜੀ ਗੱਲ ਕਹੀ ਜਾ ਰਹੀ ਹੈ, ਕਿ ਉਹ ਇਹ ਵੀ ਕਹਿੰਦੇ ਨੇ ਅੱਜ ਕੱਲ੍ਹ ਬੋਲਦੇ ਹੋਏ ਕਈ ਵਾਰ ਕਿ ਅਕਾਲੀ ਦਲ ਕੇਵਲ ਪਾਵਰ ਲਈ ਨਹੀਂ ਬਣਿਆ, ਜਾਂ ਅਕਾਲੀ ਦਲ ਕੇਵਲ ਬਾਦਲਾਂ ਦੀ ਪਾਰਟੀ ਨਹੀਂ ਹੈ, ਜਾਂ ਅਕਾਲੀ ਦਲ ਦਾ ਮਕਸਦ ਤਾਂ ਘੱਟ ਗਿਣਤੀਆਂ ਦੀ, ਪੰਜਾਬ ਦੇ ਪੰਥ ਦੀ ਔਰ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੋਣ ਦੇ ਨਾਤੇ ਇਹਦੀ ਆਵਾਜ਼ ਨੂੰ ਜਿੰਦਾ ਰੱਖਣਾ, ਵੱਡੀ ਕਰਨਾ, ਤੇ ਇਹਦੇ ਹੱਕ 'ਚ ਖੜਨਾ, ਇਹਦੇ ਹੱਕ 'ਚ ਸਟਰਗਲ ਕਰਨਾ ਹਮੇਸ਼ਾ ਹੀ, ਇਹ ਗੱਲ ਨੋਰਮਲੀ ਜਿਹੜਾ ਬੋਲਦੇ ਨੇ। ਇੱਕ ਗੱਲ ਤਾਂ ਕਲੀਅਰ ਹੀ ਹੈ, ਖੈਰ ਪੰਜਾਬ ਦੇ ਹਿੱਤਾਂ ਲਈ ਹਿਸਟੋਰੀਕਲੀ ਤਾਂ ਜੇਕਰ ਕਦੇ ਵੀ ਕੋਈ ਬੋਲਿਆ ਜ਼ਿਆਦਾ ਵੱਡੇ ਪੱਧਰ ਦੇ, ਉਹ ਤਾਂ ਅਕਾਲੀ ਦਲ ਬੋਲਿਆ 'ਚ ਤਾਂ ਕੋਈ ਦੋਰਾ ਮਾਨ ਨਹੀਂ ਹਿਸਟੋਰੀਕਲੀ। ਅਕਾਲੀ ਦਲ ਤਾਂ ਸਵਾਲ ਵੀ ਤਾਂ ਹੀ ਉੱਠਣ ਲੱਗੇ ਨੇ ਜਦੋਂ ਹਿੱਤਾਂ ਤੋਂ ਥੋੜ੍ਹਾ ਥੋੜ੍ਹਾ ਪਰਾਂ ਜਾਣਾ ਸ਼ੁਰੂ ਕੀਤਾ ਸੀ, ਕਿ ਉਹਨੇ ਪਾਸਾ ਦੂਜੀਆਂ ਪਾਰਟੀਆਂ ਦੀ ਤਰ੍ਹਾਂ ਬਣਾ ਲਿਆ ਸੀ, ਆਪਣਾ ਖਾਸਾ ਵੀ ਆਪਣਾ ਪਾਸਾ ਬਦਲ ਲਿਆ ਸੀ ਕਿ ਆਪਾਂ ਉੱਧਰ ਚੱਲਦੇ ਹਾਂ। ਹੁਣ ਸ਼ਾਇਦ ਉਹ ਮੋੜਾ ਕੱਟਣ ਦੇ ਮੂਡ 'ਚ ਲੱਗਦੇ ਨੇ ਕਿ ਆਪਾਂ ਨੂੰ ਧਰਾਤਲ 'ਚ ਜਿਹੜੀ ਐਗਜ਼ਿਸਟੈਂਸ ਦੀ ਲੜਾਈ ਹੁੰਦੀ ਹੈ ਉਹ ਉੱਧਰ ਲੈ ਕੇ ਜਾਂਦੀ ਹੈ, ਉਹਨਾਂ ਦੇ ਮਤੇ ਦੱਸਦੇ ਨੇ। ਪਰ ਇਦੋਂ ਵੀ ਜ਼ਿਆਦਾ ਇੱਕ ਹੋਰ ਕੰਮ ਹੈ ਜਿਹੜਾ ਕਰਨ ਵਾਲਾ, ਉਹ ਕਿੰਨਾ ਕਰਨਗੇ? ਕੀ ਅਜੇ ਵੀ ਪਾਰਲੀਮਾਨੀ ਬੋਰਡ ਬਣੇਗਾ ਅਕਾਲੀ ਦਲ ਦਾ, ਜਾਂ ਅਨਾਊਂਸਮੈਂਟ ਤੱਕ ਤੇ ਇਸੇ ਢੰਗ ਨਾਲ ਤਾਂ ਨਹੀਂ ਲੇਟ ਹੋ ਰਹੀਆਂ ਵੀ ਸੁਖਬੀਰ ਸਿੰਘ ਬਾਦਲ ਅਜੇ ਸੋਚਦੇ ਹੋਣ ਵੀ ਬਣਾ ਹੀ ਦਈਏ ਪਾਰਲੀਮਾਨੀ ਬੋਰਡ, ਉਹਦੇ ਰਾਹੀਂ ਉਹ ਐਲਾਨ ਕਰਾ ਦਈਏ ਲਿਸਟਾਂ ਦਾ, ਇਹਦੀ ਬਜਾਏ ਕਿ ਆਏ ਲੱਗੇ ਜਿਹੜਾ ਉਹ ਪਹਿਲਾਂ ਉਹਨਾਂ ਨੇ ਕੰਮ ਚਲਾਇਆ ਸੀ, ਜਿੱਥੇ ਜਾਂਦੇ ਸੀ ਉੱਥੇ ਐਲਾਨ ਕਰਿਆ ਸੀ ਆਹ ਸਾਡਾ ਕੈਂਡੀਡੇਟ ਆ ਸਾਡਾ ਕੈਂਡੀਡੇਟ। ਔਰ ਇਹ ਝੂੰਦਾ ਕਮੇਟੀ ਦੀ ਵੀ ਤੇ ਅਕਾਲੀ ਦਲ ਦੇ ਅੰਦਰ ਵੱਡੇ ਲੀਡਰਾਂ ਦੀ ਇਹ ਗੱਲ ਰਹੀ ਹੈ ਕਿ ਇੱਕ ਇੰਡੀਪੈਂਡੈਂਟ ਪਾਰਲੀਮੈਂਟਰੀ ਬੋਰਡ, ਹਾਲਾਂਕਿ ਉਹ ਟੋਟਲੀ ਇੰਡੀਪੈਂਡੈਂਟ ਨਹੀਂ ਹੁੰਦਾ, ਪ੍ਰਧਾਨਾਂ ਤੋਂ ਬਿਨਾਂ ਜਾਂ ਮੇਨ ਲੀਡਰ ਤੋਂ ਬਿਨਾਂ ਨਹੀਂ ਫੈਸਲੇ ਕਰਦਾ, ਪਰ ਇੱਕ ਫੋਰਮ ਹੋ ਜਾਂਦਾ ਜਿੱਥੇ ਜਾ ਕੇ ਲੋਕ ਅਪਲਾਈ ਕਰਕੇ ਆਪਣੀ ਗੱਲ ਘੱਟੋ ਘੱਟ ਪ੍ਰਧਾਨ ਦੀ ਗੈਰ ਹਾਜ਼ਰੀ ਚੰਗੇ ਤਰੀਕੇ ਨਾਲ ਕਹਿ ਪਾਉਂਦੇ ਨੇ ਦੂਜੇ ਲੀਡਰਾਂ ਦੇ ਕੋਲ। ਹੁਣ ਉੱਧਰ ਨੂੰ ਵੀ ਕੁਝ ਸਟਰਕਚਰਲ ਚੇਂਜਿਸ ਜਿਹੜੀਆਂ ਸੈਂਟਰਲਾਈਜ਼ ਹੋਈਆਂ ਸੀ ਉੱਧਰ ਨੂੰ ਤੁਰੇਗਾ ਅਕਾਲੀ ਦਲ, ਔਰ ਇੱਕ ਪਾਰਟੀ ਇੱਕ ਮਤਲਬ ਸੀਟ ਵਾਲਾ ਤਾਂ ਇੱਕ ਪਰਿਵਾਰ ਇੱਕ ਸੀਟ ਵਾਲਾ ਤਾਂ ਉਹਨਾਂ ਨੇ ਕੀਤਾ ਹੀ ਹੈ ਕਿ ਇਹਨੂੰ ਤਾਂ ਅਸੀਂ ਦੇਖਾਂਗੇ ਲਾਗੂ ਕਰਾਂਗੇ, ਔਰ ਕੀ ਫਿਰ ਬਾਕੀ ਦੇ ਟੈਨਿਓਰ ਨੇ ਦੋ ਟਰਮਾਂ ਤੋਂ ਵੱਧ ਨਹੀਂ ਪ੍ਰਧਾਨ ਬਣਨਾ, ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ ਕੁਝ ਉਹਨਾਂ ਚੀਜ਼ਾਂ ਨੂੰ ਵੀ ਦਿਖਾਉਣ ਦੇ ਤੌਰ ਤੇ ਉਹ ਕਰਨਗੇ ਕਿ ਅਸੀਂ ਪੂਰੀ ਤਰ੍ਹਾਂ ਹੁਣ ਇੱਕ ਰਸਤਾ ਬਦਲ ਲਿਆ, ਇੱਕ ਸਟ੍ਰੈਟਜੀ ਬਦਲ ਲਈ ਹੈ, ਔਰ ਬਦਲੀ ਹੋਈ ਸਟ੍ਰੈਟਜੀ ਦੇ ਨਾਲ ਅਸੀਂ ਇਸ ਪਾਸੇ ਜਾ ਰਹੇ ਹਾਂ ਪਹਿਲੀ ਵਾਰ। ਔਰ ਫਿਰ ਸ਼ਾਇਦ ਲੋਕਾਂ ਨੂੰ ਇਹ ਲੱਗੂਗਾ ਕਿ ਕੋਈ ਤੁਸੀਂ ਮਨ ਜਿੱਤਣ ਵਾਲੇ ਪਾਸੇ ਚੱਲੇ ਹੋ, ਪਹਿਲਾਂ ਮਨ ਆਪਦੇ ਕੇਡਰ ਦਾ ਜਿੱਤਣਾ ਪਏਗਾ, ਲੋਕਾਂ ਤੋਂ ਵੀ ਜ਼ਿਆਦਾ ਗੱਲ ਇਹ ਹੈ। ਔਰ ਕੇਡਰ ਦੇ ਦਿਮਾਗ 'ਚ ਜਿਹੜੀਆਂ ਰਿਜ਼ਰਵੇਸ਼ਨਾਂ ਨੇ ਉਹ ਜੇ ਰਿਜ਼ਰਵੇਸ਼ਨਾਂ ਦੂਰ ਹੋ ਜਾਣਗੀਆਂ ਤਾਂ ਲਾਜ਼ਮੀ ਹੈ, ਬਾਕੀ ਹੁਣ ਕਿਓਸ ਦਾ ਸਵਾਲ ਹੈ, ਹੁਣ ਕੋਈ ਹਵਾ ਨਹੀਂ ਹੈ, ਨਾ ਕੋਈ ਪਹਿਲਾਂ ਜਿਵੇਂ ਆਮ ਆਦਮੀ ਪਾਰਟੀ ਦੇ ਹੱਕ ਸੀ, ਨਾ ਪੰਜਾਬ 'ਚ ਕੋਈ ਬੀਜੇਪੀ ਦੇ ਹੱਕ 'ਚ ਹੈ, ਨਾ ਕੋਈ ਪੰਜਾਬ 'ਚ ਕੋਈ ਕਾਂਗਰਸ ਦੇ ਹੱਕ 'ਚ ਹੈ, ਨਾ ਅਕਾਲੀਆਂ ਦੇ। ਹਵਾ ਖੜੀ ਹੋਈ ਹੈ, ਹਵਾ ਕਿਹੜੇ ਪਾਸੇ ਵਗਾਉਣੀ ਹੈ, ਹੁਣ ਇਹ ਲੀਡਰਸ਼ਿਪ ਦਾ ਜ਼ੋਰ ਲੱਗੂਗਾ ਸਾਰੀ ਦਾ, ਤੇ ਉਹ ਕਿਹੜੇ ਕਿਹੜੇ ਕਾਰਨਾਂ ਕਰਕੇ ਕਿਹੜੀ ਕਿਹੜੀ ਰਣਨੀਤੀ ਬਣਾਉਣਗੇ ਇਹ ਹਵਾ ਚਲਾਉਣ ਦੇ ਵਾਸਤੇ, ਤੇ ਇਹ ਡਿਪੈਂਡ ਕਰੂਗਾ ਹੁਣ ਕਾਬਲੀਅਤ ਤੇ, ਉਹਨਾਂ ਸਾਰਿਆਂ ਦੇ ਨੈਰੇਟਿਵ ਤੇ, ਕਾਬਲੀਅਤ ਤੇ ਲੋਕਾਂ ਦੇ ਸਾਹਮਣੇ ਤੁਸੀਂ ਠੀਕ ਗੱਲ ਕਰ ਰਹੇ ਹੋ ਇਹ ਭਰੋਸਾ ਜਿਤਾਉਣ। ਹਾਂ, ਕਿਹੜੀ ਗੱਲ ਤੁਸੀਂ ਜ਼ਿਆਦਾ ਜ਼ੋਰਦਾਰ ਤਰੀਕੇ ਨਾਲ ਲੋਕਾਂ ਨੂੰ ਜਚਾ ਸਕੋਗੇ, ਉੱਥੇ ਹੀ ਸਭ ਕੁਝ ਰੁਕਿਆ ਪਿਆ। ਹੁਣ ਇਹ ਸੌਖਿਆ ਨਹੀਂ ਵਰਤਾਂਤ ਬੁਣੇ ਜਾਣੇ ਤੇ ਚਲਾਏ ਜਾਣੇ, ਬਹੁਤ ਪਸੀਨਾ ਵਹਾਉਣਾ ਪਊਗਾ। ਵੈਸੇ ਵੀ ਮੌਸਮ ਹੌਲੀ ਹੌਲੀ ਗਰਮ ਹੋਣ ਵਾਲੇ ਪਾਸੇ ਹੀ ਵਧਣਾ ਹੈ, ਪਤਾ ਲੱਗਿਆ ਇਸ ਵਾਰੀ ਗਰਮੀ ਬਹੁਤ ਪੈਣੀ ਆ। ਜੂਨ ਦੇ ਵਿੱਚ ਤਾਂ ਖੈਰ ਇਹਨਾਂ ਨੇ ਫ੍ਰੀ ਹੋ ਜਾਣਾ, ਪਰ ਜੇ ਮਈ ਐਂਡ ਤੱਕ ਗਰਮੀ ਬਹੁਤ ਵੱਧ ਗਈ ਨਾ ਤਾਂ ਖਰਚੇ ਵੀ ਵੱਧ ਜਾਣੇ ਆ।
ਲੋਕ ਮੰਗ ਕਰਨ ਲੱਗ ਪੈਂਦੇ ਹੁੰਦੇ ਵੀ ਹੁਣ ਤਾਂ ਏਸੀ ਲਾ ਲਓ ਜੀ, ਇਕੱਲੇ ਪੱਖਿਆਂ ਪੁੱਖਿਆਂ ਨਾਲ ਨਹੀਂ ਸਰਦਾ। ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਇੱਕ ਹੋਰ ਵੀ ਚੁਣੌਤੀ ਹੈ, ਪਿੱਛੇ ਉਹਨਾਂ ਦਾ ਅਕਸ ਇੱਕ ਸਿਆਸਤਦਾਨ ਨਾਲੋਂ ਬਿਜ਼ਨਸਮੈਨ ਵਜੋਂ ਜ਼ਿਆਦਾ ਵਿਕਸਿਤ ਹੋ ਗਿਆ ਸੀ। ਉਹਨਾਂ ਦੇ ਨਾਲ ਚੱਲਣ ਵਾਲੇ ਜਾਂ ਉਹਨਾਂ ਨੂੰ ਮਿਣ ਗਿਣ ਵਾਲੇ ਵੀ ਇਹ ਦਾਅਵਾ ਕਰਦੇ ਰਹੇ ਕਿ ਬਾਦਲ ਸਾਹਿਬ ਨਾਲ ਬਿਜ਼ਨਸ ਦੀ ਗੱਲ ਕਰੋ ਤੇ ਉਹਨਾਂ ਦਾ ਇੰਟਰਸਟ 100% ਤੋਂ ਵੀ ਜ਼ਿਆਦਾ ਹੋ ਜਾਂਦਾ, ਸਿਆਸਤ ਦੀ ਗੱਲ ਕਰੋ ਤਾਂ ਉਨੀ ਰੁਚੀ ਨਹੀਂ ਹੁੰਦੀ। ਸੋ ਹੁਣ ਜੇ ਉਹ ਪਰਤ ਰਹੇ ਨੇ ਤਾਂ ਇਹ ਵੀ ਸਾਰੀਆਂ ਚੀਜ਼ਾਂ ਕਿ ਉਹ ਆਪਣੇ ਬੰਦਿਆਂ ਨਾਲ ਕਿੰਨਾ ਕੁ ਘੁਲ ਮਿਲ ਜਾਂਦੇ ਆ, ਵੱਡੇ ਬਾਦਲ ਸਾਹਿਬ ਵਾਂਗ ਸਿਆਸਤ ਨੂੰ ਜਿਉਣਾ ਸ਼ੁਰੂ ਕਰਦੇ ਆ ਜਾਂ ਸਤਹੀ ਤੌਰ ਤੇ ਇਹਨੂੰ ਸੈਕਿੰਡ ਰੱਖ ਕੇ ਚੱਲਦੇ ਆ ਔਰ ਉਹਨਾਂ ਦੀ ਮੁੱਖ ਤਰਜੀਹ ਬਿਜ਼ਨਸ ਰਹਿੰਦਾ, ਤਾਂ ਇਹ ਚੀਜ਼ ਤਾਂ ਬਿਲਕੁਲ ਮਾਨੇ ਰੱਖੂਗੀ ਕਿ ਉਹ ਕਿਵੇਂ ਅੱਗੇ ਵੱਧਦੇ ਆ। ਪਰ ਸਾਹਮੀਰ ਸਿੰਘ ਜੀ, ਲਾਸਟ ਵਿੱਚ ਆਪਾਂ ਦੋ ਤਿੰਨ ਚੀਜ਼ਾਂ ਤਾਂ ਲੈਣੀਆਂ ਨੇ, ਮੈਂ ਚਾਹੂੰਗਾ ਦਿੱਲੀ ਦੇ ਵਰਤਾਰੇ ਡੂੰਘੇ ਹੋ ਰਹੇ ਆ। ਕੱਲ ਸੰਜੇ ਸਿੰਘ ਨੂੰ ਜ਼ਮਾਨਤ ਮਿਲਦੀ ਹੈ ਔਰ ਉਹਨਾਂ ਨੂੰ ਕੁਛ ਇੱਕ ਬੰਦਿਸ਼ਾਂ ਤਾਂ ਰਹਿਣਗੀਆਂ ਹੀ ਕੁਦਰਤੀ ਤੌਰ ਤੇ, ਕਿ ਉਹ ਇਸ ਮਾਮਲੇ 'ਚ ਬਾਹਰ ਬਿਆਨਬਾਜ਼ੀ ਨਾ ਕਰਨ ਐਕਸਾਈਜ਼ ਵਾਲੇ ਨੂੰ ਲੈ ਕੇ। ਦੂਜੇ ਬੰਨੇ ਕੱਲ ਕੋਰਟ ਨੇ ਇਹ ਵੀ ਕਿਹਾ ਕਿ ਇਹ ਜ਼ਮਾਨਤ ਦਾ ਮਤਲਬ ਇਹ ਨਹੀਂ ਕਿ ਹੁਣ ਸਾਰੇ ਇਸੇ ਲਈ ਤੇ ਕਹਿਣ ਕਿ ਇਸੇ ਆਧਾਰ ਤੇ ਸਾਨੂੰ ਵੀ ਦੇ ਦਿਓ। ਤੀਜੀ ਗੱਲ ਜਿਹੜੀ ਆ ਕਿ ਹਾਈ ਕੋਰਟ ਦੇ ਵਿੱਚ ਜਿਹੜਾ ਮਾਮਲਾ ਸ਼ੁਰੂ ਤੋਂ ਹੀ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਦੇ ਐਨ ਉਸੇ ਦਿਨ ਦਾ ਹੀ ਲੱਗਿਆ ਹੋਇਆ ਸੀਗਾ ਕਿ ਇਹ ਗ੍ਰਿਫਤਾਰੀ ਗਲਤ ਆ, ਗੈਰ ਕਾਨੂੰਨੀ ਆ। ਉਹਦੇ ਉੱਤੇ ਈਡੀ ਨੇ ਆਪਣਾ ਪੱਖ ਜਦੋਂ ਰੱਖਿਆ, ਉਹ ਵੀ ਕਾਫੀ ਦਿਲਚਸਪ ਹੈ ਕਿ ਉਹਨਾਂ ਨੇ ਕੇਜਰੀਵਾਲ ਸਾਹਿਬ ਨੂੰ ਮੁੱਖ ਸਾਜਿਸ਼ ਕਰਤਾ ਦੱਸਿਆ। ਸਿਸੋਦੀਆ ਸਾਹਿਬ ਕਹਿੰਦੇ ਨੇ ਕਿ ਇਹਨਾਂ ਕੋਲ ਕੋਈ ਐਸੇ ਐਵੀਡੈਂਸ ਨਹੀਂ ਜਿਹੜੇ ਇਹ ਸਾਬਤ ਕਰਨ ਕਿ ਪੈਸੇ ਜਿਹੜੇ ਆ, ਕਿਸੇ ਵੀ ਤਰ੍ਹਾਂ ਦੇ ਪੈਸੇ ਉਹ ਸਿਸੋਦੀਆ ਤੱਕ ਪਹੁੰਚੇ ਨੇ। ਖੈਰ, ਮੈਂ ਇਹ ਸਾਰੇ ਮਾਮਲੇ ਨੂੰ ਸਮਝਣਾ ਚਾਹੂੰਗਾ ਤੁਹਾਡੇ ਤੋਂ। ਬਿਲਕੁਲ, ਇਹ ਮਾਮਲੇ ਕਾਫੀ ਪੇਚੀਦਾ ਹੁੰਦੇ ਨੇ। ਵੈਸੇ ਤਾਂ ਜਿਸ ਢੰਗ ਨਾਲ ਚੱਲਦਾ, ਜਦੋਂ ਕੋਰਟ ਚ ਵਗ ਗਿਆ, ਏਜੰਸੀਆਂ ਕੋਲ ਮਾਮਲੇ ਨੇ, ਸੰਜੇ ਸਿੰਘ ਨੂੰ ਰਾਹਤ ਮਿਲ ਗਈ ਇਸ ਕਰਕੇ ਕਿਉਂਕਿ ਈਡੀ ਨੇ ਕਹਿਤਾ ਸਾਨੂੰ ਹੁਣ ਨਹੀਂ ਚਾਹੀਦਾ ਕੁਛ ਵੀ, ਇਹਨਾਂ ਨੂੰ ਅਪੋਜ ਨਹੀਂ ਕੀਤੀ, ਜ਼ਮਾਨਤ ਨੂੰ ਅਪੋਜ ਨਹੀਂ ਕੀਤਾ। ਦੂਜਾ ਗੱਲ, ਟੈਕਨੀਕਲੀ ਵੀ ਉਹ ਥੋੜੇ ਜਿਹੇ ਵੀਕ ਉਹਦੇ ਚ ਦਿਖਾਈ ਉਹ ਦੇ ਰਹੇ ਨੇ ਲਗਾਤਾਰ ਕਿ 11 ਵਾਰ ਚੋਂ ਤੁਹਾਨੂੰ 1 ਵਾਰ ਦੇ ਨਾਂ ਵਾਲਾ ਬੰਦਾ ਕਿਉਂ, ਉਹ ਬਿਆਨ ਨੂੰ ਤੁਸੀਂ ਸੱਚਾ ਬਿਆਨ ਸਮਝਦੇ ਹੋ, ਬਾਕੀ ਨੂੰ 10 ਵਾਰ ਵਾਲੇ ਨੂੰ ਕਿਉਂ ਨਹੀਂ ਸਮਝਦੇ, ਉਹ ਸੰਜੇ ਸਿੰਘ ਦਾ ਰੋਲ ਕੀ ਹੈ। ਹਾਂ, ਮੈਂ ਆਪਾਂ ਕੱਲ ਵੀ ਇੱਕ ਗੱਲ ਕੀਤੀ ਸੀ ਕਿ ਸੰਜੇ ਸਿੰਘ ਉਵੇਂ ਚੇਨ ਦਾ ਹਿੱਸਾ ਬਣਦੇ ਦਿਖਾਈ ਨਹੀਂ ਦਿੰਦੇ, ਕਿਉਂਕਿ ਉਹ ਨਾ ਤਾਂ ਸਟੇਟ ਗੌਰਮੈਂਟ ਦੇ ਵਿੱਚ ਕੋਈ ਅਹੁਦੇਦਾਰ ਨੇ, ਮੰਤਰੀ ਨੇ, ਸੰਤਰੀ ਨੇ, ਬਾਕੀ MP ਇੱਕ ਅਲੱਗ ਹੁੰਦਾ, ਪਾਰਟੀ ਦਾ ਤਾਂ ਹੁੰਦਾ MP, ਪਰ ਉਸ ਸਾਰੇ ਸੈਟਅਪ ਦੇ ਵਿੱਚ ਕਿਵੇਂ ਆਇਆ, ਕਿਸ ਤਰੀਕੇ ਦੇ ਨਾਲ ਆਇਆ, ਇਹ ਪਤਾ ਨਹੀਂ ਲੱਗਿਆ ਉਸ ਪੱਧਰ ਤੇ। ਪਰ ਜਿਹੜਾ ਕੇਜਰੀਵਾਲ ਉਹਨਾਂ ਬਾਰੇ, ਜਿਹੜਾ ਕੇਜਰੀਵਾਲ ਉਹਨੇ ਪਹਿਲਾਂ ਕਹਿੰਦੇ ਰਹੇ ਆ ਸੱਚ, ਜਿਹੜਾ ਉਹ ਸਾਹਮਣਾ ਤੇ ਨਹੀਂ ਜਾਂਦੇ ਰਹੇ, ਉਹ ਕਹਿੰਦੇ ਰਹੇ ਕਿ ਪਹਿਲਾਂ ਇਹ ਦੱਸੋ ਮੈਨੂੰ ਐਜ ਏ ਅਕਿਊਜ਼ਡ ਬੁਲਾ ਰਹੇ ਹੋ, ਮੈਨੂੰ ਐਜ ਏ ਗਵਾਹ ਬੁਲਾ ਰਹੇ ਹੋ, ਮੈਨੂੰ ਐਜ ਏ ਚੀਫ ਮਿਨਿਸਟਰ ਬੁਲਾ ਰਹੇ ਹੋ, ਮੈਨੂੰ ਐਜ ਏ ਕਨਵੀਨਰ ਬੁਲਾ ਰਹੇ ਹੋ ਪਾਰਟੀ ਦੇ, ਇਹ ਜਿਹੜੇ ਸਵਾਲ ਉਹ ਲਗਾਤਾਰ ED ਨੂੰ ਲਿਖ ਕੇ ਭੇਜਦੇ ਰਹੇ ਵੀ ਮੈਨੂੰ ਪਹਿਲਾਂ ਇਹ ਦੱਸੋ। ਤੇ ਜੇ ED ਹੁਣ ਇਹ ਸਟੈਂਡ ਲੈ ਰਹੀ ਹੈ ਕਿ ਉਹ ਮੁੱਖ ਸਾਜਿਸ਼ ਕਰਤਾ ਨੇ, ਇਹਦਾ ਮਤਲਬ ਤਾਂ ਫਿਰ ਅਕਿਊਜ਼ਡ ਬਣਾ ਲਿਆ ਉਹਨਾਂ ਨੂੰ, ਅਕਿਊਜ਼ਡ ਤਾਂ ਸਾਜਿਸ਼ ਕਰਤਾ ਤਾਂ ਅਕਿਊਜ਼ਡ ਦੇ ਖਜਾ ਉਹਦੇ ਖਾਤੇ 'ਚ ਹੀ ਆਉਂਦਾ, ਉਸੇ ਹਿੱਸੇ 'ਚ ਆਉਂਦਾ। ਤੇ ਇਸ ਨਾਲ ਕੇਜਰੀਵਾਲ ਉਹਨਾਂ ਦਾ ਮਾਮਲਾ ਸੰਜੇ ਸਿੰਘ ਨਾਲੋਂ ਅਲੱਗ ਥੋੜਾ ਜਿਹਾ ਜ਼ਿਆਦਾ ਕੰਪਲੈਕਸ ਹੁੰਦਾ ਨਜ਼ਰ ਆ ਰਿਹਾ ਜਦੋਂ ED ਉਸ ਪਾਸੇ ਵੱਲ ਜਾ ਰਹੀ ਹੈ। ਜਿਹੜਾ ਮਾਮਲਾ ਹੈਗਾ ਮਨੀਸ਼ ਸਿਸੋਦੀਆ ਦਾ ਕਿ ਤੁਸੀਂ 1 ਵੀ ਪੈਸੇ ਦਾ ਹਜੇ ਤੱਕ ਨਹੀਂ ਹੋਇਆ, ਇਹ ਬਿਲਕੁਲ ਇਹ ਅਜੇ ਅਲੱਗ ਗੱਲ ਹੈ ਕਿ ਪੈਸੇ ਦਾ ਲੈਣ ਦੇਣ ਸਾਫ਼ ਕੀਤੇ ਬਿਨਾਂ ਕਿ ਇਹਦੇ ਕੋਲ ਵੀ ਆਇਆ, ਇਹਨੇ ਅੱਗੇ ਕਿੱਥੇ ਦਿੱਤਾ ਕਿੱਥੇ, ਇਨਵੈਸਟੀਗੇਸ਼ਨ ਦੀ ਇਹੀ ਅਸਲ 'ਚ ਕੜੀ ਜੋੜਨੀ ਹੁੰਦੀ ਹੈ। ਜੇ ਕੋਈ ਫਰੋਡ ਹੋਇਆ ਵੀ ਹੋਵੇ ਤਾਂ ਕੜੀ ਇਨਵੈਸਟੀਗੇਸ਼ਨ 'ਚ ਇਹ ਜੋੜਨੀ ਹੁੰਦੀ ਹੈ, ਕਿੱਥੋਂ ਆਇਆ ਕਿੱਥੇ ਤੱਕ ਗਿਆ, ਉਹ ਸਾਬਤ ਅਦਾਲਤ 'ਚ ਕਰਨਾ ਹੁੰਦਾ ਵੀ ਆਹ ਇੱਕ ਰੂਟ ਆਹ ਚੈਨਲ ਦੇ ਰਾਹੀਂ ਇੱਥੇ ਇੱਥੇ ਆਇਆ, ਉਹਦੇ ਲਈ ਗਵਾਹ ਖੜੇ ਕਰਨੇ, ਉਹਦੇ ਲਈ ਮੂਵਮੈਂਟ ਪੈਸੇ ਦੀ ਕਿੱਥੋਂ ਕਿੱਥੋਂ ਗਈ, ਉਹਦਾ ਕੋਈ ਸਬੂਤ ਇਕੱਠਾ ਕਰਨਾ, ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ, ਨਹੀਂ ਤਾਂ ਅਦਾਲਤਾਂ ਜਾ ਕੇ ਕੇਸ ਖੜਦੇ ਨਹੀਂ ਹੈ।
ਇਸੇ ਲਈ ਬਹੁਤ ਸਾਰੇ ਵੱਡੇ ਪੱਧਰ ਤੇ ਲੋਕ ਮਰੀ ਹੋ ਜਾਂਦੇ ਨੇ ਅਦਾਲਤਾਂ ਜਾ ਕੇ। ਉਦੋਂ ਬਾਅਦ ਜਿਹੜੇ ਮਨੀਸ਼ ਸੋਦੀਆ ਦਾ ਇਹ ਅਜੇ ਦਾਅਵਾ ਹੈ ਕਿ ਇੱਕ ਵੀ ਗੱਲ ਮੇਰੇ ਤੱਕ ਪੈਸਾ ਪਹੁੰਚਿਆ ਉਹਨਾਂ ਕੋਲ ਨਹੀਂ ਹੈ, ਤਾਂ ਫਿਰ ਇਹ ਗੱਲ ਵੀ ਆਪਣੇ ਆਪ 'ਚ ਇੱਕ ਸਵਾਲ ਖੜਾ ਉੱਠਦਾ ਕਿ ਸਾਲ ਤੋਂ ਵੱਧ ਉਹਨਾਂ ਨੂੰ ਜ਼ਮਾਨਤ ਕਿਉਂ ਨਹੀਂ ਦਿੱਤੀ ਜਾ ਰਹੀ, ਜ਼ਮਾਨਤ ਤੇ ਅਦਾਲਤ ਜ਼ਮਾਨਤ ਕਿਉਂ ਨਹੀਂ ਦੇ ਰਹੀ ਉਸ ਮਾਮਲੇ 'ਚ, ਇਹ ਵੀ ਇੱਕ ਬੜਾ ਵੱਡਾ ਕੁਐਸਚਨ ਸਾਡੇ ਸਾਹਮਣੇ ਦਿਖਾਈ ਦੇ ਰਿਹਾ। ਔਰ ਕੀ ਇਹੀ ਨੇ ਕਿ ਜਿਹੜੇ ਤੁਸੀਂ ਲਾਅ ਅਮੈਂਡ ਕੀਤੇ ਨੇ, ਲਾਅ ਅਮੈਂਡ ਕਰਕੇ ਤੁਸੀਂ ਇਹ ਕਹਿਤਾ ਕਿ ਜੀ ਜਿਹੜੀ ਏਜੰਸੀ ਹੋਏਗੀ ਜਾਂਚ ਏਜੰਸੀ ਉਹਦੀ ਇੱਛਾ ਦੇ ਨਾਲ ਉਹਨੂੰ ਸੁਣ ਕੇ ਉਹਦੇ ਮੁਤਾਬਕ ਹੀ ਤੁਸੀਂ ਜ਼ਮਾਨਤ ਦੇ ਸਕਦੇ ਹੋ, ਨਹੀਂ ਤਾਂ ਨਹੀਂ ਦੇ ਸਕਦੇ, ਕੋਈ ਇਹੋ ਜਿਹੀ ਪ੍ਰੈਸ਼ਰ ਹੈ ਅਦਾਲਤ ਦੇ ਉੱਤੇ? ਇਹ ਲਾਅ ਦੇ ਵਿੱਚ ਤਾਂ ਹੈਗਾ ਹੀ ਹੈ, ਔਰ ਉਸ ਲਾਅ ਦੇ ਵਿੱਚ ਅਮੈਂਡ ਕਰਕੇ ਇੱਕ ਗੱਲ ਜਿਹੜੀ ਇਹ ਬਣਾ ਦਿੱਤੀ ਗਈ ਹੈ ਜਿਹੜੀ ਖਤਰਨਾਕ ਹੈ ਸਭ ਤੋਂ, ਕਿ ਇਹਨਾਂ ਦੋ ਤਿੰਨ ਕਾਨੂੰਨਾਂ ਦੇ ਵਿੱਚ ਜਨਰਲੀ ਸਾਡੇ ਟ੍ਰੈਂਡ ਇਹੀ ਹੈ ਕਿ ਜਿੰਨਾ ਚਿਰ ਬੰਦਾ ਦੋਸ਼ੀ ਸਾਬਤ ਨਹੀਂ ਹੁੰਦਾ ਤੁਸੀਂ ਉਹਨੂੰ ਨਿਰਦੋਸ਼ ਮੰਨਦੇ ਹੋ, ਪਰ ਇਹ ਕੁਝ ਕਾਨੂੰਨ ਐਸ ਉਹਦੇ ਨੇ ਜਿੱਥੇ ਬੰਦੇ ਨੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨਾ, ਉੱਥੇ ਏਜੰਸੀ ਦੀ ਜ਼ਿੰਮੇਵਾਰੀ ਹੁੰਦੀ ਹੈ ਤੁਹਾਨੂੰ ਦੋਸ਼ੀ ਸਾਬਤ ਕਰਨ ਦੀ। ਇਹ ਦੋਨਾਂ ਦਾ ਪੂਰਾ ਪਾਸਾ ਪਲਟ ਗਿਆ ਅਸਲ 'ਚ, ਇਹ ਜਿਹੜਾ ਇੱਕ ਨੈਰੇਟਿਵ ਇਸ ਲੈਵਲ ਤੇ ਬਣਾਤਾ। ਫਿਰ ਬਾਹਰ ਲੋਕਾਂ ਨੂੰ ਨਿਟੀ ਗ੍ਰਿਟੀ ਤਾਂ ਪਤਾ ਨਹੀਂ ਹੁੰਦੀ, ਉਹਨਾਂ ਨੇ ਤਾਂ ਇਹੀ ਕਹਿਣਾ ਵੀ ਭਾਈ ਫਿਰ ਜ਼ਮਾਨਤ ਨਹੀਂ ਮਿਲਦੀ, ਬਾਕੀ ਚੀਜ਼ਾਂ ਨਹੀਂ, ਇਹਦਾ ਮਤਲਬ ਮੰਨ ਹੀ ਲਿਆ ਜਾਣਾ ਚਾਹੀਦਾ, ਤੁਸੀਂ ਕੁਛ ਤਾਂ ਕੀਤਾ ਹੀ ਹੈ। ਇਹ ਕਾਫੀ ਮਤਲਬ ਉਲਝਣ ਵਾਲਾ ਮਾਮਲਾ, ਅਜੇ ਬਹੁਤ ਥੋਰੋ ਡਿਬੇਟ ਮੰਗਦਾ ਇਹਨਾਂ ਕਾਨੂੰਨਾਂ ਬਾਰੇ, ਲੋਕਾਂ 'ਚ ਲਿਟਰੇਸੀ ਆਵੇ, ਜਾਣਕਾਰੀ ਆਵੇ ਹੈ ਕੀ ਨੇ ਕੀ ਨਹੀਂ ਹੈ। ਔਰ ਨਹੀਂ ਤਾਂ ਫਿਰ ਇੱਕ ਜਿਹੜੀ ਏਜੰਸੀ ਜਾਂ ਥਾਣੇਦਾਰ ਜਾਂ ਜੋ ਵੀ ਮਰਜ਼ੀ ਇੱਕ ਵਾਰ ਪਰਚਾ ਪਾਇਆ, ਉਦੋਂ ਬਾਅਦ ਬੰਦਾ ਰੁੜਦਾ ਫਿਰਦਾ, ਫਿਰ ਬਰੀ ਹੋ ਜਾਂਦਾ, ਫਿਰ ਨਹੀਂ ਕੋਈ ਹੁੰਦਾ। ਇਹ ਚੀਜ਼ਾਂ ਬੜੀਆਂ ਜ਼ਿਆਦਾ ਦੇਖਣ ਵਾਲੀਆਂ। ਅਸੀਂ ਜਾਵਾਂਗੇ ਮੁੱਖ ਚੋਣ ਕਮਿਸ਼ਨਰ ਸਾਬਕਾ ਕੁਰੈਸ਼ੀ ਸਾਹਿਬ ਦੀ ਉਸ ਲੇਖ ਤੇ ਜਿਹਦੇ ਵਿੱਚ ਉਹ ਅੰਪਾਇਰ ਦੀ ਚੁੱਪ ਤੇ ਸਵਾਲ ਖੜੇ ਕਰਦੇ ਨੇ ਲੈਵਲ ਪਲੇਇੰਗ ਫੀਲਡ ਦੇ ਨਜ਼ਰੀਏ ਤੋਂ, ਕਿ ਜਦੋਂ ਜਦੋਂ ਮੈਚ ਚੱਲ ਰਿਹਾ ਹੋਵੇ ਤਾਂ ਅੰਪਾਇਰ ਦੀ ਭੂਮਿਕਾ ਖਾਮੋਸ਼ ਵਾਲੀ ਨਹੀਂ ਰਹਿ ਸਕਦੀ। ਪਰ ਉਸ ਤੋਂ ਪਹਿਲਾਂ ਜਿਹੜਾ ਇੱਕ ਇੰਡੀਅਨ ਐਕਸਪ੍ਰੈਸ ਦਾ ਇਨਵੈਸਟੀਗੇਟਿੰਗ ਸਟੋਰੀ ਵਾਲਾ ਪਾਸਾ, ਉੱਥੇ ਜ਼ਰੂਰ ਜਾਣਾ ਹੈ ਕਿ 2014 ਤੋਂ ਬਾਅਦ, ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਘੁਟਾਲਿਆਂ ਦੀ, ਵਿਰੋਧੀ ਧਿਰਾਂ ਦੇ ਇਲਜ਼ਾਮਾਂ ਦੀ, ਕੇਜਰੀਵਾਲ ਸਾਹਿਬ ਵਾਲੇ ਕੇਸ ਦੀ, ਇਹਦੇ ਵਿੱਚ ਉਹਨਾਂ ਨੇ ਸਟੋਰੀ ਦਾ ਇੱਕ ਹਿੱਸਾ ਰੱਖਿਆ ਕਿ 2014 ਤੋਂ ਬਾਅਦ ਵਿਰੋਧੀ ਦਲਾਂ ਦੇ ਕਿੰਨਾ ਆਗੂਆਂ ਦੇ ਉੱਤੇ ਕਰਪਸ਼ਨ ਦੇ ਚਾਰਜਸ ਸੀਗੇ, ਕੇਸ ਦਰਜ ਹੋਏ, ਤੇ ਉਹਨਾਂ ਦੇ ਵਿੱਚੋਂ ਫਿਰ ਯੂ ਟਰਨ ਕਿੱਥੇ ਕਿੱਥੇ ਲਏ, ਕਿਹੜੇ ਕਿਹੜੇ ਬੰਦੇ ਸੱਤਾ ਦੇ ਨਾਲ ਸ਼ਾਮਿਲ ਹੋ ਗਏ ਤੇ ਉਹਨਾਂ ਨੂੰ ਰਾਹਤ ਮਿਲ ਗਈ। ਇੱਕ ਇਹ ਗੱਲ ਬੜੀ ਅਹਿਮ ਆ ਕਿ ਤੁਸੀਂ ਸਿਰਫ ਤੇ ਸਿਰਫ ਵਿਰੋਧੀ ਨੂੰ ਕੁਚਲ ਦਿਓ ਜੇ ਤੁਹਾਡੇ ਹੱਥ 'ਚ ਸੱਤਾ। ਇਹ ਪਹਿਲੂ ਵੀ ਅੱਜ ਕੱਲ ਬੜਾ ਉੱਭਰ ਰਿਹਾ, ਇਹ ਤੱਥ ਕੀ ਕਹਿ ਰਹੇ ਨੇ ਇਹ ਸਟੋਰੀ ਦੇ, ਮੇਨ ਜਿਹੜੇ ਅੰਕੜਿਆਂ ਦੇ ਤਹਿਤ ਗੱਲ ਹੋ ਰਹੀ ਆ, ਡੇਟਾਂ ਦੇ ਤਹਿਤ ਗੱਲ ਹੋ ਰਹੀ ਆ, ਨਾਵਾਂ ਥਾਵਾਂ ਦੇ ਤਹਿਤ ਹੋ ਰਹੀ ਆ, ਬੰਦਿਆਂ ਦੇ ਮੁੜਨ ਯੂ ਟਰਨ ਲੈਣ ਦੀ, ਸੱਤਾ ਨਾਲ ਜੁੜਨ ਦੀ, ਉਹ ਸਾਰੀਆਂ ਗੱਲਾਂ ਬਿਲਕੁਲ। ਉਹਨਾਂ ਨੇ 25 ਕੇਸਾਂ ਦੀ ਸਟੱਡੀ ਕਰਕੇ ਛਾਪੇ ਨੇ, ਪੂਰੇ ਫੁੱਲ ਡੇਢ ਪੇਜ ਛਾਪਿਆ, ਪਹਿਲਾਂ ਸਟੋਰੀ ਛਾਪੀ ਆ, ਪਿਛਲੇ ਇੱਕ ਪੇਜ ਤੇ ਕੱਲਾ ਕੱਲਾ ਕੇਸ ਬਰੀਫ ਦੇ ਵਿੱਚ ਕੀ ਹੈ ਤੇ ਕਿਵੇਂ ਚੇਂਜ ਹੋ ਗਿਆ, ਕਿਵੇਂ ਸਲੋ ਹੋ ਗਏ, ਕਿਵੇਂ ਬਿਲਕੁਲ ਬੰਦ ਹੋ ਗਏ ਕੇਸ, ਉਹ ਸਾਰੇ ਉਹਦੇ 'ਚ। ਸਭ ਤੋਂ ਪਹਿਲੇ ਕੇਸ ਦੇ ਤੌਰ ਤੇ ਅਜੀਤ ਪਵਾਰ ਨੇ, ਜਿਹੜਾ ਭਤੀਜੇ ਨੇ ਸਰਦ ਪਵਾਰ ਦੇ, ਔਰ ਜਿਹੜਾ ਪਹਿਲਾਂ ਵੀ ਇੱਕ ਵਾਰ ਪਲਟੀ ਮਾਰ ਕੇ ਚੱਲ ਕੇ ਡਿਪਟੀ ਸੀ ਐਮ ਦੀ ਓਥ ਲੈ ਲਈ ਸੀ, ਫਿਰ ਵਾਪਸ ਆ ਗਏ ਸੀ ਤੇ ਫਿਰ ਉਹ ਚਲਾ ਗਏ, ਔਰ ਜਿਹੜਾ ਉਹਨਾਂ ਤੇ ਘੁਟਾਲਾ ਸੀ ਬੜਾ ਵੱਡਾ, ਤੇ ਹੁਣ ਜਦੋਂ ਐਨਸੀਪੀ ਤੋੜਨ ਦੇ ਮੌਕੇ ਉਹ ਲੀਡਰ ਬਣ ਗਏ, ਐਨਸੀਪੀ ਤੋੜ ਲਈ ਗਈ, ਉਦੋਂ ਬਾਅਦ ਉਹ ਕੇਸ ਠੱਪ ਹੈ, ਉਦੋਂ ਬਾਅਦ ਕੁਝ ਨਹੀਂ ਹੋਇਆ। ਉਹਨਾਂ ਦਾ ਇਹ ਕਹਿਣਾ ਕਿ ਉਦੋਂ ਬਾਅਦ ਬੰਦ ਹੋ ਗਿਆ ਕੇਸ, ਇੱਕ ਲੈਵਲ ਤੇ ਮਤਲਬ ਅੱਗੇ ਨਹੀਂ ਵੱਧ ਰਹੀ ਗੱਲ, ਉੱਥੇ ਹੀ ਖੜਾ ਹੈ, ਨਾ ਕੋਈ ਪੁੱਛਗਿੱਛ, ਨਾ ਕੋਈ ਪੇਸੀ, ਨਾ ਕੋਈ ਬਾਕੀ ਦੀਆਂ ਚੀਜ਼ਾਂ। ਦੂਜਾ ਉਹਨਾਂ ਨੇ ਕੇਸ ਹੁਣ ਦਾ ਹੀ ਲਿਆ, ਜਿਹੜੇ ਤਾਜ਼ੇ ਕੇਸ ਨੇ ਇਹ, ਬਾਕੀ ਤਾਂ ਪੁਰਾਣੇ ਕੇਸ ਲਗਾਤਾਰ ਨੇ, ਉਹ ਹੈ ਪ੍ਰਫੁੱਲ ਪਟੇਲ। ਪ੍ਰਫੁੱਲ ਪਟੇਲ ਵੀ ਸੈਕਿੰਡ ਨੰਬਰ ਦੇ ਲੀਡਰ ਸੀ ਸ਼ਰਦ ਪਵਾਰ ਨਾਲ ਅਸਲ ਦੇ ਵਿੱਚ, ਉਹਨਾਂ ਦੀ ਪਾਰਟੀ ਦੇ ਵਿੱਚ, ਔਰ ਜਿਹੜੇ ਏਵੀਏਸ਼ਨ ਮਿਨਿਸਟਰ ਰਹੇ ਨੇ।
ਏਵੀਏਸ਼ਨ ਦੇ ਮਾਮਲੇ ਦੇ ਵਿੱਚ ਹੀ ਉਹਨਾਂ ਤੇ ਕਰਪਸ਼ਨ ਦਾ ਚਾਰਜ ਸੀ, ਮਨੀ ਲਾਂਡਰਿੰਗ ਦਾ, ਬਾਕੀ ਵੱਡੇ ਪੱਧਰ ਦੇ ਉੱਤੇ ਕਿ ਇੱਥੇ ਬਹੁਤ ਗੜਬੜ ਹੋਈ ਹੈ। ਤੇ ਜਦੋਂ ਦਾ ਉਹ ਪਾਸਾ ਪਲਟ ਗਏ ਨੇ ਤੇ ਪਾਰਟੀ ਉਧਰ ਟੋੜ ਕੇ ਇੱਕ ਧੜਾ ਦੂਜਾ ਹੋ ਗਿਆ ਜਿਹੜਾ ਹੁਣ ਬੀਜੇਪੀ ਨਾਲ ਅਲਾਇੰਸ ਦੇ ਵਿੱਚ ਹੈ, ਉਹ ਮਾਮਲਾ ਉੱਥੇ ਖੜ ਗਿਆ। ਸ਼ਗਨ ਭੁਜਬਲ ਚੀਫ ਮਿਨਿਸਟਰ ਰਹੇ ਸੀਗੇ ਮਹਾਰਾਸ਼ਟਰ ਦੇ, ਉਹਨਾਂ ਦੇ ਵੀ ਇਹੀ ਹਾਲ ਹੋਇਆ। ਔਰ ਇਸੇ ਤਰੀਕੇ ਦੇ ਨਾਲ ਉਹ ਵੱਡੇ ਵੱਡੇ ਬੰਦਿਆਂ ਦੇ ਸਾਰਿਆਂ ਦੇ ਇਹਨਾਂ ਦੇ ਨਾਂ ਲੈ ਰਹੇ ਨੇ, ਚਾਹੇ ਹਾਲਾਂਕਿ ਉਧਰਲਾ ਸਵੇਦੂ ਅਧਿਕਾਰੀ ਦਾ ਵੀ ਇੱਕ ਨਾਂ ਹੈ ਜਿਹੜਾ ਵੈਸਟ ਬੰਗਾਲ ਦੇ ਵਿੱਚ ਜਿਹੜੇ ਡਿਪਟੀ ਲੀਡਰ ਨੇ, ਹੁਣ ਡਿਪਟੀ ਲੀਡਰ ਨੀ ਇਹਨਾਂ ਦੇ CLP ਲੀਡਰ ਨੇ ਵੈਸਟ ਬੰਗਾਲ ਦੇ ਵਿੱਚ। ਔਰ ਵੱਖ ਵੱਖ ਟਾਈਪ ਦੇ ਜਿੰਨੇ ਨਾਮ ਦੇ ਤੌਰ ਤੇ ਤੁਸੀਂ ਸਾਹਮਣੇ ਲਿਆ ਰਹੇ ਹੋ ਬੰਦੇ, ਉਹ ਵੱਡੇ ਉਹਨਾਂ ਦੇ ਚਾਰਜ ਨੇ, ਐਡੇ ਹੀ ਵੱਡੇ ਚਾਰਜ ਨੇ ਜਿੰਨੇ ਵੱਡੇ ਕਿਸੇ ਹੋਰ ਦੇ ਹੋ ਰਹੇ ਸੀ। ਉਹ ਕਹਿ ਰਹੇ ਨੇ ਕਿ 20 ਕੇਸਾਂ ਦੇ ਵਿੱਚ ਠੱਪ ਹੋ ਗਿਆ ਮਾਮਲਾ, ਲਗਭਗ ਸਲੋ, 3 ਬਿਲਕੁਲ ਖਤਮ ਹੀ ਹੋ ਗਏ ਨੇ, ਕੇਸ ਹੀ ਰੱਦ ਹੋ ਗਏ ਨੇ, ਕੇਸਾਂ ਦੀ ਗੱਲ ਨਹੀਂ। ਫਿਰ ਜਿਹੜਾ ਅਸਾਮ ਦਾ ਸਭ ਤੋਂ ਬੜਾ ਲੀਡਰ, ਅਸਾਮ ਦੀਆਂ ਦੂਜੀਆਂ ਸਿਸਟਰ ਸਟੇਟਸ ਦੇ ਵਿੱਚ ਵੀ ਜਿਹਨੇ ਬਹੁਤ ਜ਼ਿਆਦਾ ਕੀਤਾ, ਕਾਂਗਰਸ ਦਾ ਕਦੇ ਬੜਾ ਲੀਡਰ ਸੀਗਾ ਜਿਹੜਾ ਸ਼ਰਮਾ, ਜਿਹੜਾ ਬਿਸਵਾ ਸ਼ਰਮਾ, ਹਾਂ ਹੇਮੰਤ ਬਿਸਵਾ ਸ਼ਰਮਾ, ਤੇ ਉਹਨਾਂ ਤੇ ਕਿੱਡੇ ਕਿੱਡੇ ਕੇਸ ਸੀਗੇ ਸਾਰੇ, ਤੇ ਹੁਣ ਉਹ ਕਿੱਧਰ ਗਏ ਇਹ ਵੀ ਉਹਨਾਂ ਨੇ ਮਤਲਬ ਇਹਦੇ ਚ ਕੋਟ ਕੀਤਾ ਹੈ ਉਸ ਪੱਧਰ ਤੇ। ਇਸ ਲਈ ਕਿੰਨੇ ਹੀ ਕੇਸ ਨੇ, ਜੇ ਇਕੱਲੇ ਇਕੱਲੇ ਗਿਣਨ ਲੱਗੋ ਤਾਂ ਇਕੱਲੇ ਇਕੱਲੇ ਦਾ ਕੁਐਸਚਨ ਨਹੀਂ, ਗੱਲ ਕੇਵਲ ਇੱਦਾਂ ਹੀ ਹੈ ਕਿ ਜੇਕਰ ਉਹ ਇੱਧਰ, ਹਾਲਾਂਕਿ ਏਜੰਸੀ ਦਾ ਵੀ ਕੋਰਟ ਉਹਨਾਂ ਨੇ ਦਿੱਤਾ, ਏਜੰਸੀ ਜੇ ਕਹਿੰਦੀਆਂ ਨੇ ਵੀ ਕੇਸ ਬੰਦ ਨਹੀਂ ਹਜੇ ਪੈਂਡਿੰਗ ਪਏ ਨੇ, ਤਾਂ ਪੈਂਡਿੰਗ ਪਏ ਦਾ ਮਤਲਬ ਕੀ ਹੋ ਗਿਆ, ਉਹ ਤੇਜ਼ ਕਿਉਂ ਨਹੀਂ ਹੈ ਜੇ ਬਾਕੀ ਦੇ, ਜੇ ਇੱਧਰ ਰਹਿੰਦੇ ਤਾਂ ਪੈਂਡਿੰਗ ਹੀ ਰਹਿੰਦੇ ਉਵੇਂ ਹੀ। ਇਹ ਇੱਕ ਬਹੁਤ ਬੜਾ ਕੁਐਸਚਨ ਹੈ ਕਿ ਪਾਰਟ ਕੀ ਇਹ ਟ੍ਰੈਂਡ ਹੁਣ ਏਜੰਸੀ ਦਾ ਜਿਹੜਾ ਸਿਸਟਮ ਹੈ ਪਾਰਟੀਆਂ ਨੂੰ ਤੋੜਨ ਦੇ ਵਾਸਤੇ, ਵਿਰੋਧੀ ਧਿਰ ਦੇ ਲੀਡਰ ਨੂੰ ਡਰਾਉਣ ਦੇ ਵਾਸਤੇ, ਜਾਂ ਪਾਲਾ ਪਲਟਣ ਦੇ ਵਾਸਤੇ, ਜਾਂ ਮੈਦਾਨ ਚੋਂ ਹਟ ਜਾਣ ਦੇ ਵਾਸਤੇ, ਜਾਂ ਤੁਹਾਡੇ ਖਿਲਾਫ ਨਾ ਖੜੇ ਹੋਣ ਦੇ ਕਰਕੇ ਇਹਦੇ ਲਈ ਵਰਤੋਂ ਹੋ ਰਹੀ ਹੈ। ਜੇ ਇਹਦੇ ਲਈ ਵਰਤੋਂ ਹੋ ਰਹੀ ਹੈ ਤਾਂ ਇਹ ਬਹੁਤ ਖਤਰਨਾਕ ਟ੍ਰੈਂਡ ਹੈ ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ, ਕਿਉਂਕਿ ਫਿਰ ਇਹਦਾ ਮਤਲਬ ਇਹ ਮੰਨਿਆ ਜਾਊਗਾ ਕਿ ਜਿਹੜੀ ਏਜੰਸੀ ਜਿਹਨੇ, ਜਾਂਚ ਏਜੰਸੀ ਜਿਹਨਾਂ ਤੋਂ ਨਿਰਪੱਖਤਾ ਦੀ ਉਮੀਦ ਕੀਤੀ ਜਾਂਦੀ ਹੈ, ਜਿਹਨੂੰ ਕੋਈ ਸੰਵਿਧਾਨ ਦੇ ਅੰਡਰ ਰੂਲ ਆਫ ਲਾਅ ਦਾ ਜਿਹੜਾ ਦਾਇਰਾ ਹੈ ਉਹਨੂੰ ਫੋਲੋ ਕਰਨ ਦੀ ਉਮੀਦ ਕੀਤੀ ਜਾਂਦੀ ਹੈ, ਉਹਨਾਂ ਨੂੰ ਪ੍ਰੋਟੈਕਸ਼ਨ ਵੀ ਬਹੁਤ ਹੈ, ਫਿਰ ਉਹ ਪੋਲੀਟੀਕਲ ਮਾਸਟਰ ਜਿਹਦੇ ਕਹੇ ਤੇ ਜੇ ਕੰਮ ਕਰਨਗੀਆਂ ਤਾਂ ਇੱਥੇ ਯਕੀਨ ਕਿਵੇਂ ਰਹੂਗਾ ਜਾਂਚ ਏਜੰਸੀਆਂ ਤੇ, ਨਿਆਂ ਪ੍ਰਣਾਲੀ ਤੇ, ਜਾਂ ਬਾਕੀ ਦੀਆਂ ਚੀਜ਼ਾਂ ਤੇ। ਇਹ ਬੁਨਿਆਦੀ ਸਵਾਲ ਪੂਰੇ ਕੰਟਰੀ ਦੇ ਸਾਹਮਣੇ ਹੈ। ਤੇ ਦੂਜੀ ਗੱਲ ਇਹ, ਇਹਦੇ ਨਾਲ ਫਿਰ ਜਿਹੜੇ ਕੰਟਰੀ ਨੂੰ ਅਸੀਂ ਵਿਸ਼ਵ ਗੁਰੂ ਬਣਾਉਣ ਦੀ ਗੱਲ ਕਰਦੇ ਹਾਂ, ਜਿਹੜੇ ਨੂੰ ਅਸੀਂ ਮਤਲਬ $5 ਟ੍ਰਿਲੀਅਨ ਇਕਾਨਮੀ ਬਣਾਉਣ ਦੀ ਗੱਲ ਕਰਦੇ ਹਾਂ, ਵੱਡਾ ਬੜਾ ਪਰ ਸਾਡਾ ਇੱਜ਼ਤ ਹੈ, ਮਾਨ ਹੈ, ਤਾਂ ਵਿਦੇਸ਼ਾਂ ਦੇ ਵਿੱਚ ਇੱਜ਼ਤ ਮਾਨ ਨਹੀਂ ਰਹੂਗੀ। ਉਹ ਦੇਖ ਰਹੇ ਨੇ ਸਾਰੀਆਂ ਚੀਜ਼ਾਂ, ਕੋਈ ਹੁਣ ਅੱਜ ਕੱਲ੍ਹ ਲੁਕੀਆਂ ਛਿਪੀਆਂ ਬੰਦ ਤਾਂ ਚੀਜ਼ਾਂ ਹੈ ਨਹੀਂ, ਹੁਣ ਤਾਂ ਚੀਜ਼ਾਂ ਓਪਨ ਨੇ, ਬਲਕਿ ਕਈ ਮਾਮਲਿਆਂ ਤੇ ਉਹ ਰਿਐਕਟ ਕਰਦੇ ਨੇ, ਤਾਂ ਦੁਨੀਆਂ ਦੇ ਵਿੱਚ ਸਾਖ ਵੀ ਜਿਹੜੀ ਹੈ ਦੇਸ਼ ਦੀ, ਜਾਂ ਵੱਡੇ ਸਭ ਤੋਂ ਵੱਡੇ ਡੈਮੋਕ੍ਰੇਸੀ ਦੀ ਕਿਹੋ ਜਿਹੀ ਬਣ ਰਹੀ ਹੈ ਜਾਂ ਬਣੂਗੀ ਆਉਣ ਵਾਲੇ ਦਿਨਾਂ ਚ, ਇਹ ਮੇਰੇ ਖਿਆਲ ਨਾਲ ਸੱਤਾਧਾਰੀ ਧਿਰ ਵੀ ਔਰ ਸਮੁੱਚੇ ਲੋਕਾਂ ਦੇ ਵਿਚਾਰਨ ਵਾਲਾ ਕੁਐਸਚਨ ਹੈ। ਔਰ ਸਾਡੇ ਜਿਹੜੇ ਸੱਜਣ ਵੱਡੇ ਵੱਡੇ ਅਹੁਦਿਆਂ ਤੇ ਏਜੰਸੀਆਂ ਚ ਲੱਗੇ ਹੋਏ ਨੇ, ਜਿਹਨਾਂ ਨੂੰ ਸੰਵਿਧਾਨਕ ਪ੍ਰੋਟੈਕਸ਼ਨ ਹੈ ਵੱਡੇ ਅਹੁਦਿਆਂ ਤੇ ਜਾ ਕੇ, ਇਹ ਉਹਨਾਂ ਨੂੰ ਵੀ ਅੰਤਰ ਝਾਤ ਮਾਰਨ ਦਾ ਕੁਐਸਚਨ ਹੈ ਕਿ ਤੁਸੀਂ ਕਲਰੀਕਲ ਬੰਦੇ ਨਹੀਂ ਹੋ, ਇਕੱਲੇ ਤੁਹਾਡੇ ਕੋਲ ਬਹੁਤ ਪਾਵਰ ਹੈ, ਸੰਵਿਧਾਨ ਨੇ ਪ੍ਰੋਟੈਕਸ਼ਨ ਦਿੱਤੀ ਹੈ, ਉਹਨਾਂ ਕਰੇ ਕੇ ਕੰਮ ਕਰ ਲਓਗੇ। ਇਸੇ ਲਈ ਸਾਡੀ ਜਿਹੜੀ ਬਿਊਰੋਕਰੇਸੀ ਸੀ ਜਾਂ ਇਨਵੈਸਟੀਗੇਸ਼ਨ ਸੀ ਉਹਨੂੰ ਨਿਊਟਰਲ ਮੰਨਿਆ ਜਾਂਦਾ ਸੀ, ਕਰਨਾ ਵੀ ਇਹ ਕਿਸੇ ਪਾਰਟੀ ਨਾਲ ਨਹੀਂ ਹੋਣਗੇ, ਪਰ ਜਦ ਤੁਸੀਂ ਸੱਤਾ ਨਾਲ ਰਲੇ ਦਿਖਾਈ ਦਿਓਗੇ ਤਾਂ ਉਹ ਨਿਊਟਰਲਿਟੀ ਦਾ ਕੀ ਕੰਮ ਹੈ? ਫਿਰ ਤਾਂ ਤੁਸੀਂ ਅਮਰੀਕਨ ਸਟਾਈਲ ਲਿਆਓ, ਜਾਂ ਰਾਸ਼ਟਰਪਤੀ ਜਾਊਗਾ ਆਪਦੇ ਸਾਰੇ ਕਰਿੰਦੇ ਵੀ ਨਾਲ ਲਿਆਊਗਾ, ਸਾਰਾ ਤਾਣਾ ਬਾਣੇ ਚੱਕ ਕੇ ਲੈ ਜਾਂਦਾ ਤੇ ਤੁਹਾਡੇ ਤਾਣਾ ਬਾਣਾ ਆ ਜਾਂਦਾ, ਫਿਰ ਉਹ ਜਿਹਾ ਆਪਣਾ ਕਰ ਲਿਆ ਕਰੋ ਮਤਲਬ ਉਸ ਪੱਧਰ ਤੇ, ਪਰ ਉਹ ਉਸ ਲੈਵਲ ਦੀ ਮੋਰੈਲਿਟੀ, ਉਸ ਲੈਵਲ ਦਾ ਢਾਂਚਾ, ਉਸ ਲੈਵਲ ਦੀਆਂ ਇੰਸਟੀਟਿਊਸ਼ਨ ਜਿਹੜੀਆਂ ਖੜ ਕੇ ਡੈਮੋਕ੍ਰੇਸੀ ਨੂੰ ਸੇਵ ਕਰਦੀਆਂ ਨੇ, ਉਹ ਬਣਾਉਣ 'ਚ ਵੀ ਤਾਂ ਕੁਛ ਜਦੋਜਹਿਦ ਕਰਨੀ ਪਏਗੀ।
ਉਹਦੇ ਲਈ ਵੀ ਤਾਂ ਸੋਚਣਾ ਪਏਗਾ। ਜੇ ਥੰਮਾਂ ਦੇ ਅਸਰੇ ਜਿਹੜੇ ਬੀਮਾਂ ਤੇ ਖੜਦੀ ਆ ਨਾ ਇਮਾਰਤ, ਜੇ ਉਹ ਕਮਜ਼ੋਰ ਹੋ ਜਾਣ, ਛੱਤ ਜਿੰਨੀ ਮਰਜ਼ੀ ਮਜ਼ਬੂਤ ਦਿਖਾਈ ਦੇਵੇ ਉੱਪਰੋਂ ਪਰ ਉਹ ਡਿੱਗ ਜਾਂਦੀ ਹੈ, ਉਹ ਚੱਲਦੀ ਨਹੀਂ ਹੁੰਦੀ ਬਹੁਤ ਲੰਮਾ ਸਮਾਂ। ਮੈਰਿਟ ਤੇ ਹੋਣਾ ਚਾਹੀਦਾ, ਜੋ ਵੀ ਹੈ ਚੰਗਾ ਹੈ ਜਾਂ ਮਾੜਾ, ਮੈਰਿਟ ਤੇ ਹੋਵੇ, ਸਵਾਲ ਨਾ ਉੱਠ ਸਕਣ, ਠੋਕ ਦਿਓ। ਜਿਹੜਾ ਫਿਰ ਤੁਹਾਨੂੰ ਗਲਤ ਲੱਗਦਾ ਉਹਦੇ ਜਾਂਚ ਨਿਰਪੱਖ ਕਰਕੇ ਆਪਣਾ ਪਰਾਇਆ ਫਰਕ ਨਾ ਨਾ ਰੱਖੋ, ਲੇਕਿਨ ਇੰਝ ਕਿੱਥੇ ਹੁੰਦਾ ਜੀ। ਖੈਰ, ਜਦੋਂ SY ਕੁਰੈਸ਼ੀ, ਸਾਬਕਾ ਮੁੱਖ ਚੋਣ ਕਮਿਸ਼ਨਰ ਭਾਰਤ ਦੇ, ਸਵਾਲ ਖੜਾ ਕਰ ਦੇਣ ਕਿ ਅੰਪਾਇਰ ਮੈਚ ਚੱਲਦੇ ਮੈਚ ਵਿੱਚ ਅੰਪਾਇਰ ਦੀ ਚੁੱਪ, ਇਹ ਤਾਂ ਸਾਜ਼ਿਸ਼ ਹੀ ਹੋ ਸਕਦੀ ਹੈ ਨਾ ਫਿਰ, ਜੇ ਅੰਪਾਇਰ ਹੀ ਚੁੱਪ ਕਰ ਜੇ, ਜਿਹਨੇ ਫੈਸਲੇ ਹੀ ਦੇਣੇ ਆ ਜਿੱਤ ਹਾਰ ਦੇ, ਜਿਹਨੇ ਫੈਸਲੇ ਹੀ ਦੇਣੇ ਆ ਮੈਚ ਦੇ ਨਿਯਮ ਦੇਖਣੇ ਨੇ ਸਾਰੇ। ਇਹ ਸਵਾਲ ਕਾਫੀ ਅਹਿਮ ਆ ਇਸ ਵੇਲੇ, ਕਿਉਂਕਿ ਚੋਣ ਹੋ ਰਹੀ ਆ ਤੇ ਵਿਰੋਧੀ ਦਲਾਂ ਦਾ ਦੋਸ਼ ਹੈ ਕਿ ਸਾਨੂੰ ਤੁਸੀਂ ਲੈਵਲ ਪਲੇਇੰਗ ਫੀਲਡ ਨਹੀਂ ਦੇ ਰਹੇ, ਔਰ ਇਹਦੇ ਵਿੱਚ ਤੁਸੀਂ ਪੈਸੇ ਤੇ ਪਾਬੰਦੀਆਂ ਲਾ ਦਿਓ, ਤੁਸੀਂ ਮੁੱਖ ਲੀਡਰ ਅੰਦਰ ਫੜ ਕੇ ਦੇ ਦਿਓਗੇ ਜਾਂ ਕੇਸ ਦਰਜ ਕਰ ਦਿਓਗੇ। ਮਹੂਆ ਮੋਹਿਤਰਾ ਤੇ ED ਨੇ ਕੱਲ ਦਾ ਕਰ ਲਿਆ, ਇਹ ਸਵਾਲ ਤਾਂ ਉੱਠਦੇ ਹੀ ਨਾ ਜੀ। ਸੋ ਮੈਨੂੰ ਲੱਗਦਾ ਕਿ ਕੁਰੈਸ਼ੀ ਸਾਹਿਬ ਨੇ ਜਿਹੜੇ ਸਵਾਲ ਉਠਾਏ ਨੇ, ਜੇ ਤੁਸੀਂ ਉਹਨਾਂ ਨੂੰ ਟੱਚ ਕਰ ਦਿਓ। ਵੈਸੇ ਮੈਂ ਲਾਸਟ ਵਿੱਚ ਜਾਂਦੇ ਜਾਂਦੇ ਇੱਕ ਸਵਾਲ ਹੋਰ ਲੈਣਾ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਕਬਾਲ ਸਿੰਘ ਲਾਲਪੁਰਾ, ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਦੇ ਖਿਲਾਫ ਹੀ ਕੰਪਲੇਂਟ ਕਿਉਂ ਦਿੱਤੀ? ਕਿਤੇ ਜਦੋਂ ਗੱਠਜੋੜ ਹੋ ਰਹੇ ਹੁੰਦੇ ਨੇ, ਕੁਝ ਧਿਰਾਂ ਵਿੱਚ ਅਹਿਮ ਹੁੰਦੀਆਂ ਨੇ, ਕਿਤੇ ਕਿਤੇ ਕੋਈ ਟੀਸ, ਕੋਈ ਪੁਰਾਣੀ ਕਸੀਸ ਚ ਵੀ ਉੱਭਰ ਆਉਂਦੀ ਹੈ ਕਿ ਨਹੀਂ ਜੀ, ਇਹਨੂੰ ਵੀ ਲੈਂਦੇ ਆ। ਪਰ ਕੁਰੈਸ਼ੀ ਸਾਹਿਬ ਵਾਲੀ ਗੱਲ ਬਿਲਕੁਲ, ਜਿਹੜੇ SY ਕੁਰੈਸ਼ੀ ਲਗਾਤਾਰ ਲਿਖਦੇ ਨੇ, ਕਾਲਮ ਟਾਈਪ ਹੀ ਲਿਖਦੇ ਨੇ ਲਗਾਤਾਰ, ਇੰਡੀਅਨ ਐਕਸਪ੍ਰੈਸ 'ਚ ਆਪਣੀ ਰਾਏ ਦਿੰਦੇ ਨੇ ਡੈਮੋਕ੍ਰੇਸੀ ਬਾਰੇ, ਇਲੈਕਟੋਰਲ ਪ੍ਰੋਸੈਸ ਬਾਰੇ, ਚੋਣ ਸੁਧਾਰਾਂ ਬਾਰੇ ਲਗਾਤਾਰ ਲਿਖਦੇ ਰਹਿੰਦੇ ਨੇ। ਹੁਣ ਦਾ ਜਿਹੜਾ ਅੱਜ ਦਾ ਉਹਨਾਂ ਦਾ ਕਰਕਸ਼ ਹੈ ਉਹ ਇਹ ਹੈ ਕਿ ਇਹ ਮੰਨਿਆ ਜਾਂਦਾ ਹੈ ਇਲੈਕਸ਼ਨ ਲਾਜ ਕੇ ਜਦੋਂ ਕੋਡ ਲੱਗ ਗਿਆ, ਜਿਹੜੀਆਂ ਵੀ ਚੀਜ਼ਾਂ ਕੋਡ ਲੱਗਣ ਤੋਂ ਲੈ ਕੇ ਉਹਦੇ ਖਤਮ ਹੋਣ ਤੱਕ ਦੇ ਦਰਮਿਆਨ ਆਉਂਦੀਆਂ ਨੇ, ਉਹ ਸਾਰੀਆਂ ਚੀਜ਼ਾਂ ਜੇਕਰ ਕੋਈ ਇਹੋ ਜਿਹੀ ਨਾ ਹੋਵੇ, ਇੰਨੀ ਇੰਪੋਰਟੈਂਟ ਨਾ ਹੋਵੇ ਕਿ ਉਹਦੇ ਤੇ ਅਮਲ ਕਰਨਾ ਬੜਾ ਜ਼ਰੂਰੀ ਹੈ, ਨਹੀਂ ਤਾਂ ਬਹੁਤ ਬੜਾ ਖਤਰਾ ਖੜਾ ਹੋ ਜਾਏਗਾ, ਤਾਂ ਉਹ ਸਾਰੀਆਂ ਪੈਂਡਿੰਗ ਕਰ ਦਿੱਤੀਆਂ ਜਾਂਦੀਆਂ ਨੇ ਚੋਣ ਦੇ ਦੌਰਾਨ ਜਿੰਨੀਆਂ ਵੀ ਚੀਜ਼ਾਂ ਆਉਂਦੀਆਂ ਨੇ। ਤੇ ਇਹਦੇ 'ਚ ਇਸੇ ਨਜ਼ਰ ਨਾਲ ਉਹ ਇਹ ਦੇਖਦੇ ਨੇ ਕਿ ਇਹ ਬੇਸਿਕਸ ਨੇ ਇਲੈਕਸ਼ਨ ਦੇ, ਜਦੋਂ ਵੀ ਤੁਸੀਂ ਗੱਲ ਕਰਦੇ ਹੋ ਤਾਂ ਕੀ ਹੁਣ ED ਦੇ ਛਾਪੇ, ਕੀ ਹੁਣ ਲੀਡਰਾਂ ਨੂੰ ਫੜਨਾ, ਇਹ ਟਾਲੇ ਨਾ ਟਾਲੇ ਜਾਣ ਜੋਗੀਆਂ ਅੱਜ ਗੱਲਾਂ ਸੀਗੀਆਂ ਜਾਂ ਟਾਲੀਆਂ ਜਾ ਸਕਦੀਆਂ ਨੇ? ਜੇ ਟਾਲ ਦਿੰਦੇ ਤੇ ਇਹਦੇ ਨਾਲ ਕਿੰਨਾ ਕੁ ਦੇਸ਼ ਨੂੰ ਤੇ ਕਿੰਨਾ ਕੁ ਬਾਕੀ ਚੀਜ਼ਾਂ ਨੂੰ ਨੁਕਸਾਨ ਹੋਣਾ ਸੀ, ਜਿਹੜਾ ਬਾਕੀ ਇਕੋਨਮੀ ਨੂੰ, ਅਪਰਾਧ ਨੂੰ, ਬਾਕੀ ਨੂੰ। ਉਹ ਕਹਿੰਦੇ ਨੇ ਉਹਨਾਂ ਦੀ ਨਜ਼ਰ ਦੇ ਵਿੱਚ ਇਹ ਕੋਈ ਬੜੀਆਂ ਗੱਲਾਂ ਨਹੀਂ ਹੈ, ਇਹ ਉਦੋਂ ਤੱਕ ਟਲ ਸਕਦੀਆਂ ਸੀ ਉੱਥੋਂ ਲੈ ਕੇ ਉਦੋਂ ਤੱਕ, ਉਦੋਂ ਬਾਅਦ ਜੋ ਮਰਜ਼ੀ ਪੁੱਛਗਿੱਛ ਕਰੋ, ਜੋ ਮਰਜ਼ੀ ਕਾਨੂੰਨ ਸਾਰਾ ਕੁਝ ਚੱਲਣਾ। ਇਸ ਮਾਮਲੇ 'ਚ ਜਿਹੜਾ ਇਹ ਫੰਡਾਮੈਂਟਲ ਕੁਐਸਚਨ ਹੈ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ, ਉਹਨੂੰ ਤੁਸੀਂ ਨਜ਼ਰ ਅੰਦਾਜ਼ ਕਰ ਰਹੇ ਹੋ। ਜੇ ਇੰਪਾਇਰ ਨਜ਼ਰ ਅੰਦਾਜ਼ ਕਰਕੇ ਚੱਲੂਗਾ ਤਾਂ ਗੇਮ ਜਿੰਨੀ ਮਰਜ਼ੀ ਫੇਰ ਵੀ ਹੋ ਰਹੀ ਹੋਵੇ ਤਾਂ ਉਹ ਲੱਗੂਗੀ ਨਹੀਂ, ਫੇਰ ਹੋ ਰਹੀ ਹੈ, ਉਹਦਾ ਕੋਈ ਮਤਲਬ ਨਹੀਂ ਨਿਕਲਦਾ, ਇਹ ਕੋਈ ਗੱਲ ਨਹੀਂ ਬਣਦੀ। ਇਸੇ ਲਈ ਵਾਰ ਵਾਰ ਇਹ ਗੱਲਾਂ ਸਾਹਮਣੇ ਆਉਣ ਦੇ ਵੀ ਜੇ ਇਲੈਕਸ਼ਨ ਕਮਿਸ਼ਨ ਨਹੀਂ ਆਪਣੀ ਕੋਈ ਰਾਏ ਦੇ ਰਿਹਾ ਹੁਣ ਤਾਂ ਇਹ ਵੀ ਗੱਲ ਨਾਲ ਜੁੜ ਜਾਂਦੀ ਹੈ ਫਿਰ, ਕਿ ਜਿਹੜੀ ਸੁਪਰੀਮ ਕੋਰਟ ਦੀ ਜੱਜਮੈਂਟ ਸੀ, ਬੜਾ ਲੰਮਾ ਸਮਾਂ ਤਾਂ ਸਾਡੇ ਕੋਲ ਲਾ ਹੀ ਨਹੀਂ ਸੀਗਾ ਕਿ ਕਮਿਸ਼ਨਰ ਕਿਵੇਂ ਬਣਾਉਣੇ ਨੇ। ਫਿਰ ਜਦੋਂ ਇਹ ਆਇਆ, ਮਤਲਬ ਅਰੁਣ ਗੋਇਲ ਉਹਨਾਂ ਦਾ ਮਾਮਲਾ, ਤਾਂ ਸੁਪਰੀਮ ਕੋਰਟ ਇੱਕ ਮਾਮਲਾ ਗਿਆ ਤੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਕਿਹਾ ਕਿ ਇਹ ਕੀ ਐਡੀ ਕਾਹਲੀ ਸੀ ਭਾਈ, ਇੱਕ ਫਾਈਲ ਐਡੀ ਤੇਜ਼ੀ ਨਾਲ ਕਿਉਂ ਚੱਲ ਰਹੀ ਹੈ ਤੇ BRS ਵੀ ਦਵਾਓ ਫਲਾ ਆਪਣਾ ਇਹਦੇ 'ਚ ਮਾਮਲਾ ਕੀ ਹੈ। ਉਦੋਂ ਸੁਪਰੀਮ ਕੋਰਟ ਨੇ ਇਹ ਦੇਤਾ ਸੀ ਕਿ ਹੁਣ ਅੱਗੇ ਨੂੰ ਇੱਕ ਕਮੇਟੀ ਜਿਹੜੀ ਬਣੇ, ਉਹ ਚੀਫ ਜਸਟਿਸ ਆਫ ਇੰਡੀਆ ਵੀ ਹੋਵੇ, ਉਹ 'ਚ ਪ੍ਰਾਈਮ ਮਿਨਿਸਟਰ ਹੋਵੇ, ਇੱਕ ਲੀਡਰ ਆਫ ਆਪੋਜੀਸ਼ਨ ਹੋਵੇ, ਉਹ ਚੁਣਿਆ ਕਰਨਗੇ, ਤਾਂ ਉਹਨੂੰ ਤੁਰੰਤ ਬਦਲ ਕੇ ਪਾਰਲੀਮੈਂਟ ਦੇ ਵਿੱਚ ਚੀਫ ਜਸਟਿਸ ਨੂੰ ਬਾਹਰ ਕੱਢਣ ਦੇ ਪਿੱਛੇ ਮਨਸਾ ਕੀ ਹੈ? ਚੀਫ ਜਸਟਿਸ ਜੇ ਵਿੱਚ ਬੈਠੂਗਾ ਤੇ ਇੱਕ ਲੀਡਰ ਆਫ ਆਪੋਜੀਸ਼ਨ, ਇੱਕ ਪ੍ਰਾਈਮ ਮਿਨਿਸਟਰ ਹੋਣਗੇ,
ਤਾਂ ਉਹਦੇ ਨਾਲ ਖਤਰਾ ਕੀ ਹੈ? ਕੀ ਦੇਸ਼ ਦੀ ਕੋਈ ਸਿਕਿਉਰਿਟੀ ਨੂੰ ਖਤਰਾ? ਕੀ ਉਹ ਇਨਕੰਪੀਟੈਂਟ ਬੰਦੇ ਚੁਣ ਦੇਣਗੇ ਤੁਹਾਨੂੰ? ਏਡੇ ਵੱਡਿਆਂ ਤੇ ਬੰਦਿਆਂ ਤੇ ਯਕੀਨ ਨਹੀਂ ਹੈ ਉਸ ਪੱਧਰ ਦੇ ਉੱਤੇ? ਤਾਂ ਉਹ ਮਨਸ਼ਾ ਉੱਥੋਂ ਜ਼ਾਹਰ ਕਰਦੇ ਨੇ ਬੰਦੇ ਜਿਹੜੇ ਵਿਰੋਧੀ ਧਿਰ, ਕਿ ਫਿਰ ਇਹ ਸੀ ਕਿ ਪ੍ਰਾਈਮ ਮਿਨਿਸਟਰ ਜਿਹਨਾਂ ਨੂੰ ਪਿੱਕ ਐਂਡ ਚੂਜ ਕਰਨਾ ਚਾਹੁੰਦਾ ਉਹ ਕਰ ਲੇ, ਤੇ ਜਦੋਂ ਉਵੇਂ ਪਿੱਕ ਐਂਡ ਚੂਜ ਹੋਏਗਾ ਫਿਰ ਜਿਹਨੂੰ ਮਰਜ਼ੀ ਜਦੋਂ ਮਰਜ਼ੀ ਤੁਸੀਂ ਉਹਦਾ ਵਾਹਮ ਰੋੜ ਸਕਦੇ ਹੋ, ਉਹ ਤੁਹਾਡੇ ਮੁਤਾਬਕ ਚੱਲੂ, ਕੁਝ ਵਾਹਮ ਰੋੜ ਕੇ ਚੱਲੂ, ਕੁਝ ਹੋ ਸਕਦਾ ਅਹਿਸਾਨ ਵੀ ਬੰਦੇ ਮੰਨ ਜਾਂਦੇ ਨੇ ਕਿ ਆਪਾਂ ਨੂੰ ਲਾਇਆ, ਤੇ ਅਹਿਸਾਨਾਂ ਦਾ ਵੀ ਰੋਲ ਹੁੰਦਾ ਬੜੀ ਵਾਰ ਕਿ ਹੋਰ ਐਡੀ ਵੱਡੀ ਪਦਵੀ ਦੇਤੀ ਹੈ। ਇਹ ਗੱਲਾਂ ਡੈਮੋਕ੍ਰੇਸੀ ਚ ਜਿਹੜੀ ਸਿਲੈਕਸ਼ਨ ਹੈ ਉਹਨਾਂ ਬੰਦਿਆਂ ਦੀ ਜਿਹਨਾਂ ਨੇ ਐਡੇ ਐਡੇ ਫੈਸਲੇ ਕਰਨੇ ਨੇ, ਮੈਟਰ ਕਰਨੀਆਂ ਨੇ, ਇਸ ਕਰਕੇ ਇਹ ਫੈਸਲਾ ਵਾਰ ਵਾਰ ਸਾਹਮਣੇ ਆ ਜਾਂਦਾ ਸੁਪਰੀਮ ਕੋਰਟ ਦੇ ਮਾਮਲੇ ਨੂੰ ਪਾਰਲੀਮੈਂਟ ਚ ਜਾ ਕੇ ਰੱਦ ਕਰਨ ਦਾ, ਜਿਹੜਾ ਇੱਕ ਤਰੀਕਾ ਹੈ ਨਾ, ਇਹ ਬੜਾ ਖਤਰਨਾਕ ਹੈ। ਔਰ ਜਿਹੜਾ ਲਾਲਪੁਰ ਸਾਹਿਬ ਵਾਲੀ ਗੱਲ ਹੈ, ਬਿਲਕੁਲ ਲਾਲਪੁਰਾ ਸਾਹਿਬ ਬੜੀ ਦੇਰ ਤੋਂ ਅਨੰਦਪੁਰ ਸੀਟ, ਅਨੰਦਪੁਰ ਸਾਹਿਬ ਸੀਟ ਦੇ ਕੈਂਡੀਡੇਟ ਵਜੋਂ ਆਪਦੇ ਆਪ ਨੂੰ ਪੇਸ਼ ਕਰਦੇ ਰਹੇ ਸੀਗੇ ਬੜੇ ਪਹਿਲਾਂ ਤੋਂ ਲੈ ਕੇ, ਵੱਖ ਵੱਖ ਧਿਰਾਂ ਚ ਵੀ। ਫਿਰ ਜਦ ਤੋਂ ਬੀਜੇਪੀ ਚ ਆ ਗਏ ਉਹਨਾਂ ਨੂੰ ਬੀਜੇਪੀ ਵੱਲੋਂ ਵੀ ਲੱਗਦਾ ਸੀ, ਪਰ ਉਹਨਾਂ ਨੂੰ ਕੈਬਨਿਟ ਰੈਂਕ ਵਾਲਾ ਹੁਣ ਕਮਿਸ਼ਨ ਦੀ ਚੇਅਰਮੈਨੀ ਮਿਲੀ ਹੋਈ ਹੈ, ਉਹ ਕੋਈ ਛੋਟੀਆਂ ਨਹੀਂ ਹੁੰਦੀਆਂ, ਕੋਈ ਮਤਲਬ ਐਮਪੀ ਤੋਂ ਐਮਪੀ ਬਣ ਕੇ ਵੀ ਉਹੀ ਕੈਬਨਿਟ ਰੈਂਕ ਕਿਤੇ ਜਾ ਕੇ ਮਿਲੂਗਾ ਨਾ, ਪਤਾ ਨਹੀਂ ਮੰਤਰੀ ਬਣਦਾ ਬੰਦਾ ਨਹੀਂ ਬਣਦਾ, ਉਹ ਤਾਂ ਬਾਅਦ ਦੀ ਗੱਲ ਹੈ, ਪਰ ਫਿਰ ਵੀ ਇਹ ਇੱਥੇ ਇੱਕ ਉਹਨਾਂ ਨੂੰ ਮਿਲਿਆ। ਹਾਂ, ਜਦੋਂ ਤੁਸੀਂ ਸੰਵਿਧਾਨਕ ਪੋਸਟ ਤੇ ਹੁੰਦੇ ਹੋ, ਅਕਾਲੀ ਦਲ ਨੇ ਸ਼ਿਕਾਇਤ ਕੀਤੀ ਹੈ, ਸ਼ਿਕਾਇਤਾਂ ਵੀ ਇੱਦਾਂ ਵੀ ਕੋਈ ਆਧਾਰ ਹੁੰਦਾ, ਬੇਸ ਹੁੰਦਾ, ਉਹਦੇ ਹੋਰ ਰੀਜਨ ਵੀ ਹੋਣਗੇ ਬਥੇਰੇ ਕੀ ਨੇ, ਪਰ ਇਹ ਗੱਲ ਜ਼ਰੂਰ ਹੈ ਕਿ ਜਦੋਂ ਤੁਸੀਂ ਕਾਨਸਟੀਟਿਊਸ਼ਨਲ ਪੋਸਟ ਤੇ ਹੁੰਦੇ ਹੋ ਤਾਂ ਉੱਥੇ ਤੁਹਾਨੂੰ ਫੇਰ ਰਹਿਣਾ ਪਊਗਾ। ਤੁਹਾਨੂੰ ਇਹ ਨਹੀਂ ਵੀ ਮੈਂ ਉਦੋਂ ਚੋਣਾਂ 'ਚ ਵੀ ਪ੍ਰਚਾਰ ਲਈ ਲੱਗ ਜਾਓ, ਉਦੋਂ ਬਾਕੀ ਚੀਜ਼ਾਂ 'ਚ ਵੀ ਲੱਗ ਜਾਓ, ਫਿਰ ਇੰਨੇ ਕੁ ਕਾਨਸਟੀਟਿਊਸ਼ਨ ਦੇ ਇਰਾਦੇ ਬਚਾਉਣੇ ਪੈਂਦੇ ਨੇ ਜੇਕਰ ਤੁਸੀਂ ਇਹ ਕਰਨਾ ਚਾਹੁੰਦੇ ਹੋ ਕਿ ਹਾਂ ਅੱਗੇ ਨੂੰ ਸੰਵਿਧਾਨਕ ਸੰਸਥਾਵਾਂ ਵੱਡੀਆਂ ਹੋਣ, ਉਹਦੇ 'ਤੇ ਬੈਠੇ ਬੰਦਿਆਂ ਦੀ ਕੁਰਸੀ, ਜਿਹੜਾ ਬੰਦਾ ਉਸ ਕੁਰਸੀ 'ਤੇ ਬੈਠਾ ਉਹਨਾਂ ਦਾ ਕੱਦ ਵੱਡਾ ਕਰ ਸਕੇ, ਇਹ ਇੱਕ ਦਾ ਸਵਾਲ ਨਹੀਂ, ਇਹ ਤਾਂ ਚਲੋ ਹੁਣ ਆ ਕੇ ਗੱਲ ਹੋਈ ਆ। ਜਿਹੜੀਆਂ ਬਾਕੀ ਸੰਸਥਾਵਾਂ ਵੀ ਵੱਡੀਆਂ ਵੱਡੀਆਂ ਨੇ, ਉਹ ਹਿਊਮਨ ਰਾਈਟਸ ਕਮਿਸ਼ਨ ਹੋਵੇ, ਉਹ ਘੱਟ ਗਿਣਤੀ ਕਮਿਸ਼ਨ ਹੋਵੇ, ਉਹ ਜਿੰਨੇ ਵੀ ਹੋਰ ਅਦਾਰੇ ਨੇ, ਈਵਨ ਇਲੈਕਸ਼ਨ ਕਮਿਸ਼ਨ ਹੋਵੇ, ਉਹ ਡਿਫਰੈਂਟ ਟਾਈਪ ਦੇ ਜਿੰਨੇ ਅਦਾਰੇ ਨੇ, ਸਭ ਨੂੰ ਉਸ ਪਾਸੇ ਵੱਲ ਜਾਣ ਦੀ ਲੋੜ ਹੈ। ਹਾਂ, ਇਹ ਅਲੱਗ ਗੱਲ ਹੈ ਕਿ ਸ਼ਿਕਾਇਤਾਂ ਅਕਾਲੀ ਦਲ, ਜਦੋਂ ਹੁਣ ਤੁਸੀਂ ਪ੍ਰੋਸੈਸ ਚੱਲੂਗਾ, ਅਕਾਲੀ ਦਲ ਦੇ ਵਿੱਚ ਡਾਕਟਰ ਚੀਮਾ ਵਰਗੇ ਬੰਦੇ ਜਿਹਨਾਂ ਨੇ ਬਹੁਤ ਇਲੈਕਸ਼ਨਾਂ 'ਚ ਬਹੁਤ ਸ਼ਿਕਾਇਤਾਂ ਕੀਤੀਆਂ ਨੇ, ਹੈਗੇ ਨੇ, ਉਹ ਵਾਰ ਵਾਰ ਕਰਦੇ ਵੀ ਨੇ ਉਹਨਾਂ ਗੱਲਾਂ 'ਤੇ ਠੋਸ ਰੂਪ ਦੇ ਵਿੱਚ, ਔਰ ਸ਼ਾਇਦ ਉਹ ਕਰਨਗੇ, ਔਰ ਗੱਠਜੋੜ ਦੇ ਵਿੱਚ ਮੈਨੂੰ ਲੱਗਦਾ ਉਹਨਾਂ ਦਾ ਰੋਲ ਕਿੰਨਾ ਕੁ ਹੈ ਕਿੰਨਾ ਕੁ ਨਹੀਂ, ਇਹ ਬਹੁਤ ਹਾਇਰ ਲੈਵਲ ਦਾ ਹੀ ਕੰਮ ਹੁੰਦਾ, ਅਤੇ ਸ਼ਾਇਦ ਇੱਕਾ ਦੁੱਕਾ ਲੀਡਰਾਂ ਦਾ ਉਹ ਓਡੇ ਵੱਡੇ ਪੱਧਰ ਦਾ, ਹਾਂ ਰਾਏ ਤਾਂ ਸ਼ਾਇਦ ਕਈਆਂ ਤੋਂ ਪੁੱਛੀ ਜਾਂਦੀ ਹੋਵੇ, ਉਹ ਇੱਕ ਅਲੱਗ ਗੱਲ ਹੈ, ਪਰ ਸ਼ਾਇਦ ਇਹ ਬਹੁਤ ਉੱਪਰਲੀ ਗੱਲ ਹੈ ਕਿ ਗੱਠਜੋੜ ਦੇ ਵਿੱਚ ਕਿਵੇਂ ਕਰਨਾ, ਕਿਹਦੇ ਨਾਲ ਨਹੀਂ ਕਰਨਾ। ਮੈਨੂੰ ਲੱਗਦਾ ਇਹ ਇਹਦੇ ਕਰਕੇ ਹੀ ਇਕੱਲੀ ਸ਼ਿਕਾਇਤ ਕੀਤੀ ਹੈ, ਸ਼ਾਇਦ ਇਹ ਤਾਂ ਨਹੀਂ। ਉਹ ਹਾਂ, ਅਨੰਦਪੁਰ ਸਾਹਿਬ ਸੀਟ 'ਚ ਲਾਲਪੁਰਾ ਸਾਹਿਬ ਦਾ ਕੁਝ ਅਸਰ ਜ਼ਰੂਰ ਹੋਊਗਾ, ਕਿਉਂਕਿ ਇਸ ਏਰੀਏ 'ਚੋਂ ਫਿਰਦੇ ਰਹੇ, ਇੱਥੋਂ ਡਿਮਾਂਡ ਵੀ ਸੀ ਵੀ ਉਹ ਕੁਛ ਵੋਟਾਂ ਨੂੰ ਪ੍ਰਭਾਵਿਤ ਕਰ ਸਕਦੇ ਹੋਣਗੇ ਉਸ ਪੱਧਰ 'ਤੇ, ਜਿਹੜੀਆਂ ਕਰਕੇ ਇਹ ਲੱਗਦਾ ਹੋਊਗਾ ਇਹਨਾਂ ਨੂੰ ਵੀ ਜੇ ਚੀਮਾ ਸਾਹਿਬ ਲੜਨ, ਚੰਦੂ ਮਾਜਰਾ ਲੜਨ, ਕੁਝ ਵੋਟਾਂ ਵੀ ਇੱਧਰ ਉੱਧਰ ਫਿਰਦੀਆਂ ਨੇ ਤਾਂ ਉਹਦਾ ਤਾਂ ਨੁਕਸਾਨ ਹੁੰਦਾ ਹੀ ਹੈ, ਜੇ 20-50-100 ਵੋਟ ਵੀ ਇੱਧਰ ਉੱਧਰ ਜਾਂਦੀ। ਨਾ, ਕੰਨ 'ਚ ਗੱਲ ਕਰਨ ਵਾਲਿਆਂ ਦੇ ਵੀ ਅਰਥ ਹੁੰਦੇ ਨਾ ਸਾਹਮੀਰ ਸਿੰਘ ਜੀ, ਔਰ ਉੱਥੇ 2-3 ਧੜੇ ਨੇ, ਪਹਿਲਾਂ ਤਾਂ 2 ਹੀ ਸੀਗੇ, ਇੱਕ ਤਾਂ ਦਿੱਲੀ ਵਾਲਿਆਂ ਦਾ ਹੀ ਧੜਾ, ਔਰ ਦਿੱਲੀ ਵਾਲਿਆਂ ਦੇ ਧੜੇ 'ਚ ਮਨਜਿੰਦਰ ਸਿੰਘ ਸਿਰਸਾ ਬੜੇ ਅਹਿਮ ਨੇ, ਔਰ ਉਹ ਦੇਸ਼ ਦੇ ਗ੍ਰਹਿ ਮੰਤਰੀ ਦੇ ਖਾਸੇ ਨੇੜੇ ਨੇ, ਬਹੁਤ ਜ਼ਿਆਦਾ ਹੀ ਨੇੜੇ ਨੇ, ਤੇ ਜਿਹੜੇ ਲਾਲਪੁਰਾ ਸਾਹਿਬ ਨੇ ਇਹਨਾਂ ਦਾ ਪ੍ਰਧਾਨ ਮੰਤਰੀ ਨਾਲ ਕਾਫੀ ਆ, ਇਹਨਾਂ ਦੇ ਖੇਮੇ ਦੇ ਵਿੱਚ ਜਿਹੜੇ ਵੱਡੇ ਬੰਦੇ ਨੇ ਜਾਂ ਇਹਨਾਂ ਇਹ ਉਹਨਾਂ ਦੇ ਖੇਮੇ 'ਚ ਨੇ, ਪੁਰੀ ਸਾਹਿਬ ਨੇ, ਹੋਰ ਵੀ ਕੁਛ ਪੁਰਾਣੇ ਜਿਹੜੇ ਰਿਟਾਇਰਡ ਔਰ ਕੁਛ ਫੈਡਰੇਸ਼ਨ ਵਾਲੇ ਉਹ ਸਾਰੇ ਸੀਗੇ। ਤੁਹਾਨੂੰ ਯਾਦ ਹੋਣਾ ਬੀਬੀ ਜਗੀਰ ਕੌਰ ਜਦੋਂ ਵੱਖਰੇ ਹੋ ਕੇ ਸ਼੍ਰੋਮਣੀ ਕਮੇਟੀ ਦੀ ਚੋਣ ਲੜ ਰਹੇ ਸੀ, ਇਹਨਾਂ ਦੇ ਅਕਾਲੀ ਦਲ ਦੇ ਦੋਸ਼ ਸੀਗੇ ਵੀ ਇਹ ਸਾਰੇ ਪਿੱਛੋਂ ਬੈਕ ਕਰ ਰਹੇ ਨੇ। ਸੋ ਇਹ ਪੁਰਾਣੇ ਅੰਕੜੇ ਨੇ ਜੀ, ਹੁਣ ਇੱਕ ਨਵਾਂ ਪਾਵਰ ਸੈਂਟਰ ਵੀ ਹੈਗਾ,
ਔਰ ਉਹ ਹੈਗੇ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਮਾਲਕ ਸਤਨਾਮ ਸਿੰਘ ਸੰਧੂ, ਉਹ ਵੀ ਪ੍ਰਧਾਨ ਮੰਤਰੀ ਨਾਲ ਸਿੱਧੇ ਰਾਬਤੇ ਦੇ ਵਿੱਚ ਰਹਿੰਦੇ ਆ। ਸੋ ਉੱਤੇ ਸਿੱਖਾਂ ਦੇ ਤਿੰਨ ਗਰੁੱਪ ਆ, ਔਰ ਤਿੰਨਾਂ ਗਰੁੱਪਾਂ ਦੇ ਵਿੱਚ ਮੈਨੂੰ ਲੱਗਦਾ ਵੀ ਅਕਾਲੀ ਦਲ ਨੂੰ ਲੱਗਦਾ ਹੈ ਕਿ ਜਿਹੜਾ ਆਹ ਵਾਲਾ ਗਰੁੱਪ ਹੈ ਲਾਲਪੁਰਾ ਸਾਹਿਬ, ਇਹ ਕਾਫੀ ਪ੍ਰਭਾਵੀ ਹੋ ਸਕਦੇ ਨੇ ਤੇ ਇਹਨਾਂ ਨੇ ਜ਼ਿਆਦਾ ਹੀ ਕੁਛ ਮਾਹੌਲ ਬਣਾਉਣ ਦੇ ਖਿਲਾਫ ਮਾਹੌਲ ਬਣਾਉਣ ਦੇ ਵਿੱਚ ਰੋਲ ਪਲੇ ਕੀਤਾ। ਸੋ ਮੈਂ ਤਾਂ ਸਵਾਲ ਪੁੱਛਿਆ ਸੀਗਾ ਜੀ, ਇੱਕ ਲਾਈਨ ਸਿਰਫ ਇੱਥੇ। ਨਹੀਂ ਬਿਲਕੁਲ, ਅਕਾਲੀ ਦਲ ਨੂੰ ਕਈ ਕਾਰਨ ਲੱਗ ਸਕਦੇ ਨੇ, ਮਤਲਬ ਇੱਕ ਕਾਰਨ ਹੋ ਸਕਦਾ ਇਹ ਵੀ ਹੋਵੇ, ਬਾਕੀ ਬਥੇਰੇ ਕਾਰਨ ਹੋਣਗੇ ਲਾਲਪੁਰਾ ਸਾਹਿਬ ਨਾਲ ਇੱਥੇ ਰਹਿੰਦੇ ਹੋਏ ਵੀ, ਇਹ ਤਾਂ ਕੋਈ ਬੜੀ ਗੱਲ ਨਹੀਂ। ਬਾਕੀ ਸ਼ਿਕਾਇਤਾਂ ਨੇ, ਸ਼ਿਕਾਇਤਾਂ ਤਾਂ ਖੈਰ ਹਰ ਗੱਲ ਤੇ ਹੀ, ਜਦੋਂ ਵੀ ਫਾਈਟ ਕਰਦੇ ਹੁੰਦੇ ਹੋ ਤੁਸੀਂ ਹਰ ਗੱਲ ਨੂੰ ਟਰਾਈ ਕਰਦੇ ਹੋ ਕਿ ਕਾਊਂਟਰ ਹੋ ਜਾਏ ਤਾਂ ਚੰਗੀ ਗੱਲ। ਹਾਂ ਇਹ ਤਾਂ ਹੈ ਹੀ ਹੈ ਕਿ ਜੇ ਹੋ ਸਕਦਾ ਇਸੇ ਸ਼ਿਕਾਇਤ ਕਰਕੇ ਜਾਂ ਤਾਂ ਪਿਛਾਬ ਮੁੜਨਾ ਪੈ ਜੂ ਜਾਂ ਫਿਰ ਅਹੁਦਾ ਛੱਡਣਾ ਪੈ ਜੂ। ਅਹੁਦੇ ਛੱਡੇ ਮੁੜ ਕੇ ਮਿਲਦੇ ਕਿ ਨਹੀਂ ਮਿਲਦੇ ਵੀ ਸਵਾਲ ਬੜਾ ਵੱਡਾ, ਕਿਤੇ ਕੁਰਸੀ ਨਾ ਖਾ ਜਾਣ ਇੱਦਾਂ ਸ਼ਰੀਕ ਦੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਸ਼ੁਕਰੀਆ ਜੀ।